ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ। ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਹਰ ਹਫ਼ਤੇ ਜਿਹੜਾ ਨਿਊਜ਼ ਦਾ ਐਨਾਲਾਈਸਿਸ ਹੈ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਲੈ ਕੇ ਜਾਂਦੇ ਹਾਂ, ਅਤੇ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਜਰਨਲਿਸਟ ਅਵਤਾਰ ਸਿੰਘ ਜੀ। ਆਓ ਇਹਨਾਂ ਦਾ ਸਵਾਗਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ, ਜੋ ਅੱਜ ਆਪਾਂ ਸ਼ੁਰੂਆਤ ਕਰਨੀ ਹੈ, ਆਪਾਂ ਨੂੰ ਪਤਾ ਹੀ ਹੈ ਕਿ ਜਿਵੇਂ UK ਦੇ ਵਿੱਚ ਵੀ ਜਿਹੜਾ ਪੋਲੀਟਿਕਸ ਦੇ ਵਿੱਚ ਕਾਫੀ ਸਾਰਾ ਜਿਹੜਾ ਕੜਮਾਸਾ ਹੈ ਇਸ ਟਾਈਮ ਮਚਿਆ ਹੈਗਾ, ਅਤੇ ਜੇ ਆਪਾਂ ਗੱਲਬਾਤ ਕਰੀਏ ਕਿ 7 ਜੂਨ ਨੂੰ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਸਟੈਪ ਡਾਊਨ ਕਰਨਾ ਹੈਗਾ, ਉਹਨਾਂ ਨੇ ਅਨਾਊਂਸਮੈਂਟ ਆਲਰੇਡੀ ਜਿਹੜੀ ਹੈ ਕਰ ਦਿੱਤੀ ਹੋਈ ਹੈ, ਅਤੇ ਉਸ ਤੋਂ ਬਾਅਦ ਜਿਹੜੇ 12 ਨਵੇਂ ਲੀਡਰ ਨੇ ਉਹ ਅੱਗੇ ਲੀਡਰਸ਼ਿਪ ਲੈਣ ਲਈ ਜਾਂ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਅੱਗੇ ਖੜ੍ਹੇ ਹੋਏ ਨੇ, ਅਤੇ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਲੈਂਦੇ ਹੈਗੇ ਆ? ਇੱਕ ਤਾਂ ਜੀ ਆਪਾਂ ਇਹ ਕਹਿ ਸਕਦੇ ਹੈਗੇ ਵੀ ਬਹੁਤ ਵੱਡਾ, ਜਿੱਦਾਂ ਤੁਸੀਂ ਕਿਹਾ ਵੀ ਪੋਲੀਟੀਕਲੀ ਕੜਮਸ ਪੈ ਗਿਆ ਹੋਇਆ, ਹੈ ਨਾ? ਜੀ ਜੀ ਜੀ। ਅਤੇ ਜਿਹੜੀਆਂ ਹੁਣ MEP ਦੀਆਂ ਚੋਣਾਂ ਹੋਈਆਂ ਨਾ, ਉਹਦੇ 'ਚ ਇੱਕ ਪਾਰਟੀ ਦੇ ਪੈਂਫਲੇਟ ਆਏ ਸੀ ਮੇਰੇ ਘਰੇ, ਸਾਰੀਆਂ ਪਾਰਟੀਆਂ ਦੇ ਆਉਂਦੇ, ਇੱਕ ਖਾਸ ਪਾਰਟੀ ਦੇ ਪੈਂਫਲੇਟ ਆਏ ਸੀ, ਉਹਨਾਂ ਨੇ ਲਿਖਿਆ ਸੀ, ਉਹਦਾ ਖਾਸ ਇਹੀ ਅੰਦਾਜ਼ ਸੀ ਉਹਦਾ, ਉਹ ਕਹਿੰਦਾ ਪੋਲੀਟਿਕਸ ਹੈਜ਼ ਬੀਨ ਬ੍ਰੋਕਨ, ਨਾਓ ਆਰਗਨਾਈਜ਼ ਬਿਹਾਈਂਡ ਅਸ ਟੂ ਰੀਆਰਗਨਾਈਜ਼ ਇਟ, ਹੈ ਨਾ? ਜੀ ਜੀ। ਅਤੇ ਇਹ ਸੀਗਾ ਵੀ ਪੋਲੀਟਿਕਸ ਟੋਟਲੀ ਇਟ ਹੈਜ਼ ਬੀਨ ਬ੍ਰੋਕਨ, ਦੋਹੇ ਵੱਡੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਇਹਦੇ ਫੇਲੀਅਰ ਨੇ ਇਹ ਸਿੱਧ ਕਰ ਦਿੱਤਾ ਵੀ ਰੀਅਲੀ ਪੋਲੀਟਿਕਸ ਹੈਜ਼ ਬੀਨ ਬ੍ਰੋਕਨ। ਇੰਨੇ ਵੱਡਾ ਜਿਹੜਾ ਡੈਮੋਕ੍ਰੇਟਿਕ ਕੰਟਰੀ ਆ, ਉਹਦੇ ਵਿੱਚ ਜਿਸ ਕਿਸਮ 3 ਸਾਲ ਦੀ ਜੋ ਪੋਲੀਟੀਕਲ ਐਕਸਰਸਾਈਜ਼ ਚੱਲ ਰਹੀ ਹੈ ਇੱਥੇ ਬ੍ਰੈਕਸਿਟ ਦੇ ਨਾਂ 'ਤੇ, ਔਰ ਕੋਈ ਵੀ ਕੰਸੈਂਸਸ ਨਹੀਂ ਹੋ ਰਿਹਾ, ਔਰ ਛੋਟੀ ਛੋਟੀਆਂ ਜਿੱਦਾਂ ਪਿੱਛੇ, ਜਿੱਦਾਂ ਉਹਨਾਂ ਨੇ ਦੇਸ਼ ਦੀ ਸਾਰੀ ਰਾਜਨੀਤੀ ਨੂੰ, ਉਹਦੀ ਇਕੋਨਮੀ ਨੂੰ, ਔਰ ਉਹਦੇ ਗੌਰਵ ਨੂੰ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਦਾਅ 'ਤੇ ਲਾਇਆ ਸੀ, ਉਹਦੇ 'ਚ ਇੱਕ ਤਾਂ ਜਿਹੜਾ ਆਪਾਂ ਥੋੜੇ ਚਿਰ ਲਈ ਦੇਖੀਏ ਜੀ ਵੀ ਨਿੱਜੀ ਉਹਦੇ ਚੋਂ ਇਹ ਗੱਲ ਬਿਲਕੁਲ ਠੀਕ ਆ ਵੀ ਪੋਲੀਟਿਕਸ ਹੈਜ਼ ਬੀਨ ਬ੍ਰੋਕਨ, ਪਰ ਜੇ ਤੁਸੀਂ ਇਹਨੂੰ ਬਹੁਤ ਵੱਡੇ ਕਨਸੈਪਟ 'ਚ ਦੇਖਦੇ ਹੋ ਤਾਂ ਮੈਨੂੰ ਲੱਗਦਾ ਵੀ ਜਿਹੜੀ ਵੈਸਟਰਨ ਪੋਲੀਟਿਕਸ ਆ ਇਟ ਇਜ਼ ਇਨ ਲੇਬਰ ਪੇਨਸ, ਇਹ ਲੇਬਰ ਪੇਨਸ 'ਚ ਆ ਆਈਡੀਓਲੋਜੀਕਲੀ ਐਂਡ ਫਿਲੋਸਫੀਕਲੀ, ਇਹਦੇ 'ਚੋਂ ਕੁਛ ਬਹੁਤ ਵੱਡੇ ਨਵੇਂ ਆਈਡੀਆਜ਼ ਨਿਕਲਣ ਜਾ ਰਹੇ ਨੇ। ਇਹ ਜਿਹੜੀ ਰਵਾਇਤੀ ਪੋਲੀਟਿਕਸ ਦਾ ਮੈਂ ਲਾਸਟ ਫੇਸ ਮੈਂ ਦੇਖ ਸਕਦਾ ਵੀ ਆਪਾਂ ਕਹਿ ਸਕਦੇ ਵੀ ਆਹ ਜਰਮੀ ਕੋਰਬਿਨ ਦਾ ਜਾਂ ਥਰੇਸਾ ਮੇ ਵਾਲਾ ਜਿਹੜਾ ਚੱਕਰ ਹੈ ਨਾ, ਇਹ ਲਾਸਟ ਫੇਸਿਸ ਵਿੱਚ ਆ ਹੁਣ ਤੱਕ ਦਾ ਜਿਹੜਾ ਰਾਜਨੀਤੀ ਦਾ ਸਫ਼ਰ ਆ, ਜਿਹੜੀ 20ਵੀਂ ਸਦੀ ਤੋਂ ਸ਼ੁਰੂ ਹੋਇਆ ਸਫ਼ਰ 21ਵੀਂ ਸਦੀ ਦੇ ਆ 2019 ਤੱਕ ਆ ਗਿਆ ਨਾ, ਹੁਣ ਇਹਨੇ ਇੱਕ ਆਈਡੀਓਲੋਜੀਕਲ ਟਰਨ ਲੈਣੀ ਆ, ਇਹਦਾ ਇੱਕ ਨਵਾਂ ਫੇਸ ਆਊਗਾ, ਉਹਦੇ 'ਚੋਂ ਬਹੁਤ ਸਾਰੀਆਂ ਨਵੀਆਂ ਵਿਆਖਿਆਵਾਂ ਆਉਣਗੀਆਂ, ਬਹੁਤ ਸਾਰੀਆਂ ਮਿੱਥਾਂ ਟੁੱਟਣਗੀਆਂ, ਨਵੀਆਂ ਮਿੱਥਾਂ ਬਣਨਗੀਆਂ, ਨਵੇਂ ਆਈਡੀਅਲਜ਼ ਆਉਣਗੇ, ਨਵੇਂ ਮਾਡਲ ਆਉਣਗੇ, ਪੁਰਾਣੇ ਮਾਡਲ ਟੁੱਟਣਗੇ, ਇਹ ਸਾਰੀ ਟੁੱਟ ਭੱਜ ਦੀ ਜਿਹੜੀ ਖੇਡ ਹੈ ਉਹਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਨਿਕਲ ਜਾਏਗਾ। ਹਾਂਜੀ ਹਾਂਜੀ, ਜਿਹੜਾ ਬ੍ਰੈਕਸਿਟ ਹੈ ਨਾ, ਉਹ ਤਾਂ ਮੈਨੂੰ ਲੱਗਦਾ ਵੀ ਸਾਡੇ ਲਈ ਇੱਕ ਖੜ ਗਿਆ ਆ ਕੇ ਪੁਆਇੰਟ ਬਣ ਗਿਆ ਵੀ ਜਿੱਥੋਂ ਪੈਰਾਡਾਈਮ ਸ਼ਿਫਟ ਲੈਣੀ ਆ। ਮੈਨੂੰ ਲੱਗਦਾ ਵੀ ਵੈਸਟਰਨ ਡੈਮੋਕ੍ਰੇਸੀ ਹੈ ਜਿਹੜੀ ਇਸ ਵੇਲੇ ਪੈਰਾਡਾਈਮ ਸ਼ਿਫਟ ਦੀਆਂ ਜਿਹੜੀਆਂ ਸਟੈਪਸ ਨੇ ਉਹਦੇ ਤੇ ਉਹ ਚੱਲ ਰਹੀ ਹੈ, ਉਹ ਲੈਣ ਜਾ ਰਹੀ ਹੈ, ਜੇ ਮੈਂ ਗਲਤ ਨਾ ਹੋਵਾਂ, ਜਿੰਨਾ ਕੁ ਮੈਂ ਪੋਲੀਟੀਕਲ ਆਈਡੀਓਲੋਜੀ ਨੂੰ ਸਮਝਦਾ ਹੈਗਾ। ਸੋ ਇਹ ਜਿਹੜਾ ਬ੍ਰੋਕਨ ਹੋਇਆ ਸਿਸਟਮ, ਇਹਦੇ 'ਚੋਂ ਹੁਣ ਨਵਾਂ ਕਿੰਨਾ ਪੋਜ਼ਿਟਿਵ ਨਿਕਲਦਾ ਜਾਂ ਕਿੰਨਾ ਨੈਗੇਟਿਵ ਹੁੰਦਾ, ਉਹ ਦੇਖਣ ਵਾਲੀ ਗੱਲ ਹੋ ਗਈ। ਉਹ ਡਿਪੈਂਡ ਕਰੂਗਾ ਵੀ ਇੰਗਲੈਂਡ ਦੇ ਪੋਲੀਟੀਕਲ ਆਈਡੀਓਲੋਜਿਸਟ ਆ ਜਿਹੜੇ ਪੋਲੀਟੀਸ਼ੀਅਨ ਨਹੀਂ ਹੈਗੇ, ਬਟ ਬਿਹਾਈਂਡ ਦੀ ਸੀਨ ਜਿਹੜੇ ਵਿਦਵਾਨ ਨੇ ਪੋਲੀਟਿਕਸ ਦੇ, ਥਿੰਕ ਟੈਂਕ ਜਿਹੜੇ ਕੰਮ ਕਰਦੇ ਆ, ਹਾਂ ਜਿਹੜੇ ਥਿੰਕ ਟੈਂਕ ਨੇ, ਵੀ ਉਹ ਇਸ ਫੇਜ਼ ਨੂੰ ਕਿੱਦਾਂ ਕੈਪਚਰ ਕਰਦੇ ਆ, ਵੀ ਉਹ ਜਿਨ੍ਹਾਂ ਨੇ ਟ੍ਰੈਂਡ ਦੇਣਾ, ਪੋਲੀਟੀਸ਼ੀਅਨਸ ਤਾਂ ਟੂਲ ਨੇ, ਪੋਲੀਟੀਸ਼ੀਅਨਸ ਨੇ ਟ੍ਰੈਂਡ ਨਹੀਂ ਦੇਣਾ, ਪੋਲੀਟੀਸ਼ੀਅਨ ਟੂਲਸ ਨੇ ਉਹਨਾਂ ਆਈਡੀਓਲੋਜਿਸਟ ਦੇ। ਉਹ ਆਈਡੀਓਲੋਜਿਸਟ ਹੁਣ ਕਿਸ ਪ੍ਰਾਸਪੈਕਟ 'ਚ ਉਹਨੂੰ ਕੈਪਚਰ ਕਰਦੇ ਆ ਤੇ ਫਿਰ ਟ੍ਰਾਂਸਮਿਟ ਕਰਦੇ ਆ, ਇਹ ਮੈਨੂੰ ਲੱਗ ਰਿਹਾ। ਬੜਾ ਦੇਖਣ ਵਾਲੀ ਮਤਲਬ ਸਿਚੁਏਸ਼ਨ ਹੋਏਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ, ਹਲੇ ਦਿਨਾਂ ਦੀ ਖੇਡ ਨਹੀਂ ਇਹ ਹੋ ਸਕਦਾ 4-5 ਸਾਲ ਲੱਗ ਜਾਣ, ਕਿਉਂਕਿ ਜਿਹੜੀਆਂ ਪੋਲੀਟੀਕਲ ਲੇਬਰ ਪੇਨਸ ਹੁੰਦੀਆਂ ਉਹ ਜਸਟ ਇਹ ਨਹੀਂ ਹੁੰਦਾ ਵੀ ਕੁਛ ਮਿੰਟਾਂ ਦੀਆਂ ਨੇ, ਉਹ ਕੁਛ ਸਾਲਾਂ ਦੀਆਂ ਹੋ ਸਕਦੀਆਂ। ਇਹ ਫੇਜ਼ ਆ ਜਿਹੜਾ ਅਗਲੇ 5 ਸਾਲਾਂ ਦਾ, ਇਹ ਵੈਸਟਰਨ ਡੈਮੋਕ੍ਰੇਸੀ ਦੀ ਪੋਲੀਟੀਕਲ ਆਈਡੀਓਲੋਜੀ ਲਈ ਮੇਰੇ ਹਿਸਾਬ ਨਾਲ ਬਹੁਤ ਕਰੂਸ਼ੀਅਲ ਫੇਜ਼ ਆ, ਇਹਦੇ 'ਚ ਬਹੁਤ ਕੁਛ ਨਵਾਂ
ਤੇ ਨਿਖਰਵਾਂ ਨਿਕਲਣ ਦੀਆਂ ਸੰਭਾਵਨਾ ਨੇ ਸਮਝ ਆਉਂਦੀਆਂ ਨੇ ਤੇ ਹੁਣ ਜਿਹੜਾ ਇਹ ਜਿਹੜੇ ਆਪਾਂ ਕਹੀ ਕਿ ਜੇ ਹੁਣ ਜਦੋਂ ਪ੍ਰਾਈਮ ਮਿਨਿਸਟਰ ਥਰੇਸਾ ਮੇ ਜਦੋਂ ਸਟੈਪ ਡਾਊਨ ਕਰਨਗੇ ਤੇ ਫਿਰ ਅੱਗੇ ਉਹਨਾਂ ਦੀ ਜਿੰਦਗੀ ਕਿ 10 12 ਜਿਹੜੇ ਲੀਡਰ ਹੈਗੇ ਉਹ ਖੜੇ ਹੈਗੇ ਇਹ ਇਹ ਸਿਸਟਮ ਬ੍ਰੇਕ ਹੋਣ ਦੀਆਂ ਨਿਸ਼ਾਨੀਆਂ ਨੇ ਨਾ ਵੀ ਤੁਸੀਂ ਦੇਖੋ ਵੀ ਇੰਨੀ ਇੰਨੀ ਮਜ਼ਬੂਤ ਔਰ ਡਿਸਿਪਲਿਨਡ ਕੰਜ਼ਰਵੇਟਿਵ ਪਾਰਟੀ ਹੋਵੇ ਤੇ 12 ਬੰਦੇ ਪ੍ਰਧਾਨ ਮੰਤਰੀ ਬਣਨ ਦੇ ਦੌਰ 'ਚ ਹੋਣ ਹਨਾ ਵੀ ਕੋਈ ਡਿਸਿਪਲਿਨ ਹੀ ਨਹੀਂ ਤੁਹਾਡਾ ਮਤਲਬ ਕਿ ਵੀ ਕਿੰਨਾ ਕਿੰਨਾ ਛੁਟਿਆ ਗਿਆ ਜਿੱਦਾਂ ਪਿੰਡਾਂ ਦੇ ਸਰਪੰਚਾਂ ਲਈ ਲੜਾਈਆਂ ਹੁੰਦੀਆਂ ਨੇ ਹਨਾ ਵੀ ਉਸ ਪੱਧਰ ਤੱਕ ਪਹੁੰਚ ਗਿਆ ਨਾ ਪੋਲੀਟੀਕਲ ਸਿਸਟਮ ਇਹਦੇ ਲਈ ਮੈਨੂੰ ਲੱਗਦਾ ਵੀ ਇਟ ਇਜ਼ ਦੀ ਲਾਸਟ ਫੇਜ਼ ਆਫ ਦਿਸ ਪੋਲੀਟੀਕਲ ਸਿਸਟਮ ਜਿਹੜੀ ਇਹ ਪੋਲੀਟੀਕਲ ਆਈਡੀਓਲੋਜੀ ਸੀ ਨਾ ਵੀ ਕਾਨਫਰੰਸਾਂ ਹੋਣਗੀਆਂ ਉਹਨਾਂ ਦੇ ਲੀਡਰ ਬੋਲਿਆ ਕਰਨਗੇ ਭਾਸ਼ਣ ਕਰਨਗੇ ਮੈਂਬਰਸ਼ਿਪ ਹੋਊਗੀ ਇਹ ਇੱਕ ਬਹੁਤ ਹੀ ਬਿਲਕੁਲ ਨਵਾਂ ਫੇਜ਼ ਆਊਗਾ ਇਹ ਸਾਰਾ ਕੁਝ ਖਤਮ ਹੋ ਜਾਣਾ ਈਵਨ ਇੰਡੀਆ ਦੀ ਪੋਲੀਟਿਕਸ 'ਚ ਵੀ ਨਾ ਆ ਜਿਹੜੀਆਂ ਰੈਲੀਆਂ ਹੁੰਦੀਆਂ ਵੀ ਮੋਦੀ ਸਾਹਿਬ ਸੰਬੋਧਨ ਕਰ ਰਹੇ ਨੇ 10-20,000 ਬੰਦੇ ਫਿਰ ਰਹੇ ਨੇ ਵੀ ਸੁਣਨ ਲਈ ਆਏ ਹੋਏ ਨੇ ਉਹਨਾਂ 'ਚ ਵੀ ਮੈਨੂੰ ਲੱਗਦੀ ਜਦੋਂ ਅਗਲੀਆਂ ਲੋਕ ਸਭਾ ਚੋਣਾਂ ਹੋਣੀਆਂ ਨਾ ਇਹਦੇ 'ਚੋਂ ਬਹੁਤ ਕੁਝ ਖਤਮ ਹੋ ਜਾਣਾ ਇਹ ਪੂਰਾ ਵਰਲਡ ਦੀ ਡੈਮੋਕ੍ਰੈਟਿਕ ਜਿਹੜੀ ਜਿਹੜਾ ਪਿਕਚਰ ਹੈ ਨਾ ਉਹ ਇੱਕ ਲੇਬਰ ਪੇਨਸ ਵਿੱਚ ਉਹਨੂੰ ਡਾਇਰੈਕਸ਼ਨ ਦੇਣੀ ਆ ਇੰਗਲੈਂਡ ਤੇ ਅਮਰੀਕਾ ਨੇ ਸੋ ਜਿਹੜੀ ਇੰਗਲੈਂਡ ਤੇ ਅਮਰੀਕਾ ਦੀ ਇਸ ਵੇਲੇ ਪੋਜੀਸ਼ਨ ਆ ਵੀ ਤੁਸੀਂ ਉੱਥੇ ਡੋਨਲਡ ਟਰੰਪ ਵਾਲਾ ਵੀ ਸਾਰਾ ਦੇਖ ਲਓ ਚੱਕਰ ਜਿਹਾ ਨਾ ਵੀ ਹਰ ਰੋਜ਼ ਉੱਥੇ ਸ਼ਟ ਡਾਊਨ ਹੋ ਜਾਂਦਾ ਇੱਕ ਮਹੀਨਾ ਅਮਰੀਕਾ ਦੇ ਸਰਕਾਰੀ ਮਹਿਕਮੇ 'ਚ ਤਨਖਾਹ ਨਾ ਮੇਰੇ ਜਿਹੜੀ ਇਹ ਸਿਸਟਮ ਦੇ ਸ਼ਟ ਡਾਊਨ ਹੋਣ ਦੀਆਂ ਜਾਂ ਜਿਹੜੀਆਂ ਸ਼ੈਟਰਸ ਨੇ ਜਿਹੜੀਆਂ ਜਿਹੜੀਆਂ ਇੱਕ ਤਰ੍ਹਾਂ ਨਾਲ ਤਰੰਗਾਂ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਵੀ ਹੈ ਕੁਛ ਨਾ ਕੁਛ ਇਹਦੇ 'ਚੋਂ ਅਗਲੇ 4-5 ਸਾਲਾਂ ਨੂੰ ਨਿਕਲੂਗਾ ਅਤੇ ਸਾਰਾ ਸਿਸਟਮ ਇੱਕ ਨਵੀਂ ਤਰ੍ਹਾਂ ਨਾਲ ਡਿਫਾਈਨ ਹੋਊਗਾ ਰੈਲੀਆਂ ਨਹੀਂ ਹੋਇਆ ਕਰਨਗੀਆਂ ਜਸਟ ਹੋ ਸਕਦਾ ਟੈਲੀ ਟਾਕਿੰਗ ਹੋਵੇ ਪਿੰਡਾਂ 'ਚ ਜਾਂ ਘਰਾਂ 'ਚ ਛੋਟੀ ਛੋਟੀਆਂ ਜਿਹੜੀਆਂ ਹੋਰ ਆ ਵੀ ਟੇਬਲ ਟਾਕਸ ਆ ਜਿਹੜੀਆਂ ਘਰ ਟਾਕਸ ਜਾਂ ਪਿੰਡ ਟਾਕਸ ਆ ਜਿਹੜੀਆਂ ਉਹ ਹੋਇਆ ਕਰਨਗੀਆਂ ਉਹਦੇ 'ਚੋਂ ਇਨਕਲੂਸਿਵ ਜਿਹੜੀ ਰਾਜ ਪੋਲੀਟਿਕਸ ਹੈ ਉਹ ਨਿਕਲੂਗੀ ਵੀ ਇਹ ਨਹੀਂ ਵੀ ਮੈਂ ਭਾਸ਼ਣ ਦੇ ਰਿਹਾ ਜਿੱਦਾਂ ਇਹ ਸੁਪੀਰੀਅਰਿਟੀ ਆ ਵੀ ਜਿਹੜਾ ਲੀਡਰ ਭਾਸ਼ਣ ਦੇ ਰਿਹਾ ਉਹ ਬਹੁਤ ਸੁਪੀਰੀਅਰ ਆ ਜਿਹੜੇ ਮੇਰੇ ਤੇਰੇ ਵਰਗੇ ਬੈਠੇ ਆ ਉਹਨਾਂ ਨੂੰ ਕੁਛ ਨਹੀਂ ਪਤਾ ਨਾ ਉਹ ਬਰਾਬਰ ਦੀ ਧਿਰਾ ਬਣ ਕੇ ਸਵਾਲ ਜਵਾਬ ਹੋਣਗੇ ਜਿੱਦਾਂ ਸਵਾਲ ਪੁੱਛਣ ਦਾ ਹੁਣ ਟ੍ਰੈਂਡ ਚੱਲਿਆ ਪੰਜਾਬ 'ਚ ਚੱਲਿਆ ਇਹ ਹੋਇਆ ਕਰੂਗਾ ਇਹ ਇਹ ਨਵਾਂ ਫੇਜ਼ ਆ ਰਿਹਾ ਪੋਲੀਟਿਕਸ ਦਾ ਸੋ ਇਹਨੂੰ ਦੇਖੋ ਵੀ ਕਿੰਨੀ ਦੇਰ ਨੂੰ ਇਹ ਮਟੀਰੀਅਲਾਈਜ਼ ਹੁੰਦਾ ਜਾਂ ਸਾਡਾ ਸੁਪਨਾ ਜਿਹੜਾ ਕਿੱਦਾਂ ਸਾਹਮਣੇ ਆ ਤੇ ਅਵਤਾਰ ਸਿੰਘ ਜੀ ਇੱਕ ਵੱਡਾ ਸਵਾਲ ਇਹ ਆਉਂਦਾ ਹੈਗਾ ਕਿ ਬ੍ਰੈਕਸਿਟ ਜਿਹੜਾ ਹੈ ਸਕਸੈਸਫੁਲ ਕਿਉਂ ਨਹੀਂ ਹੋਇਆ ਕੀ ਕਾਰਨ ਕੀ ਹੈ ਇਹਦੇ ਇਹਦੇ 'ਚੋਂ ਜਿਹੜਾ ਟੈਕਨੀਕਲ ਹੈਗਾ ਇੱਕ ਤਾਂ ਆਹ ਫੇਜ਼ ਆਪਾਂ ਦੇਖ ਰਹੇ ਹਾਂ ਵੀ ਉਹਦਾ ਬ੍ਰੋਕਨ ਜਿਹੜਾ ਸਿਸਟਮ ਬ੍ਰੇਕ ਹੋ ਰਿਹਾ ਨਾ ਉਹਦੇ 'ਚੋਂ ਉਹਨਾਂ ਨੂੰ ਫੈਸਲੇ ਨਹੀਂ ਲੈ ਪਾ ਰਹੇ ਹੋ ਵੀ ਫੈਸਲਾ ਕਿੱਦਾਂ ਲੈਣਾ ਦੂਜਾ ਇਹ ਹੈਗਾ ਵੀ ਜੇ ਜੇ ਜਿਹੜੀਆਂ ਉੱਪਰਲੀਆਂ ਟਰਮਸ ਜੋ ਸਤਹ ਤੌਰ 'ਤੇ ਆਪਾਂ ਨੂੰ ਦਿਖ ਰਿਹਾ ਉਹਦੇ 'ਚੋਂ ਇਹ ਸਮਝਦਾ ਮੈਂ ਵੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਹਾਰਡਲਾਈਨਰਸ ਆ ਅਤੇ ਖਾਸ ਕਰਕੇ ਲੇਬਰ ਜੇ ਲੇਬਰ ਵੀ ਪ੍ਰਧਾਨ ਮੰਤਰੀ ਦਾ ਸਾਥ ਦੇ ਦਿੰਦੀ ਦੇਸ਼ ਨੂੰ ਬਚਾਉਣ ਦੇ ਮਾਮਲੇ ਵਿੱਚ ਤਾਂ ਇਟ ਕੁਡ ਹੈਵ ਬੀਨ ਸਕਸੈਸਫੁਲ ਜਿੰਨੇ ਤੱਕ ਮੈਨੂੰ ਸਮਝ ਆ ਵੀ ਬ੍ਰੈਕਸਿਟ ਦੇ ਬਾਰੇ ਇੰਟਰਨੈਸ਼ਨਲ ਪੋਲੀਟੀਕਲ ਰਿਲੇਸ਼ਨਸ ਦੇ ਬਾਰੇ ਇੰਟਰਨੈਸ਼ਨਲ ਇਕੋਨਮੀ ਦਾ ਜਾਂ ਇੰਟਰਨੈਸ਼ਨਲ ਡਿਪਲੋਮੇਸੀ ਦਾ ਉਹਦੇ 'ਚੋਂ ਮੈਂ ਕਹਿ ਸਕਦਾ ਸੀਗਾ ਵੀ ਥੈਰੇਸਾ ਮੇ ਦੀ ਜਿਹੜੀ ਇਹ ਡੀਲ ਸੀ ਮੈਂ ਵਾਰ ਵਾਰ ਕਿਹਾ ਇਟ ਵਾਸ ਦੀ ਬੈਸਟ ਡੀਲ ਕਿਉਂਕਿ ਯੂਰਪ ਨੇ ਵੀ ਮੰਨ ਲਈ ਸੀ ਉਹ ਉਹਦੇ 'ਚੋਂ ਸੀਗਾ ਬ੍ਰੈਕਸਿਟ ਦਾ ਮੇਨ ਜਿਹੜੀ ਵੋਟਿੰਗ ਹੋਈ ਆ ਜਿਹਨਾਂ ਖੇਤਰਾਂ 'ਚੋਂ ਈਵਨ ਲੇਬਰ ਦੀਆਂ ਹਾਰਟਲੈਂਡ 'ਚੋਂ ਵੋਟਿੰਗ ਹੋਈ ਆ ਆਪਣੇ ਆ ਬਰਮਿੰਗਮ ਵਾਲਸਲ ਵੋਲਵਰਹੈਪਟਨ 'ਚੋਂ ਮਤਲਬ ਇਹਨਾਂ 'ਚੋਂ ਬਾਹਰ ਹੋਣ ਦੀ ਵੋਟਿੰਗ ਹੋਈ ਆ ਉਹ ਇਸੇ ਕਰਕੇ ਹੋਏ ਵੀ ਇਮੀਗ੍ਰੇਸ਼ਨ 'ਤੇ ਕੈਪ ਲੱਗੇ ਉਹਨਾਂ ਦਾ ਸਾਰਾ ਕੰਸਰਨ ਇਮੀਗ੍ਰੇਸ਼ਨ ਦਾ ਕੋਈ ਵੀ ਨਹੀਂ ਚਾਹੁੰਦਾ ਵੀ ਬਿਜ਼ਨਸ ਬੰਦ ਹੋਵੇ ਯੂਰਪ ਨਾਲ ਟੁੱਟਣ ਇੱਦਾਂ ਦਾ ਵੀ ਕੋਈ ਨਹੀਂ ਚਾਹੁੰਦਾ ਉਹ ਚਾਹੁੰਦੇ ਵੀ ਜਿਹੜੀ ਇਮੀਗ੍ਰੇਸ਼ਨ ਆ ਉਹ ਇੱਕਦਮ ਬੰਦ ਹੋ ਜੇ ਸੋ ਇਸ ਡੀਲ ਵਿੱਚ ਇਮੀਗ੍ਰੇਸ਼ਨ ਬੰਦ ਹੁੰਦੀ ਸੀ ਬਿਜ਼ਨਸ ਚੱਲਦਾ ਰਹਿੰਦਾ ਸੀ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਡੀਪ ਨੇ ਉਹ ਆਪਾਂ ਨੂੰ ਨਹੀਂ ਪਤਾ ਮਤਲਬ ਕਿਤੇ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪਾਰਟੀਆਂ ਦੇ ਆਪਣੇ ਜਿਹੜੇ ਨਿੱਜਵਾਦ ਕਰਕੇ ਹਾਂਜੀ ਲੇਬਰ ਨੂੰ ਆਏ ਸੀ ਵੀ ਕੰਜ਼ਰਵੇਟਿਵ ਦਾ ਗਰੀ ਕੇ ਗਰੀ ਸਾਡੀ ਸਰਕਾਰ ਆਈ ਕੇ ਆਈ ਪਰ ਹੁਣ ਸਿਚੁਏਸ਼ਨ ਇਹ ਹੈਗੀ ਆ ਵੀ ਲੇਬਰ ਦੀ ਸਰਕਾਰ ਵੀ ਨਹੀਂ ਆਊਗੀ ਜੇ ਆਪਾਂ ਕਹੀਏ ਕਿ ਹੁਣੇ MEPs ਵਾਲੀਆਂ ਇਲੈਕਸ਼ਨ ਹੋ ਕੇ ਹਟੀਆਂ ਉਸ ਤੋਂ ਪਹਿਲਾਂ ਕੌਂਸਲ ਇਲੈਕਸ਼ਨ ਜਿਹੜੀਆਂ ਹੋਈਆਂ ਉਹਦੇ 'ਚ ਵੀ ਜਿਹੜਾ ਹੈ ਉਹਨਾਂ ਨੇ ਕੰਜ਼ਰਵੇਟਿਵ ਨੂੰ 4th ਨੰਬਰ 'ਤੇ ਅਤੇ ਲੇਬਰ ਨੂੰ 3rd ਨੰਬਰ 'ਤੇ ਤੱਕ 3rd ਨੰਬਰ 'ਤੇ ਤੱਕ ਤਾਂ ਜਿਹੜਾ ਲੇਬਰ ਨੂੰ ਇਹ ਖੁਸ਼ ਫਹਿਮੀ ਸੀ ਨਾ ਵੀ ਸਰੇਸਾ ਮੇ ਦੀ ਸਰਕਾਰ ਗਿਰੀ ਸਾਡੀ ਬਹੁਮਤ ਨਾਲ ਆਊਗੀ ਇਟ ਇਜ਼ ਨਾਟ ਗੋਇੰਗ ਟੂ ਹੈਪਨ ਲਾਈਕ ਦੈਟ ਹੁਣ ਜੇ ਹੋਇਆ ਤਾਂ ਲੇਬਰ ਦੀ ਤਾਂ ਲਿਬਰਲ ਡੈਮੋਕਰੇਟ ਦੀ ਇੱਕ ਕੋਲੀਸ਼ਨ ਸਰਕਾਰ ਬਣ ਸਕਦੀ ਆ ਜੇ ਲਿਬਰਲ ਡੈਮੋਕਰੇਟ ਮੰਨੇ ਤਾਂ ਨਹੀਂ ਲੇਬਰ ਦੀਆਂ ਵੀ ਕਾਫੀ ਸਾਰੀਆਂ ਸੀਟਾਂ ਮੇਰੇ ਹਿਸਾਬ ਨਾਲ 35-50 ਸੀਟਾਂ ਘੱਟੋ ਘੱਟ ਜਿਹੜੀਆਂ ਹੁਣ ਉਹਨਾਂ ਦੀਆਂ ਹੈਗੀਆਂ ਉਹ ਨੁਕਸਾਨ ਹੋ ਸਕਦਾ ਉਹ ਨੁਕਸਾਨ ਹੋ ਸਕਦਾ ਉਹ ਲਿਬਰਲ ਡੈਮੋਕਰੇਟਸ ਨੂੰ ਜਾਂ ਫਿਰ ਉਹ ਜਿਹੜੀ ਬਹੁਤ ਹੀ ਰਾਈਟ ਵਿੰਗ ਆ ਰਿਹਾ ਸੱਜੇ ਪੱਖੇ ਧਿਰ ਬ੍ਰੈਕਸਿਟ ਪਾਰਟੀ ਉਹਦੇ ਕੋਲ ਜਾ ਸਕਦਾ ਸੋ ਲੇਬਰ ਦਾ ਮੈਂ ਸਮਝਦਾ ਵੀ ਨਿੱਜੀ ਤੌਰ 'ਤੇ ਵੀ ਲੇਬਰ ਨੇ ਇੱਥੇ ਬਹੁਤ ਵੱਡੀ ਗਲਤੀ ਕੀਤੀ ਆ ਥੈਰੇਸਾ ਮੇ ਦੀ ਬੈਕਿੰਗ ਨਾ ਕਰਕੇ ਦੇਸ਼ ਨੂੰ ਬਚਾਉਣ ਲਈ ਜਾਂ ਯੂਰਪੀਅਨ ਯੂਨੀਅਨ ਦੇ ਭਵਿੱਖ ਨੂੰ ਬਚਾਉਣ ਲਈ
ਉਹ ਕਰਿਆ ਜਾ ਸਕਦਾ। ਜਿਹੜਾ ਬੈਕ ਸਟੋਪ ਵਾਲਾ ਚੱਕਰ ਹੈ ਨਾ, ਬੈਕ ਸਟੋਪ ਦਾ ਮੈਨੂੰ ਕਿਸੇ ਨੇ ਇਹ ਦੱਸਿਆ ਵੀ ਟੈਕਨੀਕਲੀ ਵੀ ਇਹ ਹੈਗਾ ਵੀ ਉਹਨਾਂ ਨੂੰ ਇਹ ਅਧਿਕਾਰ ਹਾਸਲ ਹੈ ਨਾਰਦਰਨ ਆਇਰਲੈਂਡ ਨੂੰ, ਵੀ ਜੇ ਉਹ ਚਾਹੁਣ ਤਾਂ ਕਦੀ ਵੀ ਆਇਰਲੈਂਡ ਨਾਲ ਜੁੜ ਸਕਦੇ ਆ, ਕਿਸੇ ਰੈਫਰੈਂਡਮ ਦੀ ਵੀ ਲੋੜ ਨਹੀਂ। ਮਤਲਬ ਕਿ ਇਹ ਵੀ ਟੈਕਨੀਕਲ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨਸ ਵਿੱਚ ਲਿਖਿਆ ਹੋਇਆ। ਹਾਲੇ ਮੈਂ ਸ਼ੋਰ ਨਹੀਂ ਇਹਦੇ ਬਾਰੇ, ਮੈਨੂੰ ਕਿਸੇ ਭਰੋਸੇਯੋਗ ਸੂਤਰ ਨੇ ਦੱਸਿਆ, ਹੁਣ ਮੈਂ ਉਹਦੇ ਤੇ ਮੈਨੂੰ ਕੱਲ ਪਰਸੋਂ ਹੀ ਦੱਸਿਆ, ਹੁਣ ਮੈਂ ਜਾ ਕੇ ਸਟੱਡੀ ਕਰੂੰਗਾ। ਸੋ ਅਸੀਂ ਕਨਫਰਮ ਨਹੀਂ ਕਰਦੇ ਹਲੇ ਇਹ, ਪਰ ਇਦਾਂ ਦੀਆਂ ਜਿਹੜੀਆਂ ਖਬਰਾਂ ਹੈਗੀਆਂ ਨੇ। ਸੋ ਉਹਦੇ ਚੋਂ ਬੈਕ ਸਟੋਪ ਤੇ ਇੰਨਾ ਜ਼ਿਆਦਾ ਜ਼ੋਰ ਦੇਣ ਨਾਲ, ਜਦੋਂ ਆਲਰੇਡੀ ਤੁਸੀਂ ਇਹ ਕਹਿ ਚੁੱਕੇ ਹੋ ਵੀ ਜੇ ਉਹ ਸਿਚੁਏਸ਼ਨ ਅਰਾਈਜ਼ ਹੁੰਦੀ ਆ ਵੀ ਯੂ ਕੈਨ ਗੋ ਐਨੀ ਟਾਈਮ ਵਿਦ ਆਇਰਲੈਂਡ, ਉਹ ਸਿਚੁਏਸ਼ਨ ਚ ਮੈਨੂੰ ਲੱਗਦਾ ਵੀ ਉਹ ਤਾਂ ਕਹਿੰਦੇ 6 ਕਾਉਂਟੀਆਂ ਨੇ ਸਿਰਫ, 6 ਕਾਉਂਟੀਆਂ ਜਦੋਂ ਮਰਜ਼ੀ ਮਤਾ ਪਾ ਦੇਣ ਵੀ ਵੀ ਆਰ ਗੋਇੰਗ ਵਿਦ ਆਇਰਲੈਂਡ, ਤੇ ਉਹਨਾਂ ਨੂੰ ਉਹ ਇਹ ਰੋਕ ਨਹੀਂ ਸਕਦੇ। ਉਹ ਸਕਾਟਲੈਂਡ ਵਾਲਾ ਸਿਸਟਮ ਨਹੀਂ ਹੈ। ਸੋ ਉਹਦੇ ਚੋਂ ਅਸੀਂ ਸਮਝਦੇ ਹਾਂ ਵੀ ਲੇਬਰ ਨੇ ਵੱਡੀ ਗਲਤੀ ਕੀਤੀ ਆ, ਲੇਬਰ ਨੂੰ ਬੈਕ ਕਰਨਾ ਚਾਹੀਦਾ ਸੀ, ਉਹਨਾਂ ਨੇ ਜਸਟ ਆਪਣੇ ਪੋਲੀਟੀਕਲ ਐਸਪੀਰੇਸ਼ਨਸ ਨੂੰ ਪੱਠੇ ਪਾਉਣ ਲਈ ਵੀ ਉਹ ਸਾਰਾ ਟੈਕਨੀਕਲੀ ਜਿਹੜਾ ਹੈਗਾ ਸਾਨੂੰ ਉਹਦਾ ਲਾਭ ਹੋ ਜਾਵੇ ਜੇ ਕਲਮਸ ਪੈਂਦਾ ਰਹੇ ਸਾਡੀ ਸਰਕਾਰਾਂ ਨੇ। ਤੇ ਅਰਦਾਸ ਸਿੰਘ ਜੀ, MBP ਇਲੈਕਸ਼ਨ ਜਿਹੜੀਆਂ ਹੋਈਆਂ ਉਸ ਦੇ ਵਿੱਚ ਬ੍ਰੈਕਸਿਟ ਪਾਰਟੀ ਨੂੰ ਵੱਡੀ ਜਿਹੜੀ ਆ ਜਿੱਤ ਮਿਲੀ ਹੈਗੀ ਆ, ਉਹਨੂੰ ਤੁਸੀਂ ਕਿਸ ਪਰਸਪੈਕਟਿਵ 'ਚ ਲੈ ਰਹੇ ਹੋ? ਲੋਕ ਹੁਣ ਦੇਖ ਰਹੇ ਵੀ 3 ਸਾਲਾਂ ਤੋਂ ਕੁਛ ਵੀ ਨਹੀਂ ਹੋਇਆ, ਜਿਹਨਾਂ ਲੋਕਾਂ ਨੇ ਕਿਸੇ ਉਮੀਦ ਨਾਲ ਵੋਟ ਪਾਈ ਸੀ, 1 ਮਿਲੀਅਨ ਵੋਟ ਜਿਹੜੀ ਐਕਸਟਰਾ ਪਈ ਆ ਰੈਫਰੈਂਡਮ 'ਚ, ਵੀ ਉਹਨਾਂ ਨੇ ਕਿਸੇ ਉਮੀਦ ਨਾਲ ਵੋਟ ਪਾਈ ਸੀ, ਉਹ ਲੋਕਾਂ ਦੀਆਂ ਉਮੀਦਾਂ ਦੇ ਪਾਣੀ ਫਿਰ ਗਿਆ ਹੋਇਆ। ਈਵਨ ਬ੍ਰੈਕਸਿਟ ਪਾਰਟੀ ਨੂੰ ਤੇ ਲਿਬਰਲ ਡੈਮੋਕਰੇਟਸ ਨੂੰ ਬਹੁਤ ਸਾਰੀ ਵੋਟ ਗਈ ਹੈ, ਉਹਨਾਂ ਨੇ ਬਹੁਤ ਸਾਰਾ ਵੋਟ ਦਾ ਚੰਕ ਆ ਜਿਹੜਾ ਉਹ ਖਾਧਾ ਹੈਗਾ ਹਨਾ। ਤੇ ਬ੍ਰੈਕਸਿਟ ਪਾਰਟੀ ਹਾਲੇ 6 ਹਫ਼ਤੇ ਪਹਿਲਾਂ ਪਾਰਟੀ ਹੋਂਦ ਵਿੱਚ ਆਉਂਦੀ ਆ, ਤੇ ਉਹ ਇੱਕੋ ਹੀ ਬੰਦੇ ਨੇ ਪੂਰੀ ਪੋਲਿਟਿਕਸ ਨੂੰ ਘੜਮਾਸੇ ਚ ਪਾਇਆ ਹੋਇਆ। ਪਹਿਲਾਂ ਉਹਨੇ ਯੂਕਿਪ ਚ ਪਾਇਆ, ਹਾਂਜੀ, ਫਿਰ ਉਹਨੇ ਜਿਹੜਾ ਰੈਫਰੈਂਡਮ ਆ ਉਹਦੇ ਕਰਕੇ ਸੀ ਨਾ, ਵੀ ਉਹਦੀ ਕਾਢ ਸੀ ਨਾ, ਵੀ ਉਹਦੇ ਚੋਂ ਇੱਕ ਬੰਦਾ। ਤੇ ਇਹ ਮੈਂ ਗੱਲ ਕਹਿ ਸਕਦਾ ਵੀ ਆਪਾਂ ਉਹਦੀ ਰਾਜਨੀਤੀ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਪਰ ਉਹ ਜਿਸ ਕਿਸਮ ਦਾ ਕੰਪੇਨਰ ਹੈ ਔਰ ਜਿਸ ਕਿਸਮ ਦਾ ਉਹ ਆਪਣੀ ਆਈਡੀਓਲੋਜੀ ਤੇ ਡਟ ਕੇ ਖੜ ਕੇ ਪਹਿਰਾ ਦਿੰਦਾ ਔਰ ਜਿੱਦਾਂ ਉਹਨੂੰ ਟ੍ਰਾਂਸਲੇਟ ਕਰਦਾ ਆਪਣੇ ਆਈਡੀਆਜ਼, ਉਹ ਕਮਾਲ ਦਾ ਬੰਦਾ ਹੈ ਹਨਾ। ਇਕਦਮ ਜਿੱਥੇ ਵੀ ਜਾਂਦਾ ਲੋਕ ਇਕੱਠੇ ਹੋ ਜਾਂਦੇ ਆ, ਘੱਟੋ ਘੱਟ ਸੁਣਦੇ ਆ ਉਹਨੂੰ ਵੀ ਕਹਿ ਕੀ ਰਿਹਾ ਹੋਵੇ, ਚਾਹੇ ਉਹ ਗਲਤ ਹੋਵੇ ਚਾਹੇ ਠੀਕ ਹੋਵੇ। ਸੋ ਇਹ ਹੈਗਾ ਵੀ ਐਮ ਏ ਉਹਦਾ ਬ੍ਰੈਕਸਿਟ ਪਾਰਟੀ ਦਾ ਅੱਗੇ ਆਉਣਾ, ਇੱਕ ਤਾਂ ਰਾਈਟ ਵਿੰਗ ਪੋਲੀਟਿਕਸ ਦਾ ਜਿਹੜਾ ਉਭਾਰ ਹੈ ਪੂਰੇ ਵੈਸਟ 'ਚ ਹੀ ਹੋ ਰਿਹਾ, ਉਹਨੂੰ ਆਪਾਂ ਦੇਖ ਸਕਦੇ ਹਾਂ। ਦੂਜਾ ਜਿਹੜੀਆਂ ਡੈਮੋਕ੍ਰੇਟਿਕ ਫੋਰਸਿਸ ਲਿਬਰਲ ਫੋਰਸਿਸ ਦਾ ਫੇਲੀਅਰ ਆ, ਉਹ ਹੈ ਵੀ ਲਿਬਰਲ ਫੋਰਸਿਸ ਦੇ ਫੇਲੀਅਰ 'ਚੋਂ ਜਿਹੜਾ ਬ੍ਰੈਕਸਿਟ ਪਾਰਟੀ ਦਾ ਯਾਰ ਜਿਹੜਾ ਅਲਟਰਾ ਰਾਈਟ ਵਿੰਗ ਪੋਲੀਟਿਕਸ ਦਾ ਅੱਗੇ ਆਉਣਾ। ਤੇ ਅਵਤਾਰ ਸਿੰਘ ਜੀ, ਇੱਥੇ ਇੱਕ ਹੋਰ ਸਵਾਲ ਇਹ ਉੱਠਦਾ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਦੁਬਾਰਾ ਬ੍ਰੈਕਸਿਟ ਹੋਣਾ ਚਾਹੀਦਾ, ਤੇ ਫਿਰ ਇਹ ਵਾਲੀਆਂ ਇਲੈਕਸ਼ਨਸ ਦੇ ਵਿੱਚ ਜਦੋਂ ਵੱਡੀ ਪੱਧਰ ਨੇ ਬ੍ਰੈਕਸਿਟ ਪਾਰਟੀ ਨੂੰ ਵੋਟਾਂ ਪਾਈਆਂ, ਤੇ ਕੀ ਇਹ ਸਮਝ ਲੈਣਾ ਚਾਹੀਦਾ ਕਿ ਸਾਰੇ ਲੋਕ ਇਹੋ ਹੀ ਚਾਹੁੰਦੇ ਨੇ ਕਿ UK ਜਿਹੜਾ ਹੈ ਜਲਦੀ ਤੋਂ ਜਲਦੀ ਬਾਹਰ ਹੋਵੇ ਯੂਰਪ ਚੋਂ? ਇਹ ਜਿਹੜੀਆਂ MEP ਵਾਲੀਆਂ ਇਲੈਕਸ਼ਨਸ ਆ ਨਾ, ਇਹ ਡਿਫਰੈਂਟ ਆਈਡੀਓਲੋਜੀ ਨੂੰ ਰਿਫਲੈਕਟ ਕਰਦੀਆਂ। ਉਹ ਹੈਗਾ ਜਿਹੜੀਆਂ ਲੋਕਲ ਆਪਣੀਆਂ ਇੱਥੋਂ ਦੀਆਂ ਆਮ ਚੋਣਾਂ ਹੋਣਗੀਆਂ ਜਿਹੜੀਆਂ ਮੈਂਬਰ ਆਫ ਪਾਰਲੀਮੈਂਟਸ ਲਈ ਹੋਣਗੀਆਂ, ਹੁਣ ਉਹਦੇ ਚੋਂ ਜਾਂ ਤੁਸੀਂ ਰੈਫਰੈਂਡਮ ਕਰਵਾ ਲਓ ਜਾਂ ਫਿਰ ਨਵੀਆਂ ਇਲੈਕਸ਼ਨਾਂ ਕਰਾ ਲਓ ਜਾਂ ਫਿਰ ਦੋਨੋਂ ਹੀ ਕਰਵਾ ਲਓ, ਇਕੱਠੀਆਂ ਕਰਵਾ ਲਓ। ਹਾਂਜੀ ਹਾਂ, ਵੀ ਦੋਨੋਂ ਇਕੱਠੀਆਂ ਕਰਾ ਲਓ, ਦੋ ਬੈਲਟ ਪੇਪਰ ਹੋਣ, ਇੱਕ ਚੋਂ ਆਪਣੇ MP ਲਈ, ਦੂਜੇ ਤੋਂ ਦੁਬਾਰੇ ਬ੍ਰੈਕਸਿਟ ਲਈ ਜੇ ਜਿੱਦਾਂ। ਪਰ ਬ੍ਰੈਕਸਿਟ ਚੋਂ ਜੇ ਫਿਰ ਹੋਇਆ ਵੀ ਨਹੀਂ ਹੋਣਾ, ਉਹਦੇ ਚੋਂ ਇਮੀਗ੍ਰੇਸ਼ਨ ਵਾਲਾ ਮਸਲਾ ਫਿਰ ਖੜਾ ਹੋ ਜਾਣਾ ਹਨਾ। ਫਿਰ ਜਦੋਂ ਤੁਸੀਂ ਨਹੀਂ ਬ੍ਰੈਕਸਿਟ ਕਰਨਾ ਤਾਂ ਇਮੀਗ੍ਰੇਸ਼ਨ ਜਿਹੜੀ ਮੂਵਮੈਂਟ ਆ ਉਹ ਫਿਰ ਰਹਿਣੀ ਹੈਗੀ ਆ। ਲੋਕਾਂ ਨੂੰ ਤਾਂ ਉਹ ਆ ਵੀ ਇਮੀਗ੍ਰੇਸ਼ਨ ਬੰਦ ਹੋਵੇ, ਬਿਜ਼ਨਸ ਚੱਲਦਾ ਰਹੇ, ਉਹਦੇ ਲਈ ਆਹ ਡੀਲ ਸੀ ਜਿਹੜੀ ਇਹ ਬੈਸਟ ਡੀਲ ਸੀ। ਹੁਣ ਜਦੋਂ ਬ੍ਰੈਕਸਿਟ ਦਾ ਹੋ ਗਿਆ, ਹੁਣ ਆਪਾਂ ਨੂੰ ਪਤਾ ਵੀ ਜੇ ਹੁਣ ਰੈਫਰੈਂਡਮ ਹੁੰਦਾ ਲੋਕਾਂ ਨੇ ਕਹਿਣਾ ਵੀ ਰਿਮੇਨ ਚ ਰਹੋ, ਹੁਣ ਲੀਵ ਨਹੀਂ ਕਰਨਾ, ਉਹਨੇ ਲੈ ਜਾਣੀ ਚਾਹੇ 1000 ਵੋਟਾਂ ਨਾਲ ਹੀ ਵੱਧ ਹੋਵੇ, ਕਿਉਂਕਿ ਜਿੰਨਾ 3 ਸਾਲਾਂ ਚ ਲੋਕਾਂ ਨੇ ਅਨਸਕਸੈਸਫੁਲ ਦੇਖਿਆ, ਖੱਜਲ ਖਰਾਬੀ ਹੋਈ, ਖੱਜਲ ਖਰਾਬੀ ਹੋਈ ਆ ਵੀ 3 ਸਾਲਾਂ ਤੋਂ ਪਾਰਲੀਮੈਂਟ ਚ ਹੋਰ ਕੋਈ ਡਿਬੇਟ ਹੀ ਨਹੀਂ ਹੋ ਰਹੀ, ਵੋਟਾਂ ਪੈਂਦੀਆਂ ਜੀ ਆ ਜਾਂਦੇ ਆ, ਚਲੇ ਗਏ ਜੀ, ਗੈਲਰੀ ਖਤਮ ਹੋ ਗਈ, ਪਹਿਲੀ ਸਰਕਾਰ ਡਿੱਗੀ ਫੇਰ ਦੂਜੀ ਆਈ, ਮਤਲਬ ਇਹ ਫੇਲੀਅਰ ਆ ਜਿੱਦਾਂ ਡੈਮੋਕ੍ਰੈਟਿਕ ਫੋਰਸਿਸ ਦਾ ਟੈਕਨੀਕਲੀ ਇਹ ਆ। ਪਰ ਵੱਡੇ ਪਰਸਪੈਕਟਿਵ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਲੇਬਰ ਪੇਨਸ 'ਚ, ਇਸ ਤੋਂ ਹੁਣ ਕੁਛ ਨਿਕਲਣਾ ਨਵਾਂ, ਵੀ ਨਵੇਂ ਆਈਡੀਆਸ, ਨਵੀਂ ਆਈਡੀਓਲੋਜੀ, ਨਵੀਂ ਪੋਲੀਟਿਕਸ, ਨਵੇਂ ਫੇਸਿਸ, ਇਹ ਸਾਰੇ ਵੱਡੇ ਜਿਹੜੇ ਤੁਰੇ ਫਿਰਦੇ ਆ, ਇਹ ਦੇ ਆਰ ਗੋਇੰਗ ਟੂ ਬੀ ਫਿਨਿਸ਼ਡ ਫਰੋਮ ਪੋਲੀਟੀਕਲ ਫੇਸ। ਬਿਲਕੁਲ ਜੀ, ਔਰ ਜੇ ਆਪਾਂ ਕਹੀਏ ਕਿ ਜਿਸ ਤਰੀਕੇ ਦੇ ਜਿਹੜੇ ਹਾਲਾਤ ਇਸ ਟਾਈਮ ਚੱਲ ਰਹੇ ਨੇ, ਤੇ ਲੱਗ ਨਹੀਂ ਰਿਹਾ ਕਿ ਅਕਤੂਬਰ ਦੇ ਵਿੱਚ ਵੀ ਕੋਈ ਇਹੋ ਜਿਹਾ ਕੁਛ ਇਹੋ ਜਿਹਾ ਕਾਰਨਾਮਾ ਹੋਏਗਾ, ਕਿਉਂਕਿ ਜਿਹੜਾ 6 ਮਹੀਨੇ ਦਾ ਟਾਈਮ ਮਿਲਿਆ ਸੀ ਉਸ ਦੇ ਵਿੱਚ ਵੀ ਕੁਛ ਹੋਣ ਦੀਆਂ ਇੰਨੀਆਂ ਉਮੀਦਾਂ ਜਿਹੜੀਆਂ ਨੇ ਨਹੀਂ ਲੱਗ ਰਹੀਆਂ। ਅਤੇ ਹੁਣ ਆਪਾਂ ਚੱਲਦੇ ਹਾਂ ਭਾਰਤ ਦੇ ਵਿੱਚ,
ਭਾਰਤ ਦੇ ਵਿੱਚ ਨਵੀਂ ਸਰਕਾਰ ਨੇ ਜਿਹੜਾ ਹੈ ਆਪਣਾ ਕਾਰਜਕਾਰ ਜਿਹੜਾ ਹੈ ਸੰਭਾਲਿਆ ਹੋਇਆ ਹੈ ਅਤੇ ਉਹਨਾਂ ਦੇ ਨਾਲ 59 ਮੰਤਰੀਆਂ ਨੇ ਵੀ ਜਿਹੜੀ ਹੈ ਕੈਬਨਿਟ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਸਹੁੰ ਚੁੱਕੀ ਹੈਗੀ ਆ, ਜਿਸ ਦੇ ਵਿੱਚ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਦਾ ਜਿਹੜਾ ਹੈ ਅਹੁਦਾ ਮਿਲਿਆ ਹੈਗਾ। ਅਵਤਾਰ ਸਿੰਘ ਜੀ ਕੀ ਕਹੋਗੇ? ਹਾਂਜੀ ਹਾਂਜੀ, ਨਵੀਂ ਸਰਕਾਰ ਜਿੱਦਾਂ ਹੋਂਦ ਵਿੱਚ ਆ ਗਈ ਆ, ਕਿਤੇ ਸਰਕਾਰਾਂ ਟੁੱਟ ਰਹੀਆਂ ਨੇ ਕਿਤੇ ਨਵੀਆਂ ਬਣ ਗਈਆਂ, ਕਿਤੇ ਨਵੀਆਂ ਬਣਦੀਆਂ ਨੇ। ਸੋ ਇੱਕ ਜਿਹੜਾ ਪੋਲੀਟੀਕਲ ਉਹਦੇ ਚੋਂ ਸਰਕਲ ਚੋਂ ਕਿਤੇ ਨਾ ਕਿਤੇ ਕੁਛ ਨਾ ਕੁਛ ਹੋ ਰਿਹਾ, ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰੇ 5 ਸਾਲਾਂ ਲਈ ਚੁਣੇ ਗਏ ਨੇ, ਅਤੇ ਉਹਨਾਂ ਨੇ ਪਿਛਲੇ ਦਿਨ ਅਹੁਦੇ ਦੀ ਸਹੁੰ ਚੁੱਕ ਲਈ ਹੋਈ ਆ ਜੀ, ਅਤੇ ਜਿਹੜੀ ਨਵੀਂ ਕੈਬਨਿਟ ਆ ਉਹ ਵੀ ਆ ਗਈ, ਕੁਛ ਨਵੇਂ ਫੇਸਿਸ, ਕੁਛ ਨਵੇਂ ਜਿਹੜੇ ਨਵੇਂ ਉਹਨਾਂ ਦੀ ਤਬਦੀਲੀ ਹੋਈ ਆ, ਜਿੱਦਾਂ ਰਾਜਨਾਥ ਸਿੰਘ ਨੂੰ ਦੇਸ਼ ਦਾ ਰੱਖਿਆ ਮੰਤਰੀ ਬਣਾ ਦਿੱਤਾ ਗਿਆ ਹੈ, ਜਿਹੜੀ ਬੀਬੀ ਨਿਰਮਲਾ ਸੀਗੀ ਰੱਖਿਆ ਮੰਤਰੀ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਬਣਾ ਦਿੱਤਾ ਗਿਆ, ਮਿਸਟਰ ਰਣਜੀਤ ਲਈ ਕਿਉਂਕਿ ਸਿਹਤ ਖਰਾਬ ਹੈ ਉਹਨਾਂ ਦੀ ਜੀ। ਉਹ ਅਮਿਤ ਸ਼ਾਹ ਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੈਗੇ ਕਿ ਉਹਨਾਂ ਦੇ ਕੋਲ ਗ੍ਰਹਿ ਮੰਤਰਾਲਾ ਹੋਣਾ? ਹਾਂਜੀ ਹਾਂਜੀ, ਉਹ ਓਬਵੀਅਸ ਹੀ ਸੀਗਾ ਵੀ ਉਹ ਗ੍ਰਹਿ ਮੰਤਰੀ ਬਣਨਗੇ ਜਿੱਤ ਕੇ, ਅਤੇ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਜਿਸ ਕਿਸਮ ਦੀ ਉਹਨਾਂ ਦੀ ਜਿਹੜੀ ਜਿਹੜੀ ਇਲੈਕਸ਼ਨ ਕੰਪੇਨ ਵੇਲੇ ਜਿਹੜਾ ਜ਼ਹਿਰੀਲਾ ਪ੍ਰਚਾਰ ਕਰਿਆ ਉਹਨਾਂ ਨੇ, ਅਤੇ ਉਹਦੇ ਜਿਹੜੇ ਉਹਦੇ ਆਪਾਂ ਕਹਿ ਸਕਦੇ ਹਾਂ ਵੀ ਹੁਣ ਰਿਫਲੈਕਸ਼ਨਸ ਆ ਉਹ ਸਾਡੇ ਸਾਹਮਣੇ ਆ ਸਕਦੀਆਂ, ਉਹਦੇ ਚੋਂ ਖਾਸ ਕਰਕੇ ਜਿਹੜੇ ਮੁਸਲਿਮ ਭਾਈਚਾਰਾ ਉਹਦੇ ਜਿਹੜੇ ਟਾਰਗੇਟ ਹੈ। ਹੁਣ ਇਹ ਦੋਹੀ ਆ, ਉਹਨਾਂ ਦਾ ਅੱਜ ਹੀ ਬਿਆਨ ਆ ਗਿਆ ਵੀ ਦੇਸ਼ ਦੀ ਸੁਰੱਖਿਆ ਜਿਹੜੀ ਹੈ ਨਾ, ਦੇਸ਼ ਦੀ ਸੁਰੱਖਿਆ ਦਾ ਇੱਕ ਦੋ ਤਰ੍ਹਾਂ ਨਾਲ ਆਸਪੈਕਟ ਸਾਹਮਣੇ ਆਉਂਦੇ ਆ, ਇੱਕ ਤਾਂ ਪਾਕਿਸਤਾਨ ਨਾਲ ਇੱਟ ਖੜਾਕਾ ਜਾਂ ਉਹਦੇ ਨਾਲ ਜਿਹੜੀ ਭਾਸ਼ਾ ਵਿੱਚ ਉਹ ਕੰਮ ਕਰਦਾ ਉਸੇ ਭਾਸ਼ਾ ਵਿੱਚ ਉਹਨੂੰ ਜਵਾਬ ਦੇਣਾ ਹੈ ਨਾ, ਅਤੇ ਦੂਜਾ ਹੈਗਾ ਵੀ ਇੰਟਰਨਲ ਇਨਸਾਈਡ ਇੰਡੀਆ ਦੇ ਵਿੱਚ ਜਿਹੜੀ ਮੁਸਲਿਮ ਪਾਪੂਲੇਸ਼ਨ ਆ ਉਹਨੂੰ ਦਹਿਸ਼ਤ ਜ਼ਿਆਦਾ ਕਰਨਾ, ਅਤੇ ਉਹਦੇ 'ਚੋਂ ਮੈਨੂੰ ਲੱਗਦਾ ਵੀ ਜਿਹੜਾ ਪਾਕਿਸਤਾਨ ਨਾਲ ਜੇ ਉਸ ਲੰਬੀ ਜੰਗ ਵਿੱਚ ਪੈਣਾ ਉਹ, ਕਿਉਂਕਿ ਜਦੋਂ ਤੁਸੀਂ ਦੂਜੇ ਮੁਲਕ ਨਾਲ ਜੰਗ ਲਾ ਲੈਂਦੇ ਹੋ ਨਾ, ਵੀ ਇਹ ਹੈ ਕਿ ਵੀ ਜੰਗ ਦੇ ਆਪਣੇ ਆਈਡੀਅਲਸ ਹੋ ਜਾਂਦੇ ਆ, ਜੰਗ ਦੀਆਂ ਆਪਣਾ ਅਰਥਮੈਟਿਕ ਹੋ ਜਾਂਦਾ ਜੰਗ ਦਾ, ਉਹਨੂੰ ਉਹ ਤੁਹਾਡੇ ਕਾਬੂ 'ਚ ਨਹੀਂ ਰਹਿੰਦਾ ਫਿਰ, ਚਾਹੇ ਪ੍ਰੋਕਸੀ ਵਾਰ ਹੀ ਲਾਇਓ ਤੁਸੀਂ, ਕਿਉਂਕਿ ਜਿੱਦਾਂ ਪਾਕਿਸਤਾਨ ਪ੍ਰੋਕਸੀ ਵਾਰ ਕਰਦਾ ਉਹਨਾਂ ਨੂੰ ਆਇਆ ਵੀ ਉੱਦਾਂ ਦੀ ਪ੍ਰੋਕਸੀ ਵਾਰ ਉੱਥੇ ਛੇੜ ਦਿੱਤੀ ਜਾਵੇ, ਬੰਬ ਧਮਾਕੇ ਹੋਣ ਜਾਂ ਜਿੱਦਾਂ ਉਹਨੂੰ ਡੀਸਟੈਬਲਾਈਜ਼ ਕਰ ਦਿਉ, ਪਰ ਇਸ ਕਿਸਮ ਦੀਆਂ ਜਿਹੜੀਆਂ ਪ੍ਰੋਕਸੀ ਵਾਰ ਦਾ ਪਾਕਿਸਤਾਨ ਨੇ ਵੀ ਕਰਕੇ ਦੇਖ ਲਿਆ ਨਾ ਜੀ ਜੀ, ਉਹਨਾਂ ਦੇ ਵੀ ਹੱਥ ਪਲੇ ਕੁਝ ਨਹੀਂ ਪਿਆ, ਉਹਨਾਂ ਦਾ ਵੀ ਆਪਣੀ ਡੀਸਟੈਬਲਾਈਜੇਸ਼ਨ ਹੀ ਹੋ ਰਹੀ ਆ ਜੀ ਜੀ ਬਿਲਕੁਲ, ਜੇ ਪਾਕਿਸਤਾਨ ਨੇ ਪ੍ਰੋਕਸੀ ਵਾਰ ਨੂੰ ਐਜ਼ ਆਪਣੀ ਫੋਰਨ ਪਾਲਿਸੀ ਰੱਖਿਆ ਤੇ ਅੱਜ ਉਹਨਾਂ ਦਾ ਅੰਦਰੋਂ ਵੀ ਕਿੰਨਾ ਕੁਛ ਖੋਖਲਾ ਹੋ ਗਿਆ ਨਾ, ਇਹ ਪ੍ਰੋਕਸੀ ਵਾਰਸ ਆ ਉਹਨਾਂ ਦੇ ਜਿਹੜੇ ਆਫਸ਼ੂਟਸ ਨੇ ਜਿਹੜੇ ਉਹਦੇ ਰੈਜ਼ੀਡਿਊਅਲ ਇਫੈਕਟ ਨੇ ਉਹ ਫਿਰ ਇੱਦਾਂ ਪੈਂਦੇ ਆ ਵੀ ਜਿਹੜਾ ਮੁਲਕ ਸ਼ੁਰੂ ਕਰਦਾ ਨਾ ਉਹਨੂੰ ਆਪ ਹੀ ਇੰਨੇ ਝਟਕੇ ਸਹਿਣੇ ਪੈਂਦੇ ਆ ਵੀ ਉਹ ਤੁਹਾਡੇ ਹਿੱਤ ਵਿੱਚ ਨਹੀਂ ਰਹਿੰਦਾ। ਸੋ ਇੰਡੀਆ ਇਸ ਵੇਲੇ ਇਹ ਹੈਗਾ ਵੀ ਘੱਟੋ ਘੱਟ ਉਨਾ ਜ਼ਿਆਦਾ ਅਨਸੇਫ ਨਹੀਂ ਹੈਗਾ ਪਾਕਿਸਤਾਨ ਵਾਂਗੂ ਹੈ ਨਾ, ਤੇ ਜੇ ਇਸ ਘੜਮਾਸੇ 'ਚ ਪੈ ਜਾਂਦੇ ਆ ਫਿਰ ਉਹ ਇੰਡੀਆ ਲਈ ਵੀ ਬਹੁਤ ਕੁਛ ਨੁਕਸਾਨਦਾਰ ਹੋਊਗਾ, ਕਿਉਂਕਿ ਕਿਸੇ ਨੂੰ ਹਥਿਆਰ ਦੇਣੇ ਬੜੇ ਸੌਖੇ ਆ, ਮੁੜ ਕੇ ਹਥਿਆਰ ਲੈਣੇ ਬਹੁਤ ਔਖੇ ਆ। ਤਾਲਿਬਾਨ ਨੂੰ ਜਾਂ ਹੋਰ ਜਿੰਨੀਆਂ ਅਫਗਾਨਿਸਤਾਨ ਦੀਆਂ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਅਮਰੀਕਾ ਵੀ ਹਥਿਆਰ ਦੇ ਤਾਂ ਬੈਠਾ ਪਰ ਹੁਣ ਵਾਪਸ ਲੈਣੇ ਬਹੁਤ ਔਖੇ, ਇਸ ਲਈ ਜਿਹੜਾ ਇਹ ਹੈਗਾ ਵੀ ਦੂਜਾ ਇਹ ਹੈਗਾ ਵੀ ਹੁਣ ਮੁਸਲਮਾਨਾਂ ਤੇ ਅੰਦਰੂਨੀ ਵੀ ਉਹਨਾਂ ਦੀ ਬਹੁਤ ਖਿਚਾਈ ਹੋਣ ਦੀਆਂ, ਅਗਲੇ 5 ਸਾਲਾਂ 'ਚ ਚੰਗੀ ਖਿਚਾਈ ਹੋਊਗੀ ਅਤੇ ਉਹ ਬਹੁਤ ਸਾਰੇ ਜਿੱਦਾਂ ਮਾੜੇ ਦਿਨ ਆ ਅਤੇ ਉਹ ਸਿੱਖਾਂ ਲਈ ਵੀ ਆ ਸਕਦੇ। ਬਿਲਕੁਲ ਜੀ, ਔਰ ਇਸ ਦੇ ਨਾਲ ਹੀ ਐੱਸ ਜੈਵਰਧਨ ਜਿਹਨਾਂ ਦੀ ਵੀ ਕਾਫੀ ਚਰਚਾ ਹੈਗੀ ਆ, ਜੋ ਕਿ ਆਈ ਏ ਐੱਸ ਔਫਿਸਰ ਸਨ ਰਿਟਾਇਰ ਹੋਏ ਹੋਏ ਅਤੇ ਉਹਨਾਂ ਨੂੰ ਜਿਹੜਾ ਹੈ ਵਿਦੇਸ਼ ਮੰਤਰਾਲਿਆ ਸੌਂਪਿਆ ਗਿਆ ਹੈ, ਕਿਸ ਤਰੀਕੇ ਨਾਲ ਲੈਂਦੇ ਹੋ? ਹਾਂਜੀ, ਇਹ ਤਾਂ ਅਸੀਂ ਸਮਝਦੇ ਹੈਗੇ ਹਾਂ ਵੀ ਚਲੋ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਕੋਈ ਹੋਵੇ, ਜਿਹੜੇ ਇਹ ਵਿਦੇਸ਼ ਮੰਤਰੀ ਦਾ ਖਾਸ ਕਰਕੇ ਉਹਦਾ ਨਾ ਇੰਨੇ ਮਤਲਬ ਕਿਸੇ ਚੰਗੇ ਪੜ੍ਹੇ ਲਿਖੇ ਬੰਦੇ ਦਾ ਐਬਿਲਿਟੀ ਵਾਲੇ ਜਾਂ ਟੈਕਨੀਕਲੀ ਜਿਹੜਾ ਬੰਦਾ ਸਾਰੇ, ਕਿਉਂਕਿ ਉਹ ਵਿਦੇਸ਼ ਸੈਕਟਰੀ ਹੋਏ ਸੀਗੇ। ਅੱਛਾ ਜੀ, ਕਿਉਂਕਿ ਮੰਤਰੀ ਤੋਂ ਬਾਅਦ ਸੈਕੰਡ ਨੰਬਰ ਤੇ ਉਹ ਹੀ ਹੁੰਦੇ ਹੈਗੇ ਆ, ਉਹਨਾਂ ਨੂੰ ਸਾਰੀ ਜਿਹੜੀ ਐਕਸਟਰਨਲ ਪਾਲਿਸੀ ਆ ਉਹਦੀ ਸਮਝ ਹੁੰਦੀ ਆ। ਸੋ ਵਿਦੇਸ਼ ਮੰਤਰੀ ਤਾਂ ਇਸ ਤਰ੍ਹਾਂ ਦਾ ਕੋਈ ਬੰਦਾ ਚਾਹੀਦਾ ਹੁੰਦਾ, ਅਮਰੀਕਾ 'ਚ ਵੀ ਇਸ ਤਰ੍ਹਾਂ ਹੀ ਹੁੰਦਾ ਨਾ। ਤੁਸੀਂ ਦੇਖੋ ਵੀ ਮਾਈਕ ਪੋਂਪੀਓ ਸੀਗੇ CIA ਦੇ ਇੰਚਾਰਜ ਸੀ, ਉਹਨਾਂ ਨੂੰ ਸੈਕਟਰੀ ਆਫ ਸਟੇਟ ਲਾ ਦਿੱਤਾ ਉਹਨਾਂ ਨੇ। ਸੋ ਜਿਹਨੂੰ ਸਾਰੀ ਸਮਝ ਹੈਗੀ ਆ ਸਨੈਰੀਓ ਦੀ, ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਦਾ ਵਿਦੇਸ਼ ਮੰਤਰੀ ਬਣਨਾ ਜਿੱਦਾਂ ਇੱਕ ਟੈਕਨੀਕਲੀ ਉਹਨੂੰ ਬੂਸਟ ਕਰੇਗਾ ਜੀ ਜੀ, ਇੱਕ ਤਾਂ ਕਿਉਂਕਿ ਟਰੈਵਲਿੰਗ ਬਹੁਤ ਹੁੰਦੀ ਆ ਉੱਥੇ, ਬੰਦਾ ਊਂ ਕੈਮ ਚਾਹੀਦਾ ਥੋੜ੍ਹਾ ਜਿਹਾ ਕਿਉਂਕਿ ਲਗਾਤਾਰ ਇੱਧਰ ਜਾਣਾ ਉੱਧਰ ਜਾਣਾ ਉਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਬਿਲਕੁਲ ਬਿਲਕੁਲ, ਅਤੇ ਦੂਜਾ ਹੈਗਾ ਵੀ ਸਮਝ ਰਿਲੇਸ਼ਨਸ, ਮੀਟਿੰਗਸ ਹੋਣੀਆਂ, ਡਿਪਲੋਮੈਟਿਕ ਆਸਪੈਕਟਸ ਨੂੰ ਟਰਾਂਸਲੇਟ ਕਰਨਾ, ਉਹ ਤੁਹਾਡਾ ਪੁਰਾਣਾ ਐਕਸਪੀਰੀਅੰਸ ਜਿਹੜਾ ਹੋਣਾ ਚਾਹੀਦਾ ਔਰ ਇੱਥੇ ਕੰਮ ਆਊਗਾ ਜੀ। ਬਿਲਕੁਲ ਜੀ, ਔਰ ਇਸ ਤੋਂ ਬਾਅਦ ਜਿਹੜੀ ਤੀਸਰੇ ਨੰਬਰ 'ਤੇ ਜਿਹੜੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ, ਚੰਦਰ ਪ੍ਰਤਾਪ ਸਾਰੰਗੀ ਮੋਦੀ ਅਤੇ ਸ਼ਾਹ ਤੋਂ ਬਾਅਦ ਜੇ ਆਪਾਂ ਕਹੀਏ ਕਿ ਉੜੀਸਾ ਦੇ ਪੇਂਡੂ ਇਲਾਕਿਆਂ ਦੇ ਵਿੱਚ ਇਹ ਝੋਪੜੀ ਦੇ ਵਿੱਚ ਰਹਿੰਦੇ ਸਨ, ਜੋ ਇਹਨਾਂ ਬਾਰੇ ਜਿੱਦਾਂ ਪ੍ਰਚਾਰਿਆ ਗਿਆ ਜਾਂ ਸੋਸ਼ਲ ਮੀਡੀਆ 'ਤੇ ਵੀ ਦੇਖਣ ਨੂੰ ਮਿਲਦਾ ਹੈ, ਅਤੇ ਉਹਨਾਂ ਨੇ ਜਿਹੜਾ ਆਪਣਾ ਚੋਣ ਪ੍ਰਚਾਰ ਹੈ ਉਸ ਦੇ ਵਿੱਚ ਖਰਚਾ ਵੀ ਬਹੁਤਾ ਜ਼ਿਆਦਾ ਜਿਹੜਾ ਨਹੀਂ ਕੀਤਾ, ਸਾਈਕਲ 'ਤੇ ਚੋਣ ਪ੍ਰਚਾਰ ਕੀਤਾ,
ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫ਼ੀ ਉਤਸ਼ਾਹ ਹੈ ਕਿ ਇੱਕ ਇੰਨੇ ਨੀਵੀਂ ਪੱਧਰ ਦਾ ਜਿਹੜਾ ਜਾਂ ਕਹੀਏ ਕਿ ਇੰਨਾ ਗਰੀਬ ਤਬਕੇ ਦਾ ਬੰਦਾ ਜਦੋਂ ਕਿਸੇ ਉੱਚੇ ਲੈਵਲ 'ਤੇ ਜਾ ਕੇ ਮੰਤਰੀ ਪਦ ਦੀ ਜਿਹੜੀ ਸਹੁੰ ਚੁੱਕਦਾ ਹੈ। ਪਰ ਇਸ ਦੀ ਜੇ ਆਪਾਂ ਕਹੀਏ ਇੱਕ ਇਹਦਾ ਹੋਰ ਪਹਿਲੂ ਵੀ ਹੈਗਾ ਜਿਸ ਦੇ ਬਾਰੇ ਲੋਕਾਂ ਨੂੰ ਇੰਨਾ ਜ਼ਿਆਦਾ ਨਹੀਂ ਪਤਾ। 2002 ਦੇ ਵਿੱਚ ਇਹੀ ਬੰਦਾ ਜਿਹੜਾ ਹੈਗਾ ਚੰਦਰ ਪ੍ਰਤਾਪ ਨਾਰੰਗੀ, ਇਹ ਬਜਰੰਗ ਦਲ ਦਾ ਮੁਖੀ ਸੀਗਾ ਔਰ ਉਸ ਟਾਈਮ 'ਤੇ ਇੱਕ ਪਾਦਰੀ ਅਤੇ ਉਹਦੇ ਬੱਚਿਆਂ ਨੂੰ ਅੱਗ ਲਾ ਕੇ ਜਿਹੜਾ ਹੈ ਸਾੜ ਦਿੱਤਾ ਗਿਆ ਸੀ ਇੱਕ ਜੀਪ ਦੇ ਵਿੱਚ। ਅਤੇ ਉਸ ਦੇ ਵਿੱਚ ਇਹ ਜਿਹੜੀ ਇਹ ਰਿਪੋਰਟ ਹੈ ਇਹ BBC ਨੇ ਰਿਪੋਰਟ ਛਾਪੀ ਹੈ। ਅਵਤਾਰ ਸਿੰਘ ਜੀ ਕੀ ਸੀਗੀ ਇਹਦੀ ਬੈਕਗ੍ਰਾਊਂਡ ਕੀ ਸੀ? ਹਾਂਜੀ ਹਾਂਜੀ, ਇੱਕ ਤਾਂ ਚਲੋ ਵੀ ਜੇ ਕੋਈ ਸੇ ਹੰਬਲ ਬੈਕਗ੍ਰਾਊਂਡ 'ਚੋਂ ਬੰਦਾ ਮੰਤਰੀ ਬਣਦਾ ਤਾਂ ਸਾਨੂੰ ਸਵਾਗਤ ਕਰਨਾ ਬਣਦਾ ਉਹਦਾ। ਇੱਕ ਖਾਸ ਕਰਕੇ ਕਿਉਂਕਿ ਭਾਰਤ ਦੀ ਰਾਜਨੀਤੀ ਵਿੱਚ ਇਹ ਹੈਗਾ ਵੀ ਜ਼ਿਆਦਾ ਤਗੜੇ ਹੀ ਆਉਂਦੇ ਨੇ, ਹਾਂ ਪੈਸੇ ਵਾਲਾ ਜਾਂ ਬਾਹੂਬਲੀ ਜੀ, ਮਤਲਬ ਇਸ ਕਿਸਮ ਦੇ ਲੋਕ ਆ ਰਹੇ ਆ ਵੀ ਜੇ ਇਸ ਹੰਬਲ ਬੈਕਗ੍ਰਾਊਂਡ 'ਚੋਂ ਇੱਕ ਬੰਦਾ ਨੀ ਕਾਫੀ ਆਉਣੇ ਚਾਹੀਦੇ ਸੀ ਜੀ ਜੀ, ਇਹ ਇੱਕ ਆਇਆ ਹਨਾ ਤੇ ਪਰ ਸਾਡਾ ਇਹ ਮੰਨਣਾ ਹੈਗਾ ਵੀ ਘੱਟੋ ਘੱਟ 25-30 ਬੰਦੇ ਆ ਮਿਨਿਸਟਰ ਆ ਜਿਹੜੇ ਉਹ ਇਦਾਂ ਦੇ ਹੋਣੇ ਚਾਹੀਦੇ ਇਸ ਤਰ੍ਹਾਂ, ਉਹ ਵੀ ਇਹ ਨਾ ਹੋਵੇ ਵੀ ਜਸਟ ਗਰੀਬ ਨੇ ਜਾਂ ਆਪਣੀ ਭੁੱਖ ਲਾਉਣ ਲਈ ਆਏ ਨੇ ਵੀ ਮੈਂ ਅਮੀਰ ਹੋ ਜਾਵਾਂ, ਉਹਨਾਂ ਦੀ ਹੰਬਲਨੈਸ ਆ ਜਿਹੜੀ ਉਹ ਕਿਤੇ ਨਾ ਕਿਤੇ ਰਿਫਲੈਕਟ ਕਰਨੀ ਚਾਹੀਦੀ ਆ ਉਹਨਾਂ ਦੀ ਲਾਈਫ 'ਚ ਵੀ ਇਸ ਤਰ੍ਹਾਂ ਦਾ ਹੋਵੇ ਜਿਹੜੀਆਂ ਸਪਿਰਚੁਅਲ ਵੈਲਿਊਜ਼ ਹੁੰਦੀਆਂ ਵੀ ਉਸ ਤਰ੍ਹਾਂ ਦੇ ਬੰਦੇ ਆਉਂਦੇ। ਪਰ BBC ਦੀ ਰਿਪੋਰਟ ਬਾਰੇ ਤੁਸੀਂ ਕੀ ਕਹੋਗੇ? ਹਾਂ, ਦੂਜਾ ਜਿਹੜਾ ਤੁਸੀਂ ਇਹ ਕਿਹਾ ਵੀ ਹੁਣ ਉਹ ਬਾਅਦ 'ਚੋਂ ਇਸ ਉਹਦੇ 'ਚ ਆਇਆ, ਉਹ ਕਹਿੰਦਾ ਵੀ ਡਿਵਾਈਸ ਕਿਸਮ ਦੀ ਉਹਦੀ ਪਰਸਨੈਲਿਟੀ ਹੈਗੀ ਆ ਤੇ 2002 'ਚ ਗ੍ਰਾਮ ਸਟੇਨਸ ਦਾ ਜਿਹੜਾ ਮਿਸ਼ਨਰੀ ਦਾ ਤੁਸੀਂ ਜ਼ਿਕਰ ਕਰਿਆ ਜੀ, ਉਹਦਾ ਜਿਹੜਾ ਕਤਲ ਹੋਇਆ ਉਹਦਾ ਕਤਲ ਨਹੀਂ ਮਤਲਬ ਜਿੰਦਾ ਸਾੜ ਦਿੱਤਾ, ਜਿੰਦਾ ਸਾੜ ਦਿੱਤਾ ਗਿਆ ਜੀ, ਵੀ ਉਹਦੇ 'ਚੋਂ ਦਾਰਾ ਸਿੰਘ ਵਾਲਾ ਗਰੁੱਪ ਆ ਜਿਹੜਾ ਉਹਦਾ ਇਹ ਲੀਡਰ ਸੀਗਾ ਜੀ। ਸੋ ਇਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਇਹ ਹੰਬਲਨੈਸ ਹੈ ਉਹ ਪਰਦੇ ਪਿੱਛੇ ਲੁਕੀ ਹੋਈ ਇੱਕ ਹੋਰ ਦਰਿੰਦਗੀ ਦਾ ਮਤਲਬ ਕਿ ਉਹ ਵੀ ਉਹਦੇ 'ਚੋਂ ਵੀ ਇੰਨੀ ਦਰਿੰਦਗੀ ਨਾਲ ਉਹ ਛੋਟੇ ਛੋਟੇ ਬੱਚੇ ਸਾੜ ਦਿੱਤੇ ਗਏ ਜੀਬ 'ਚ ਪਾ ਕੇ ਵੀ ਇਹ ਕੋਈ ਹੰਬਲਨੈਸ ਨਹੀਂ ਹੈ ਹਨਾ, ਵੀ ਇਹ ਗਲਤ ਹੈਗਾ। ਤੇ ਹੁਣ ਵੀ ਉਹ BBC ਨੇ ਇਹ ਰਿਪੋਰਟ ਲਾਈ ਆ ਵੀ ਹਲੇ ਵੀ ਉਹ ਕਹਿੰਦਾ ਵੀ ਬੱਚਿਆਂ ਦੇ ਸੜਨ ਦਾ ਮੈਨੂੰ ਫਿਕਰ ਹੋਆ ਦੁੱਖ ਆ, ਪਰ ਉਹਦਾ ਨਹੀਂ ਪਾਦਰੀ ਦਾ। ਹਾਂ ਵੀ ਜਿਸ ਤਰ੍ਹਾਂ ਕਹਿੰਦੇ ਵੀ ਉਹ ਕਨਵਰਸ਼ਨਸ ਕਰ ਰਹੇ ਨੇ ਸਾਡੇ ਇਲਾਕਿਆਂ 'ਚ ਆ ਕੇ ਵੀ ਲੋਕਾਂ ਨੂੰ ਕ੍ਰਿਸਚਨ ਬਣਾ ਰਹੇ ਆ, ਅਸੀਂ ਟੋਲਰੇਟ ਨਹੀਂ ਕਰ ਸਕਦੇ, ਯਾਨੀ ਉਹ ਇਸ ਕਿਸਮ ਦਾ ਇਹ ਹੈਗਾ ਵੀ ਇਹ ਵੀ ਇੱਕ ਪੱਖ ਹੈਗਾ ਉਹਨਾਂ ਦੀ ਹੰਬਲਨੈਸ ਦੇ ਪਿੱਛੇ ਔਰ ਇਹਨੂੰ ਵੀ ਭੁੱਲਣਾ ਨਹੀਂ ਚਾਹੀਦਾ। ਹਾਂਜੀ ਹਾਂ, ਉਹਦੇ 'ਚੋਂ ਦਾਰਾ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਜਿਹੜੀ ਬਾਅਦ 'ਚੋਂ ਹਾਈ ਕੋਰਟ ਨੇ ਖਤਮ ਕਰਕੇ ਉਹਨੂੰ ਉਮਰ ਕੈਦ ਦੀ ਦਿੱਤੀ ਆ। 11 ਬੰਦੇ ਜਿਹਨਾਂ ਨੂੰ ਉਮਰ ਕੈਦ ਹੋਈ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਜੀ 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 ਉਸ ਕਤਲ ਕੇਸ 'ਚ ਨਾ। ਸੋ ਅਸੀਂ ਸਮਝਦੇ ਹਾਂ ਵੀ ਇੰਨਾ ਘਨਾਉਣਾ ਕਤਲ ਕੇਸ ਹੋਇਆ ਹੋਵੇ ਔਰ ਸਾਰੇ ਜਿਹੜੇ ਆਪਾਂ ਦੇਖ ਰਹੇ ਹਾਂ ਵੀ ਜਿੱਦਾਂ ਅਸੀਮਾਂ ਨਾਲ ਛੁੱਟੇ ਆ ਵੀ ਉਹ ਸਾਰੇ ਛੱਡ ਦਿੱਤੇ ਗਏ ਬਿਲਕੁਲ, ਔਰ ਇਸ ਦੇ ਨਾਲ ਨਾਲ ਇੱਕ ਕੇਸ ਇਹਨਾਂ ਦੇ ਹੋਰ ਵੀ ਕਾਫੀ ਸਾਰੇ ਕੇਸ ਚੱਲਦੇ ਜਿਹਨਾਂ ਦੇ ਕੇਸਿਸ ਦਾ ਜ਼ਿਕਰ ਜਿਹਨਾਂ ਦੇ ਵਿੱਚ ਇੱਕ ਇਹ ਵੀ ਹੈਗਾ ਕਿ ਵਿਧਾਨ ਸਭਾ ਦੇ ਉੱਤੇ ਜਿਹੜਾ ਹਮਲਾ ਕੀਤਾ। ਹਾਂਜੀ ਹਾਂ, ਉਹ ਤੋਂ ਐਸੇ ਉੜੀਸਾ ਵਿਧਾਨ ਸਭਾ ਤੇ ਉਹ ਵੀ ਬਜਰੰਗ ਦਲ ਨੇ ਕਰਿਆ ਸੀ ਜੀ, ਉਦੋਂ ਲੀਡ ਕਰ ਰਹੇ ਸੀ ਤੇ ਉਹਦੇ ਵੀ ਬਾਅਦ 'ਚੋਂ ਇਹ ਹੋਇਆ ਵੀ ਮੇਰਾ ਖਿਆਲ ਉਹਨੂੰ ਕਿਹਾ ਵੀ ਐਵੀਡੈਂਸ ਨਹੀਂ ਹੈਗੇ ਜਾਂ ਕਿੱਦਾਂ, ਸੋ ਇਸ ਤਰ੍ਹਾਂ ਕਰਕੇ। ਸੋ ਸਰਕਾਰਾਂ ਬਚਾ ਲੈਂਦੀਆਂ ਆਪਣੇ ਬੰਦਿਆਂ ਨੂੰ ਬਚਾ ਲੈਂਦੀਆਂ ਆਪਣਾ ਕਿਹੜਾ ਹੈ। ਬਿਲਕੁਲ ਜੀ, ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਕਿਹਾ ਕਿ ਇਸ ਵਾਲੀ ਜਿਹੜੀ ਸਰਕਾਰ ਹੈਗੀ ਇਹ 5 ਸਾਲਾਂ ਦੇ ਵਿੱਚ ਘੱਟ ਗਿਣਤੀਆਂ ਦਾ ਜਿਹੜਾ ਵਿਸ਼ਵਾਸ ਹੈ ਉਸ ਨੂੰ ਜਿਹੜਾ ਹੈ ਬਹਾਲ ਕੀਤਾ ਜਾਏਗਾ। ਅਵਤਾਰ ਸਿੰਘ ਜੀ ਬੜਾ ਹੀ ਸਵਾਗਤ ਕਰਨ ਵਾਲਾ ਉਹਨਾਂ ਦਾ ਬਿਆਨ ਹੈ, ਪਰ ਤੁਸੀਂ ਪਿਛਲੀ ਖਬਰ 'ਤੇ ਇਸ ਨੂੰ ਕਿਸ ਪਰਸਪੈਕਟਿਵ 'ਚ ਲੈਂਦੇ ਹੋ? ਹਾਂਜੀ ਹਾਂ, ਹੁਣ ਤੁਸੀਂ ਦੇਖ ਸਕਦੇ ਹੋ ਵੀ ਜੇ ਤਾਂ ਉਹਨਾਂ ਨੇ ਰੀਅਲੀ ਆਪਣੇ ਅਤੀਤ ਤੋਂ ਖਹਿੜਾ ਛਡਾ ਲਿਆ ਵੀ ਹੁਣ ਉਹ ਇੱਕ ਤਰ੍ਹਾਂ ਨਾਲ ਸੁਧਰੇ ਹੋਏ ਰਾਜਨੀਤੀਵਾਨ, ਕਿਉਂਕਿ ਪਿਛਲੇ 5 ਸਾਲ ਕੋਈ ਸੁਧਰੇ ਹੋਏ ਰਾਜਨੀਤੀਵਾਨ ਵਾਲੀ ਕੋਈ ਗੱਲ ਨਹੀਂ ਸੀ। ਜਿਸ ਤਰ੍ਹਾਂ ਦਾ ਉਹਨਾਂ ਦੀ ਬਾਡੀ ਲੈਂਗੁਏਜ ਸੀ, ਜਿਸ ਤਰ੍ਹਾਂ ਦਾ ਰੋਬ ਦਾਬ ਸੀ, ਜਾਂ ਜਿਸ ਤਰ੍ਹਾਂ ਦੀ ਅੱਗ ਵਧਾਉਣ ਵਾਲੀ ਭਾਸ਼ਾ ਉਹਨਾਂ ਨੇ ਵਰਤੀ ਆ ਵੀ ਉਹਦੇ 'ਚੋਂ ਆਪਾਂ ਕਹਿ ਨਹੀਂ ਸਕਦਾ ਵੀ ਬੰਦਾ ਇੱਕ ਦਿਨ 'ਚ ਤਬਦੀਲ ਹੋ ਗਿਆ ਹੋਇਆ। ਤੇ ਦੂਜਾ 2002 ਦੇ ਕਤਲੇਆਮ ਵਾਲਾ ਪਾਸਟ, ਉਹਦੇ 'ਚ ਹੁਣ ਅਮਿਤ ਸ਼ਾਹ ਦਾ ਵੀ ਨਾਲ ਜੁੜ ਜਾਣਾ, ਕਿਉਂਕਿ ਅਮਿਤ ਸ਼ਾਹ ਉਦੋਂ ਗ੍ਰਹਿ ਮੰਤਰੀ ਸੀ ਗੁਜਰਾਤ 'ਚ ਤੇ ਹੁਣ ਉਹ ਦੇਸ਼ ਦੇ ਦਾ ਗ੍ਰਹਿ ਮੰਤਰੀ ਆ, ਕਿਉਂਕਿ ਉਦੋਂ 3000 ਮੁਸਲਮਾਨ ਕਤਲ ਹੋਇਆ ਇਹਨਾਂ ਦੀ ਦੇਖ ਰੇਖ ਦੇ ਹੇਠ। ਅਕਸਰ ਸਰਕਾਰ ਇਹਨਾਂ ਦੀ ਸੀ, ਅਸੀਂ ਨੀ ਕਹਿੰਦੇ ਦੇ ਵਾਰ ਡਾਇਰੈਕਟਰੀ ਇਨਵੋਲਵਡ, ਪਰ ਉੱਥੇ ਹੋਇਆ ਸਾਰਾ ਕੁਛ ਤੇ ਉਹਨੇ ਕਲੀਨ ਚਿੱਟ ਇਹਨਾਂ ਨੂੰ ਦਿੱਤੀ ਹੋਈ, ਹਾਂ ਖੁੱਲਾ ਛੁੱਟੀਆਂ ਦਿੱਤੀਆਂ ਗਈਆਂ ਵੀ ਹਾਂ ਤੁਸੀਂ ਕਤਲ ਕਰ ਲਓ। ਸੋ ਉਹਦੇ 'ਚੋਂ ਇਹ ਕਰਨਾ ਵੀ ਦੋਵਾਂ ਦੀ ਜੋੜੀ ਵੀ ਘੱਟ ਗਿਣਤੀਆਂ ਦਾ ਵਿਸ਼ਵਾਸ ਜਿੱਤ ਲੂਗੀ, ਜਦੋਂ ਕਿ ਅਮਿਤ ਸ਼ਾਹ 15 ਦਿਨ ਪਹਿਲਾਂ ਕਹਿ ਰਿਹਾ ਵੀ ਟਰਮਾਈਟਸ ਨੇ ਜਿਹੜੇ ਮੁਸਲਮਾਨ ਨੇ ਨਾ ਵੀ ਇਹ ਸਿਉਂਕ ਲੱਗੀ ਹੋਈ ਆ ਇੱਥੇ ਦੇਸ਼ ਨੂੰ, ਅਸੀਂ ਇਕੱਲੇ ਇਕੱਲੇ ਨੂੰ ਦਵਾਈ ਪਾ ਕੇ ਜਿੱਦਾਂ ਬਾਹਰ ਕੱਢਣਾ। ਸੋ ਉਸ ਦਿਸ਼ਾ ਵਿੱਚ ਇਹ ਕਹਿਣਾ ਵੀ ਉਹ ਵੀ ਵਿਸ਼ਵਾਸ ਜਿੱਤ ਲੈਣਗੇ, ਤੇ ਉਹਦੇ 'ਚੋਂ ਇੰਗਲਿਸ਼ ਟ੍ਰਿਬਿਊਨ ਨੇ ਐਡੀਟੋਰੀਅਲ ਵੀ ਲਿਖ ਦਿੱਤਾ ਹੋਇਆ ਜੀ ਜੀ, ਤੇ ਉਹਦਾ ਉਹਨੇ ਸਰਕਾਰ ਬਣਨ ਤੋਂ ਬਾਅਦ ਵਾਲੇ ਜਿਹੜੇ 8-9 ਦਿਨ ਉਹਦੇ 'ਚ ਇਹਨਾਂ ਲਿਖਾਇਆ ਵੀ 10 ਘਟਨਾਵਾਂ ਹੋ ਗਈਆਂ ਨੇ ਜਿੱਥੇ ਮੁਸਲਮਾਨਾਂ ਦਾ ਕੁੱਟ ਕਟਾਪਾ ਹੋਇਆ, ਉਹਨਾਂ ਦੀ ਬੇਇੱਜ਼ਤੀ ਹੋਈ ਹੈ, ਤੇ ਈਵਨ ਉਹਨਾਂ ਨੂੰ ਮਤਲਬ ਕਿ ਬਹੁਤ ਬੁਰੀ ਤਰ੍ਹਾਂ ਕੁੱਟ ਕੇ ਇੱਕ ਤਰ੍ਹਾਂ ਨਾਲ ਮਰਨ ਦੀ ਹੱਦ ਤੱਕ ਕੁੱਟਿਆ ਗਿਆ। ਤੇ ਆਪਾਂ ਕਹਿ ਰਹੇ ਹਾਂ ਵੀ ਅਸੀਂ ਘੱਟ ਗਿਣਤੀਆਂ ਦਾ ਵਿਸ਼ਵਾਸ ਜਿੱਤਣਾ ਹੈਗਾ। ਸੋ ਜੇ ਇੰਗਲਿਸ਼ ਟ੍ਰਿਬਿਊਨ ਵਰਗਾ ਅਖਬਾਰ ਇਸ ਤਰ੍ਹਾਂ ਦੀ ਟਿੱਪਣੀ ਕਰਦਾ ਔਰ ਐਡੀਟੋਰ
ਜਿਹੜੇ ਹੁਣ ਨਵੇਂ ਤਾਂ ਸੱਤਾ ਵਿੱਚ ਆਏ ਨੇ, ਜੇ ਵਾਕਿਆ ਹੀ ਉਹ ਇਮਾਨਦਾਰ ਘੱਟ ਗਿਣਤੀਆਂ ਪ੍ਰਤੀ, ਤਾਂ ਉਹਨਾਂ ਨੂੰ ਚਾਹੀਦਾ ਹੈਗਾ ਵੀ ਆਪਣਾ ਰਾਜ ਧਰਮ ਨਿਭਾਉਣ। ਇੱਕ ਤਾਂ ਆਪਣੇ ਪੁਰਾਣੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕਬੂਲ ਕਰਨ, ਅਤੇ ਦੂਜਾ ਇਹ ਹੈਗਾ ਵੀ ਹੁਣ ਜਿਹੜਾ ਹੈਗਾ ਵੀ ਕ੍ਰਸ਼ ਕਰਨ ਦਾ, ਜਿੱਦਾਂ ਆਪਾਂ ਖਦਸ਼ਾ ਜਹਿਰਾਇਆ ਵੀ ਸਿੱਖਾਂ ਅਤੇ ਮੁਸਲਮਾਨਾਂ ਦਾ ਜਿੱਦਾਂ ਦੁਬਾਰੇ ਉਹਨਾਂ 'ਤੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਜਾ ਸਕਦਾ, ਵੀ ਉਹ ਉਸ ਨੂੰ ਉਹਨੂੰ ਰੱਦ ਕਰਕੇ ਸਿੱਖਾਂ ਨੂੰ ਵੀ ਅਤੇ ਮੁਸਲਮਾਨਾਂ ਨੂੰ ਵੀ ਇਨਕਲੂਸਿਵ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਲੈ ਕੇ ਆਉਣ, ਮੁੱਖ ਧਾਰਾ ਵਿੱਚ ਲੈ ਕੇ, ਵੀ ਉਹਨਾਂ ਦਾ ਵਿਸ਼ਵਾਸ ਜਿੱਤਣ। ਸਿੱਖਾਂ ਦੇ ਵੀ ਬਹੁਤ ਸਾਰੇ ਮਸਲੇ ਨੇ, ਬਹੁਤ ਸਾਰੇ ਕੰਸਰਨਸ ਨੇ ਜਿਹੜੇ ਹਲੇ ਹੱਲ ਨਹੀਂ ਹੋਏ, ਚਾਹੇ ਪਾਣੀ ਦਾ ਮਸਲਾ, ਚਾਹੇ ਰਾਜਸਥਾਨ ਦਾ ਮਸਲਾ, ਬੰਦੀ ਸਿੰਘਾਂ ਦਾ, ਜਾਂ ਪੰਥ ਦੀਆਂ ਹੋਰ ਮੰਗਾਂ ਨੇ ਬਹੁਤ ਸਾਰੀਆਂ, ਪੰਜਾਬੀ ਭਾਸ਼ਾ ਦਾ ਹੈਗਾ ਨਾ ਲੈਂਗੁਏਜ ਦੇ ਆਧਾਰ 'ਤੇ ਉਹਦੇ ਜਿਹੜੇ ਰੀਓਰਗਨਾਈਜੇਸ਼ਨ ਦਾ ਹੈਗਾ, ਉਹਦੇ 'ਚ ਫਿਰ ਜਿਹੜਾ ਜਾਣ ਬੁੱਝ ਕੇ ਪੰਜਾਬੀ ਲੈਂਗੁਏਜ ਨੂੰ ਡਲਿਊਟ ਕੀਤਾ ਜਾ ਰਿਹਾ ਉਹਦਾ ਹੈਗਾ, ਸਿੱਖ ਹਿਸਟਰੀ ਨੂੰ ਡਿਸਟੋਰਟ ਕੀਤਾ ਜਾ ਰਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ 'ਤੇ ਹੋਰ ਬਾਣੀਆਂ ਨੂੰ ਜਾਂ ਹੋਰ ਜਿਹੜੀਆਂ ਹੈਗੀਆਂ ਨੇ ਲਿਖਤਾਂ ਉਹਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ, ਵੀ ਗੁਰੂ ਸਾਹਿਬ ਦੇ ਮੁਕਾਬਲੇ 'ਤੇ ਧਿਰਾਂ ਪੈਦਾ ਕੀਤੀਆਂ ਜਾ ਰਹੀਆਂ ਨੇ, ਡੇਰਾਵਾਦ ਨੂੰ ਪ੍ਰਮੋਟ ਕੀਤਾ ਜਾ ਰਿਹਾ, ਡੇਰਾਵਾ, ਹਾਂਜੀ, ਜਾਨੀ ਬਹੁਤ ਸਾਰੇ ਕੰਸਰਨਸ ਨੇ ਨਾ ਇਹ। ਸੋ ਉਹਦੇ 'ਚੋਂ ਫਿਰ ਉਸ ਕਿਸਮ ਦੇ ਪੋਲੀਟੀਸ਼ੀਅਨਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਪੰਜਾਬ ਵਿੱਚ, ਜਿਨ੍ਹਾਂ ਦਾ ਸਿੱਖੀ ਨਾਲ ਜਾਂ ਸਿੱਖੀ ਦੇ ਦਰਦ ਨਾਲ ਕੋਈ ਸੰਬੰਧ ਨਹੀਂ, ਜਿਹੜੇ ਪੂਰੀ ਤਰ੍ਹਾਂ ਪਾਵਰ ਹੰਗਰੀ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਸੱਭਿਆਚਾਰ ਆ ਪੰਜਾਬ 'ਚੋਂ ਵੀ ਬਦਲਣਾ ਪਊਗਾ, ਉਹਨਾਂ ਨੂੰ ਇੱਕ ਜ਼ਿੰਮੇਵਾਰ ਧਿਰ ਦੇ ਤੌਰ 'ਤੇ, ਸਿੱਖਾਂ ਨੂੰ ਇੱਕ ਬਰਾਬਰ ਦੇ ਧਿਰ ਦੇ ਤੌਰ 'ਤੇ, ਇਸ ਤਰ੍ਹਾਂ ਸਾਰਿਆਂ ਨੂੰ ਹੀ ਮਤਲਬ ਲੈਣ ਦੀ ਜਿਹੜੀ ਆ ਲੋੜ ਆਪਾਂ ਕਹਿ ਸਕਦੇ ਹਾਂ, ਇਨਕਲੂਸਿਵ ਡੈਮੋਕ੍ਰੇਸੀ ਹੋਵੇ, ਐਕਸਕਲੂਸਿਵ ਨਾ ਹੋਵੇ। ਬਿਲਕੁਲ ਜੀ, ਅਤੇ ਹੁਣ ਵੇਲਾ ਹੋ ਗਿਆ ਕਮਰਸ਼ੀਅਲ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਇਸੇ ਤਰੀਕੇ ਦਾ ਨਿਊਜ਼ ਪੁਆਇੰਟ ਪ੍ਰੋਗਰਾਮ ਤੁਹਾਡੇ ਸਾਹਮਣੇ ਜਾਰੀ ਰਹੇਗਾ, ਮਿਲਦੇ ਹਾਂ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚ ਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਆਪ ਜੀ ਦਾ ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਨਿਊਜ਼ ਪੁਆਇੰਟ, ਅਤੇ ਮੇਰੇ ਨਾਲ ਨੇ ਜਰਨਲਿਸਟ ਅਵਤਾਰ ਸਿੰਘ ਜੀ। ਅਤੇ ਜੇ ਆਪਾਂ ਅੱਜ ਗੱਲਬਾਤ ਕਰੀਏ ਤਾਂ ਜੂਨ 1984 ਨੂੰ ਜਿਹੜਾ ਹੈਗਾ, ਆਪਾਂ ਕਹੀ ਕਿ ਅੱਜ 35 ਵਰੇ ਹੋ ਚੁੱਕੇ ਨੇ, ਅਤੇ ਅਸੀਂ ਅੱਜ ਉਹਨਾਂ ਸ਼ਹੀਦਾਂ ਨੂੰ ਜਿਹੜੀ ਹੈ ਅਕਾਲ ਚੈਨਲ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਜਿਹੜਾ ਹੈ ਇਸ ਸੰਘਰਸ਼ ਦੇ ਵਿੱਚ ਆਪਣੀਆਂ ਜਿਹੜੀਆਂ ਜਾਨਾਂ ਨੇ ਉਹ ਕੌਮ ਦੇ ਲਈ ਵਾਰੀਆਂ ਨੇ। ਅਵਤਾਰ ਸਿੰਘ ਜੀ ਕੀ ਕਹੋਗੇ? ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਮੂਹ ਸਿੰਘਾਂ ਸਿੰਘਣੀਆਂ ਨੂੰ ਜੀ ਅਤੇ ਉਹਨਾਂ ਸਮੁੱਚੇ ਜਰਨੈਲਾਂ ਨੂੰ ਜਾਂ ਜਿਨ੍ਹਾਂ ਨੇ ਅਗਵਾਈ ਕੀਤੀ ਸਾਰਿਆਂ ਦਾ ਇੱਕ ਤਰ੍ਹਾਂ ਨਾਲ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ, ਜਿਨ੍ਹਾਂ ਨੇ ਸਿੱਖ ਗੁਰਧਾਮਾਂ ਦੀ ਰਾਖੀ ਲਈ ਪੰਥ ਦੀਆਂ ਜੋ ਰਵਾਇਤਾਂ ਸੀਗੀਆਂ ਉਹਨਾਂ 'ਤੇ ਚੱਲਦਿਆਂ ਹੋਇਆਂ ਵੀ ਆਪਣੀ ਜਾਨਾਂ ਦੀ ਪਰਵਾਹ ਨਹੀਂ ਕਰੀ, ਅਤੇ ਬਹੁਤ ਸਾਰੇ ਅਣਗਿਣਤ ਸ਼ਹੀਦ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਸੀ, ਜਿਹੜੇ ਗੁਰਪੁਰਬ ਮਨਾਉਣ ਆਏ ਸੀ, ਉਹ ਸਰਕਾਰੀ ਦਹਿਸ਼ਤ ਦਾ ਸ਼ਿਕਾਰ ਹੋਏ ਔਰ ਬਹੁਤ ਬੇਕਿਰਕੀ ਨਾਲ ਕਤਲ ਕਰ ਦਿੱਤੇ ਗਏ, ਜਿਹਨਾਂ ਮਤਲਬ ਕਿ ਦੇਸ਼ ਦੇ ਸ਼ਹਿਰੀ ਜਿਸ ਤਰ੍ਹਾਂ ਨਹੀਂ ਹੁੰਦੇ ਵੀ ਉਨੀ ਬਹੁਤ ਨਫ਼ਰਤ ਭਰਪੂਰ ਢੰਗ ਨਾਲ ਉਹਨਾਂ ਦਾ ਕਤਲੇਆਮ ਹੋਇਆ। ਉਹ ਸਮੂਹ ਸਿੰਘ ਸਿੰਘਣੀਆਂ ਜਿਹੜੇ ਉਸ ਸਮੇਂ ਦੌਰਾਨ ਸ਼ਹੀਦ ਹੋਏ ਉਹਨਾਂ ਸਾਰਿਆਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਅਤੇ ਉਮੀਦ ਕਰਦੇ ਹਾਂ ਵੀ ਉਹ ਉਸ ਤਰ੍ਹਾਂ ਦੀਆਂ ਰੂਹਾਂ ਲਗਾਤਾਰ ਪੰਥ ਦੇ ਵਿਹੜੇ ਦਾ ਸ਼ਿੰਗਾਰ ਬਣੀਆਂ ਰਹਿਣਗੀਆਂ, ਅਤੇ ਉਹਨਾਂ ਦੀ ਜਿਹੜੀ ਸ਼ਹਾਦਤ ਦੀਆਂ ਜਿਹੜੀਆਂ ਇੱਕ ਤਰ੍ਹਾਂ ਨਾਲ ਰਿਫਲੈਕਸ਼ਨਸ ਨੇ ਉਹ ਸਮੁੱਚੀ ਕੌਮ ਵਿੱਚ ਹਲੇ ਵੀ ਹੈ ਨੇ, ਉਹ ਲਗਾਤਾਰ ਉਹ ਤਰੰਗਾਂ ਨੇ ਜਿਹੜੀਆਂ, ਚਾਹੇ ਉਹ ਵੱਡੇ ਸਾਹਿਬਜ਼ਾਦਿਆਂ ਦੀਆਂ ਹੋਣ, ਚਾਹੇ ਛੋਟੇ ਸਾਹਿਬਜ਼ਾਦੇ ਦੀਆਂ, ਚਾਹੇ ਭਾਈ ਤਾਰੂ ਸਿੰਘ ਦੀਆਂ, ਭਾਈ ਮਤੀ ਦਾਸ ਦੀਆਂ, ਭਾਈ ਦਿਆਲਾ ਜੀ ਦੀਆਂ, ਭਾਈ ਮਨੀ ਸਿੰਘ ਦੀਆਂ, ਜਾਂ ਫਿਰ ਇਹਨਾਂ ਸਿੰਘ ਸ਼ਹੀਦਾਂ ਦੀਆਂ ਹੈਗੀਆਂ, ਜਿਹੜੀਆਂ ਇਹ ਰਿਫਲੈਕਸ਼ਨਸ ਨੇ ਆਪਣੀ ਕੌਮ ਲਈ, ਆਪਣੇ ਪੰਥ ਲਈ ਆਪਾ ਵਾਰਨ ਦੀਆਂ, ਵੀ ਉਹ ਲਗਾਤਾਰ ਕੌਮ ਦੀ ਹਿਰਦਿਆਂ ਵਿੱਚ ਹਸਤਾਂਤਰਿਤ ਹੋਣਗੀਆਂ, ਅਤੇ ਕੌਮ ਨੂੰ ਇੱਕ ਨਵਾਂ ਜਜ਼ਬਾ ਅਤੇ ਨਵੇਂ ਜਜ਼ਬਾਤ ਆ ਲਗਾਤਾਰ ਉਹ ਦਿੰਦੀਆਂ ਰਹਿਣਗੀਆਂ। ਬਿਲਕੁਲ ਜੀ, ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ 35 ਸਾਲਾਂ ਦਾ ਜਿਹੜਾ ਹੈ, ਜੇ ਆਪਾਂ ਕੁਛ ਸ਼ਬਦਾਂ ਦੇ ਵਿੱਚ ਲੇਖਾ ਜੋਖਾ ਕਰਨਾ ਹੋਵੇ, ਕੀ ਖੱਟਿਆ ਜਾਂ ਕੀ ਗਵਾਇਆ ਜਾਂ ਅੱਜ ਅਸੀਂ ਕਿੱਥੇ ਖੜ੍ਹੇ ਹਾਂ, ਅਤੇ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹਾਂ? ਹਾਂਜੀ, ਇਹ ਜੇ ਆਪਾਂ ਕੀ ਖੱਟਿਆ ਜਾਂ ਕੀ ਗਵਾਇਆ ਦੇ ਚੱਕਰ 'ਚੋਂ ਕਰੀਏ, ਗੱਲ ਤਾਂ ਇਹ ਸੀਗੀ ਵੀ 35 ਸਾਲ ਪਹਿਲਾਂ ਜੋ ਹੋਇਆ ਉਹਦੇ 'ਚੋਂ ਮੁੜ ਕੇ ਜੋ ਸਿੱਖ ਕੌਮ ਨੇ ਜਿਸ ਤਰ੍ਹਾਂ ਰਿਐਕਟ ਕਰਿਆ ਜੀ, ਉਹ ਉਹਨਾਂ ਨੇ ਆਪਣੀ ਇਤਿਹਾਸਕ ਪ੍ਰਵਿਰਤੀ 'ਚੋਂ ਜਾਂ ਜਿਹੜਾ ਇਤਿਹਾਸ ਉਹਨਾਂ ਦੇ ਪਿੱਠ 'ਤੇ ਖੜ੍ਹਾ ਸੀ ਉਹਦੇ 'ਚੋਂ ਰਿਐਕਟ ਕਰਿਆ ਉਹਨਾਂ ਨੇ। ਸੋ ਜਿਹੜੀਆਂ ਪੰਥ ਦੀਆਂ ਰਵਾਇਤਾਂ ਸੀ ਉਸ ਢੰਗ ਨਾਲ ਜਿੰਨਾ ਕਿ ਉਹਨਾਂ ਨੂੰ ਸਮਝ ਆਈ, ਉਹਦੇ 'ਚੋਂ ਬਹੁਤ ਸਾਰੀਆਂ ਗਲਤੀਆਂ ਵੀ ਹੋਈਆਂ ਹੋਣਗੀਆਂ, ਇੱਡੀ ਕੋਈ ਗੱਲ ਨਹੀਂ, ਆਪਾਂ ਨਹੀਂ ਕਹਿ ਸਕਦੇ ਵੀ ਸਾਰਾ ਕੁਛ ਪਿਓਰਲੀ 100% ਠੀਕ, ਜਦੋਂ ਬੰਦਾ ਸਟੈਪ ਚੁੱਕਦਾ ਉਹਦੇ 'ਚੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ, ਔਰ ਜਿਨ੍ਹਾਂ ਧਿਰਾਂ ਨੇ ਉਹ ਜੰਗ ਲੜੀ ਆ ਉਹਨਾਂ ਨੂੰ ਇਮਾਨਦਾਰੀ ਨਾਲ ਜਿਹੜੀਆਂ ਗਲਤੀਆਂ ਨੇ ਉਹ ਵੀ ਕਬੂਲ ਕਰ ਲੈਣੀਆਂ ਚਾਹੀਦੀਆਂ ਹੈਗੀਆਂ,
ਤੇ ਇਹ ਹੈਗਾ ਵੀ ਟ੍ਰੈਡੀਸ਼ਨਸ ਨੂੰ ਕਾਇਮ ਰੱਖਿਆ ਤੇ ਚਾਨਣਾ ਇਹ ਮੈਂ ਕਿਸੇ ਨਾਲ ਕਿਸੇ ਵਿਦਵਾਨ ਨਾਲ ਹੀ ਗੱਲ ਕਰਦਾ ਸੀ ਜਿਹੜੇ ਬੰਦੇ ਉਸ ਸਮੇਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੀ ਉਹ ਬੰਦੇ ਸੀਗੇ ਅਤੇ ਉਹਨਾਂ ਨਾਲ ਜਦੋਂ ਮੈਂ ਗੱਲ ਕੀਤੀ ਵੀ ਇਸ ਤਰ੍ਹਾਂ ਤਾਂ ਇਹ ਸਾਰੇ ਨੂੰ ਹੁਣ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਤਾਂ ਉਹਨਾਂ ਨੇ ਕਿਹਾ ਵੀ ਉਸ ਵੇਲੇ ਸਾਨੂੰ ਇਹ ਲੱਗਿਆ ਸੀਗਾ ਵੀ ਜੇ ਅਸੀਂ ਰਿਐਕਟ ਨਾ ਕੀਤਾ ਤਾਂ ਕੌਮ ਦੀ ਸਦਾ ਸਦਾ ਲਈ ਮੌਤ ਹੋ ਸਕਦੀ ਆ। ਉਹ ਕਹਿੰਦੇ ਵੀ ਅਸੀਂ ਕੌਮ ਦੀ ਸਦਾ ਸਦਾ ਲਈ ਮੌਤ ਹੋ ਜਾਣ ਨਾਲੋਂ ਜਿਹੜਾ ਨੁਕਸਾਨ ਆ ਉਹ ਵੱਡਾ ਨਹੀਂ ਹੁੰਦਾ। ਜੇ ਨੁਕਸਾਨ ਹੋ ਜਾਏ ਕੋਈ ਗੱਲ ਨਹੀਂ, ਪਰ ਕੌਮ ਨੂੰ ਸੰਭਾਲਿਆ ਜਾ ਸਕਦਾ। ਹਾਂ, ਪਰ ਕੌਮ ਦੀ ਸਦਾ ਸਦਾ ਲਈ ਮੌਤ ਜਿਹੜੀ ਵੀ ਕੋਈ ਉੱਠਿਆ ਨਹੀਂ ਯਾਰ, ਐਡਾ ਵੱਡਾ ਹਮਲਾ ਹੋ ਜ਼ਮੀਰ ਮਰ ਗਿਆ ਜੇ ਆਪਾਂ ਉਹ ਗੱਲ ਸੰਤ ਜਰਨੈਲ ਸਿੰਘ ਵਾਲੀ ਗੱਲ ਸਾਹਮਣੇ ਆ ਜਾਂਦੀ। ਹਾਂਜੀ ਹਾਂਜੀ, ਵੀ ਉਹਦੇ ਚੋਂ ਉਸ ਬੰਦੇ ਨੇ ਫਿਰ ਇਸ ਤਰ੍ਹਾਂ ਸਮ ਅਪ ਕਰਿਆ ਸੀਗਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਹਾਲੇ ਵੀ ਜਿਉਂਦੇ ਆ ਉਹ ਬੰਦੇ ਅਤੇ ਜਣੇ ਇਹ ਉਹਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ। ਬਾਕੀ ਇਹ ਹੈਗਾ ਬਈ ਜਿਹੜੀਆਂ ਗਲਤੀਆਂ ਆ ਹੁਣ ਜਿਹੜਾ ਇਹ ਆਉਂਦਾ ਹੈ ਨਾ ਕਹਿੰਦਾ ਵੀ ਹੁਣ ਸਾਡਾ ਅਸੀਂ ਔਰਗਨਾਈਜ਼ ਨਹੀਂ ਹੋਏ ਜਾਂ ਉਹਦੇ 'ਚੋਂ ਆਪਾਂ ਧਾਪੀ ਪਈ ਹੋਈ ਹੈ ਜਾਂ ਜਿਸ ਤਰ੍ਹਾਂ ਕੁਛ ਰਾਹ ਨਹੀਂ ਦਿਖ ਰਿਹਾ, ਲਗਾਤਾਰ ਇਹ ਆ ਰਿਹਾ ਵੀ 35 ਸਾਲਾਂ ਬਾਅਦ ਵੀ ਕੋਈ ਜਾਂ ਬਹੁਤੇ ਵਾਰੀ ਵੀ ਯਾਰ ਕੁਛ ਬਣਿਆ ਤਾਂ ਹੈ ਨਹੀਂ ਹੈ ਨਾ, ਸੋ ਇਸ ਤਰ੍ਹਾਂ ਦਾ ਉਹਦੇ 'ਚੋਂ ਹੈਗਾ ਵੀ ਸਾਡੀਆਂ ਉਹ ਇੱਕ ਤਾਂ ਜਿਹੜੀ ਜੰਗ ਸੀਗੀ ਵੀ ਜੰਗ ਹੈ ਜਿਹੜੀ ਇੱਕਦਮ ਗਲ ਪੈ ਗਈ, ਉਹਦੇ ਲਈ ਸਿੱਖ ਤਿਆਰ ਨਹੀਂ ਸੀ। ਇੱਕ ਖਦਸ਼ਾ ਜ਼ਰੂਰ ਸੀਗਾ ਵੀ ਇਸ ਤਰ੍ਹਾਂ ਹੋ ਸਕਦਾ, ਪਰ ਔਰਗਨਾਈਜ਼ ਨਹੀਂ ਸੀਗਾ, ਇੱਕਦਮ ਲੜਾਈ ਗਲ ਪੈ ਗਈ। ਫਿਰ ਉਹ ਗਲ ਪਈ ਲੜਾਈ 'ਚੋਂ ਜਿੰਨਾ ਕੁ ਸਿੱਖਾਂ ਨੂੰ ਲੱਗਿਆ, ਜਿਸ ਢੰਗ ਨਾਲ ਵੀ ਉਹ ਲੜੇ, ਜਿਸ ਢੰਗ ਨਾਲ ਵੀ ਉਹਨਾਂ ਨੇ ਚਾਹੇ ਓਵਰਗਰਾਊਂਡ ਸੀ ਚਾਹੇ ਅੰਡਰਗਰਾਊਂਡ ਸੀ ਉਹ ਸਾਰਾ ਸੰਘਰਸ਼ ਲੜਿਆ, ਵੀ ਉਹਦੇ 'ਚੋਂ ਉਹ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਇੱਕ ਤਰ੍ਹਾਂ ਨਾਲ ਆਪਾਂ ਪੋਜ਼ਿਟਿਵ ਹੀ ਕਹਾਂਗੇ, ਹੈ ਨਾ। ਬਿਲਕੁਲ। ਅਤੇ ਜਿਹੜੀਆਂ ਗਲਤੀਆਂ ਨੇ ਗਲਤੀਆਂ ਮੰਨਣੀਆਂ ਚਾਹੀਦੀਆਂ, ਜੇ ਕਿਸੇ ਨਿਰਦੋਸ਼ ਦਾ ਕਤਲ ਹੋਇਆ ਜਾਂ ਹੋਰ ਕੋਈ ਗਲਤ ਕਾਰਵਾਈਆਂ ਹੋਈਆਂ ਨੇ ਉਹ ਓਨ ਕਰਨੀਆਂ ਚਾਹੀਦੀਆਂ ਸਿੱਖ ਲੀਡਰਸ਼ਿਪ ਨੂੰ, ਜਿਹੜੀ ਸਿੱਖ ਲੀਡਰਸ਼ਿਪ ਸੀ। ਦੂਜਾ ਇਹ ਹੈਗਾ ਵੀ ਹੁਣ ਜਦੋਂ ਅਸੀਂ ਚਾਹੁੰਦੇ ਹਾਂ ਵੀ ਹੁਣ ਕਿੱਥੇ, ਉਹਦੇ 'ਚੋਂ ਵੀ ਹੁਣ ਕਾਹਤੋਂ ਨਹੀਂ ਅੱਗੇ ਵੱਧ ਰਿਹਾ। ਹੁਣ ਆਮ ਹੀ ਤੁਸੀਂ ਕਿਸੇ ਸਿੱਖ ਨੂੰ ਪੁੱਛ ਲਓ ਤਾਂ ਉਹ ਕਹਿੰਦੇ ਵੀ ਅਸੀਂ ਸਾਨੂੰ ਤਾਂ ਕੋਈ ਉਸ ਤਰ੍ਹਾਂ ਦਾ ਲੀਡਰ ਚਾਹੀਦਾ ਵੀ ਸੰਤ ਜਰਨੈਲ ਸਿੰਘ ਵਰਗਾ, ਮਤਲਬ ਕਿ ਕੌਮ ਨੂੰ ਲੀਡਰ ਨਹੀਂ ਮਿਲਿਆ, ਤੁਸੀਂ ਜਿਹਦੇ ਨਾਲ ਮਰਜ਼ੀ ਗੱਲ ਹੀ ਕਰ ਲਓ, ਇਹ ਕਹਿੰਦਾ ਵੀ ਯਾਰ ਕੌਮ ਕੋਈ ਲੀਡਰ ਨਹੀਂ ਹੈਗਾ, ਹੈ ਨਾ। ਅਸਲ 'ਚ ਮੈਂ ਸਮਝਦਾ ਵੀ ਅਸੀਂ ਗਲਤ ਜਗ੍ਹਾ 'ਤੇ ਨਾ ਟੱਕਰਾਂ ਮਾਰ ਰਹੇ ਹੈਗੇ ਹਾਂ, ਇਹੀ ਸਾਡੇ ਫੇਲੀਅਰ ਦਾ ਜਿਹੜਾ ਹੁਣ ਨੈਕਸਟ ਫੇਜ਼ ਆਉਣਾ ਸੀਗਾ ਨਾ ਵੀ ਮੂਵਮੈਂਟ ਦਾ, ਜਿਹੜੀ ਓਵਰਗਰਾਊਂਡ ਮੂਵਮੈਂਟ ਦਾ ਆਉਣਾ ਸੀ, ਉਹਦੇ 'ਚੋਂ ਇਹ ਸਾਡੇ ਫੇਲੀਅਰ ਦਾ ਨਾ ਵੱਡਾ ਕਾਰਨ ਹੈਗਾ। ਅਸੀਂ ਅਸਲ 'ਚ ਕੋਈ ਲੀਡਰ ਲੱਭ ਰਹੇ ਹਾਂ, ਲੀਡਰ ਨਾਲੋਂ ਸਾਨੂੰ ਇੰਸਟੀਚਿਊਟ ਲੱਭਣੇ ਚਾਹੀਦੇ ਆ। ਸਾਡੀ ਜਿਹੜੀ ਜਿਹੜਾ ਪ੍ਰੋਫੈਸਰ ਐਂਥਨੀ ਸਮਿਥ ਦਾ ਥੀਸਿਸ ਹੈ ਨਾ, ਉਹਦੇ 'ਚ ਉਹ ਕਹਿੰਦਾ ਵੀ ਕੌਮਾਂ 'ਤੇ ਦੋ ਤਰ੍ਹਾਂ ਦੇ ਹਮਲੇ ਹੁੰਦੇ ਆ, ਇੱਕ ਹਥਿਆਰਾਂ ਵਾਲਾ ਹਮਲਾ ਹੁੰਦਾ, ਇੱਕ ਵਿਚਾਰਾਂ ਵਾਲਾ ਹਮਲਾ ਹੁੰਦਾ। ਜਦੋਂ ਹਥਿਆਰਾਂ ਵਾਲਾ ਹਮਲਾ ਹੁੰਦਾ ਤਾਂ ਕੌਮ ਦੇ ਸੂਰਬੀਰ ਆਪਣੀਆਂ ਜਾਨਾਂ 'ਤੇ ਖੇਲ ਕੇ ਉਹ ਹਥਿਆਰਾਂ ਦੇ ਹਮਲੇ ਦਾ ਮੂੰਹ ਮੋੜ ਦਿੰਦੇ ਆ ਅਤੇ ਕੌਮ ਦੀ ਅਜ਼ਮਤ ਨੂੰ ਬਚਾ ਲੈਂਦੇ ਆ। ਉਹ ਸਾਡੇ ਸਾਹਮਣੇ ਹੋਇਆ ਸਾਰਾ ਕੁਛ। ਬਿਲਕੁਲ। ਹੁਣ ਹੈਗਾ ਵਿਚਾਰਾਂ ਦਾ ਹਮਲਾ। ਉਹ ਕਹਿੰਦਾ ਵੀ ਜਦੋਂ ਵਿਚਾਰਾਂ ਦਾ ਹਮਲਾ ਹੁੰਦਾ ਨਾ, ਫਿਰ ਇੱਕ ਬਹੁਤ ਵੱਡੀ ਦੁਬਿਧਾ ਵਿੱਚ ਕੌਮ ਹੁੰਦੀ ਆ, ਜਿਹਨਾਂ ਲੋਕਾਂ ਦੇ ਨਾਲ ਉਹ ਰਹਿ ਰਹੀ ਹੁੰਦੀ ਆ, ਹੈ ਨਾ, ਜਿਹੜੀ ਭਾਰੂ ਬਹੁ ਗਿਣਤੀ ਹੈ, ਉਹਦੇ ਨਾਲ ਜਦੋਂ ਤੁਸੀਂ ਰਹਿ ਰਹੇ ਹੁੰਦੇ ਹੋ ਤਾਂ ਉਹਦੀਆਂ ਬਹੁਤ ਸਾਰੀਆਂ ਰਵਾਇਤਾਂ, ਟ੍ਰੈਡੀਸ਼ਨਸ ਤੇ ਆਦਤਾਂ ਤੁਹਾਡੇ ਵਿੱਚ ਆ ਜਾਂਦੀਆਂ ਨੇ। ਜੀ ਜੀ, ਹੈ ਨਾ। ਕਹਿੰਦਾ ਉਸ ਵੇਲੇ ਫਿਰ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਹੁੰਦੀ ਆ ਉਹ ਵਿਦਵਾਨਾਂ ਦੀ, ਧਾਰਮਿਕ ਜਿਹੜੇ ਸਪਿਰਚੁਅਲ ਵੈਲਿਊਜ਼ ਨਾਲ ਭਰੇ ਹੋਏ ਧਾਰਮਿਕ ਲੀਡਰ ਹੁੰਦੇ ਆ ਉਹਨਾਂ ਦੀ। ਉਹ ਕਹਿੰਦਾ ਵੀ ਇਹ ਦੋ ਤਰ੍ਹਾਂ ਨਾਲ ਲੜੀ ਜਾਂਦੀ ਹੈ ਲੜਾਈ, ਇੱਕ ਪੋਲੀਟੀਕਲ ਲਾਈਨ 'ਤੇ ਲੜੀ ਜਾਂਦੀ ਆ ਪੋਲੀਟੀਕਲ ਲੀ 'ਤੇ, ਦੂਜੀ ਆਈਡੀਓਲੋਜੀਕਲ ਲੀ 'ਤੇ ਲੜੀ ਜਾਂਦੀ ਆ। ਕਹਿੰਦਾ ਵੀ ਪਹਿਲੀ ਜੰਗ 'ਚ ਪੋਲੀਟੀਕਲ ਲੀਡਰਸ਼ਿਪ ਨੂੰ ਤੁਸੀਂ ਮੂਹਰੇ ਰੱਖੋ, ਵੀ ਪੋਲੀਟੀਕਲ ਲੀਡਰਸ਼ਿਪ ਅਗਵਾਈ ਕਰੇ ਵੀ ਉਹ ਲਗਾਤਾਰ ਜੰਗ ਲੜਦੀ ਆ, ਵਿਚਾਰਾਂ ਦੀ, ਹਥਿਆਰਾਂ ਦੀ ਆ, ਕੋਈ ਵੀ ਜੰਗ ਲੜਦੀ ਆ। ਜਦੋਂ ਉਹ ਸਕਸੈਸ ਨਹੀਂ ਹੋਈ, ਸਮ ਫੇਲੀਅਰ ਹੋ ਗਿਆ, ਕਹਿੰਦਾ ਜਦੋਂ ਫੇਲੀਅਰ ਹੋ ਗਿਆ ਨਾ ਤਾਂ ਜਿਹੜੀ ਆਈਡੀਓਲੋਜੀਕਲ ਧਿਰ ਆ ਉਹਨੂੰ ਫਿਰ ਅੱਗੇ ਆ ਜਾਣਾ ਚਾਹੀਦਾ। ਉਹਨੇ ਫਿਰ ਕੌਮ ਦੀਆਂ ਰਗਾਂ ਵਿੱਚ ਉਹ ਮਾਣ ਸਤਮਾਨ, ਉਹ ਸਵੈ ਵਿਸ਼ਵਾਸ, ਉਹ ਸਤਿਕਾਰ, ਉਹ ਗੌਰਵ ਤੇ ਮਾਣ, ਜਦੋਂ ਹਾਰ ਜਾਣ ਨਾਲ ਜਿਹੜੀ ਇੱਕ ਦੁਬਿਧਾ ਪੈ ਜਾ ਹੁੰਦੀ ਹੈ ਕੌਮ 'ਚ, ਉਹ ਫਿਰ ਇਸ ਨੈਸ਼ਨਲਿਸਟਿਕ ਧਿਰ ਨੇ ਭਰਨੀ ਹੁੰਦੀ ਹੈ। ਫਿਰ ਉਹਦਾ ਰੋਲ ਆ ਜਿਹੜਾ ਪ੍ਰਮੁੱਖ ਹੋ ਜਾਂਦਾ, ਜਿਹੜੀ ਪੋਲੀਟੀਕਲ ਧਿਰ ਆ ਉਹ ਪਿੱਛੇ ਚਲੀ ਜਾਂਦੀ ਹੈ। ਸਾਡਾ ਸੰਕਟ ਇਹ ਹੋਇਆ ਵੀ ਜਿਹੜੀ ਪੋਲੀਟੀਕਲ ਧਿਰ ਉਸਰੀ ਉਹਨੇ ਮੁੜ ਕੇ ਪਿੱਛੇ ਸਟੈਪ ਡਾਊਨ ਨਹੀਂ ਕਰਿਆ, ਉਹ ਸਮਝਦੀ ਰਹੀ ਵੀ ਮੈਂ ਹੀ ਅਗਵਾਈ ਦੇ ਸਕਦੀ ਹਾਂ, ਵੀ ਸਾਨੂੰ ਇਹ ਸਾਰਾ ਕੁਛ ਪਤਾ, ਜੇ ਆਈਡੀਓਲੋਜੀਕਲ ਧਿਰ ਨੇ ਅੱਗੇ ਆਉਣਾ ਤਾਂ ਸਾਡੇ ਥੱਲੇ ਲੱਗ ਕੇ ਆਵੇ। ਇੱਥੇ ਸੰਕਟ ਦੀਆਂ ਜੜ੍ਹਾਂ ਨੇ। ਜਿਹੜੀ ਆਈਡੀਓਲੋਜੀਕਲ ਧਿਰ ਆ ਫਿਰ ਉਹਨੇ ਪੋਲੀਟੀਕਲ ਲੀਡਰ ਨਹੀਂ ਸੀ ਲੱਭਣਾ, ਉਹਨੇ ਇੰਸਟੀਟਿਊਸ਼ਨ ਕ੍ਰੀਏਟ ਕਰਨੇ ਸੀ ਜਿਹਨਾਂ ਨੇ ਅੱਗੇ ਜਾ ਕੇ ਅਗਵਾਈ ਦੇਣੀ ਸੀ। ਅੱਜ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਪਾਵਰ ਵਿੱਚ ਨੇ, ਪਰ ਉਹਦੇ ਪਿੱਛੇ ਹਜ਼ਾਰਾਂ ਸੰਘ ਪਰਿਵਾਰ ਦੇ ਵਰਕਰਾਂ ਦਾ
ਵੱਡਾ ਯੋਗਦਾਨ ਆ। ਸੰਘ ਪਰਿਵਾਰ ਇੱਕ ਇੰਸਟੀਟਿਊਸ਼ਨ ਆ, ਸਰਕਾਰਾਂ ਇੰਸਟੀਟਿਊਸ਼ਨ ਚੋਂ ਬਣਦੀਆਂ ਨੇ, ਲੀਡਰ ਇੰਸਟੀਟਿਊਸ਼ਨ ਚੋਂ ਨਿਕਲਦੇ ਨੇ, ਨਾ ਕਿ ਇੰਸਟੀਟਿਊਸ਼ਨ ਲੀਡਰਾਂ ਚੋਂ ਨਿਕਲਦੇ ਨੇ। ਜੇ ਇੰਸਟੀਟਿਊਸ਼ਨ ਕਾਇਮ ਆ, ਕੱਲ ਨੂੰ ਮੋਦੀ ਦੀ ਜਗ੍ਹਾ ਕੋਈ ਹੋਰ ਵੀ ਆ ਸਕਦਾ, ਜੇ ਉਹਨਾਂ ਨੂੰ ਲੱਗਿਆ ਵੀ ਮੋਦੀ ਸਾਡੇ ਮੇਚ ਦਾ ਨਹੀਂ ਹੈਗਾ, ਉਹਨੂੰ ਬਦਲ ਦੇਣਗੇ। ਪਰ ਜੇ ਇੰਸਟੀਟਿਊਸ਼ਨ ਕਾਇਮ ਹੈਗਾ ਹੈ ਨਾ, ਜਿਹਦੇ ਜਿਹਨਾਂ ਨੇ ਇੱਕ ਸਪਰੈਡ ਕਰਨੀ ਸੀ, ਆਈਡੀਓਲੋਜੀ ਸਪਰੈਡ ਕਰਨੀ ਸੀ, ਅਤੇ ਦੂਜਾ ਹੈਗਾ ਜਦੋਂ ਇੰਸਟੀਟਿਊਸ਼ਨ ਨਾ ਰਹੇ, ਸਿੱਖਾਂ ਦਾ ਕਾਊਂਟਰ ਨਰੇਟਿਵ ਨਹੀਂ ਆਇਆ ਹੈ ਨਾ, ਵੀ ਇੱਕ ਅਜਮੇਰ ਸਿੰਘ ਦੇ ਜਿਹੜੇ 4-5 ਕਿਤਾਬਾਂ ਆਈਆਂ, ਉਹ ਤੋਂ ਬਿਨਾਂ ਸਿੱਖਾਂ ਦਾ ਕੋਈ ਵੀ ਕਾਊਂਟਰ ਨਰੇਟਿਵ ਨਹੀਂ ਹੈਗਾ ਇਹ 35 ਸਾਲਾਂ ਦੀ ਸਿੱਖ ਲਹਿਰ ਬਾਰੇ, ਜੋ ਕਿ ਵੱਡੇ ਪੱਧਰ 'ਤੇ ਆਉਣਾ ਚਾਹੀਦਾ ਸੀ, ਇੰਟਰਨੈਸ਼ਨਲ ਯੂਨੀਵਰਸਿਟੀ ਵਿੱਚ ਇਹਦੇ 'ਤੇ ਰਿਸਰਚ ਵਰਕ ਹੋਣੇ ਚਾਹੀਦੇ ਸੀ, ਉਹ ਕੁਛ ਵੀ ਨਹੀਂ ਹੋਇਆ। ਸੋ ਇੱਥੇ ਆ ਵੀ ਜਦੋਂ ਇੰਸਟੀਟਿਊਸ਼ਨ ਨਹੀਂ ਉਸਰੇ, ਕਾਊਂਟਰ ਨਰੇਟਿਵ ਨਹੀਂ ਆਇਆ, ਹੁਣ ਇਹ ਹੋਇਆ ਵੀ ਇੱਕ ਤਾਂ ਤੁਹਾਡੇ ਕੋਲ ਕਾਊਂਟਰ ਨਰੇਟਿਵ ਆਇਆ ਨਹੀਂ, ਅਤੇ ਦੂਜਾ ਹੁਣ ਜਿਹੜੀ ਤੁਹਾਡੇ ਵਿਰੋਧੀ ਧਿਰਾਂ ਉਹਦੇ ਨਰੇਟਿਵ ਹੋਰ ਆਉਣ ਲੱਗ ਗਏ, ਆਈਡੀਓਲੋਜੀਕਲ ਜ਼ਿਆਦਾ ਹੋਰ ਜ਼ਿਆਦਾ ਹਮਲੇ ਕਰਨ ਲੱਗ ਗਏ, ਇਸ ਤਰ੍ਹਾਂ ਹੋ ਗਿਆ। ਇਹ ਸੰਕਟ 'ਚੋਂ ਜਿਹੜਾ ਕੌਮ ਨੂੰ ਕੱਢਣਾ, ਉਹ ਇਹ ਆ ਵੀ ਇੰਸਟੀਟਿਊਸ਼ਨ ਦੀ ਉਸਾਰੀ 'ਤੇ ਜ਼ਿਆਦਾ ਧਿਆਨ ਦਿਓ, ਵੀ ਤਾਂ ਉਹ ਤੋਂ ਬਾਅਦ ਹੀ ਤੁਹਾਡੀ ਜਿਹੜੀ ਲੀਡਰਸ਼ਿਪ ਆ ਉਹ ਡਿਵੈਲਪ ਹੋਊਗੀ, ਜਿਹੜੀ ਕੌਮ ਨੂੰ ਅਗਲੇ ਫੇਸ ਵਿੱਚ ਲੈ ਕੇ ਜਾ ਸਕਦੀ ਹੈਗੀ। ਬਿਲਕੁਲ ਜੀ, ਔਰ ਜਿਹੜੀ ਲੋੜ ਹੈਗੀ ਹੈ ਇੱਕ ਵਾਰੀ ਦੁਬਾਰਾ ਜਿਹੜੇ ਕੌਮ ਨੂੰ ਇਸ ਪਾਸੇ ਨੂੰ ਜਾਣ ਦੇ ਲਈ, ਇੰਸਟੀਟਿਊਸ਼ਨ ਹੋਰ ਜ਼ਿਆਦਾ ਪੈਦਾ ਕਰਨ ਦੇ ਲਈ, ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਤੋਂ ਸਿੱਖ ਕੇ ਇੱਦਾਂ ਦੀਆਂ ਜਿਹੜੀਆਂ ਹੋਰ ਕਾਰਵਾਈਆਂ ਨੇ ਉਹ ਨਾ ਹੋਣ ਜਾਂ ਇਸ ਤਰ੍ਹਾਂ ਦੇ ਜਿਹੜੇ ਹਮਲੇ ਹਨ ਉਹਨਾਂ ਨੂੰ ਜਿਹੜਾ ਹੈ ਰੋਕਿਆ ਜਾ ਸਕੇ। ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਵਿੱਚ, ਜਿਹੜਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਸੀ, ਬਹਿਬਲ ਕਲਾਂ ਗੋਲੀਕਾਂਡ ਹੋਇਆ ਸੀ, ਉਸ ਦੇ ਵਿੱਚ ਜਿਹੜੀ SIT ਬਣਾਈ ਗਈ ਸੀ, ਉਹਨਾਂ ਨੇ ਜਿਹੜੀ ਚਾਰਜਸ਼ੀਟ ਹੈ ਉਹ ਫਾਈਲ ਕਰ ਦਿੱਤੀ ਹੈ, ਜਿਸ ਦੇ ਵਿੱਚ ਮਨਤਾਰ ਸਿੰਘ ਬਰਾੜ, IG ਪਰਮਰਾਜ ਸਿੰਘ ਉਮਰਾ ਨੰਗਲ, SP ਚਰਨਜੀਤ ਸ਼ਰਮਾ, ਇਹਨਾਂ ਦੇ ਜਿਹੜੇ ਨਾਮ ਨੇ ਉਹ ਸ਼ਾਮਿਲ ਕੀਤੇ ਗਏ ਨੇ। ਕੀ ਹੋਗੇ ਅਵਤਾਰ ਸਿੰਘ ਜੀ? ਹਾਂਜੀ, ਉਹ ਉਹਨਾਂ ਨੇ ਇਲੈਕਸ਼ਨ ਤੋਂ ਬਾਅਦ ਹੀ ਜਿੱਦਾਂ ਇੱਕ ਵਾਰੀ ਆਉਂਦੇ ਨੇ ਦੁਬਾਰਾ, ਹਾਂਜੀ IG ਕੁੰਵਰ ਵੀਰੇ ਪ੍ਰਤਾਪ ਸਿੰਘ ਤੇ, ਉਹ ਇਹ ਹੈਗਾ ਵੀ ਜੇ ਤਾਂ ਉਹਨਾਂ ਦੀ ਤਬਦੀਲੀ ਨਾ ਹੁੰਦੀ, ਉਦੋਂ ਇਲੈਕਸ਼ਨ ਕਮਿਸ਼ਨ ਨੇ ਤਬਾਦਲਾ ਕਰਤਾ ਸੀ ਜੀ, ਵੀ ਜੇ ਤਾਂ ਨਾ ਹੁੰਦੇ ਤਾਂ ਉਹ ਇਲੈਕਸ਼ਨਾਂ ਤੋਂ ਪਹਿਲਾਂ ਹੀ ਹੋ ਜਾਣਾ ਸੀ ਇਹ ਧਮਾਕਾ ਜਿਹੜਾ। ਠੀਕ, ਤੇ ਹੁਣ ਉਹਨਾਂ ਨੇ 2000 ਸਫ਼ਿਆਂ ਦੀ ਚਾਰਜਸ਼ੀਟ ਆ ਜਿਹੜੀ ਉਹ ਕਰੀ ਆ, ਤੇ ਉਹਦੇ ਵਿੱਚ ਜਿਹੜੀ ਮੇਨ ਗੱਲ ਉੱਭਰ ਕੇ ਸਾਹਮਣੇ ਆਈ ਆ, ਉਹ ਕਹਿੰਦੇ ਵੀ ਇਹਦੇ ਵਿੱਚ 3 ਜਣਿਆਂ ਦਾ ਪ੍ਰਮੁੱਖ ਰੋਲ ਬਣਦਾ, ਸੁਖਵੀਰ ਸਿੰਘ ਬਾਦਲ ਦਾ, ਸੁਮੇਧ ਸੈਣੀ ਦਾ ਜੀ, ਤੇ ਸਿਰਸੇ ਵਾਲੇ ਰਾਮ ਰਹੀਮ ਦਾ ਜੀ, ਵੀ ਇਹ ਤਿੰਨੋਂ ਕਲਪ੍ਰਿਟ ਨੇ, ਤੇ ਉਹਦੇ ਚੋਂ ਮੁੜ ਕੇ IG ਢਿੱਲੋਂ ਦਾ ਜਿਹੜਾ ਤਬਾਦਲਾ ਹੋਇਆ ਵੀ 10 ਅਕਤੂਬਰ ਨੂੰ ਉਹਦਾ ਤਬਾਦਲਾ ਹੁੰਦਾ ਹੈ ਨਾ, ਤੇ ਉਹ ਤੋਂ ਬਾਅਦ 15 ਤੋਂ ਮੇਰਾ ਖਿਆਲ ਬੇਅਦਬੀਆਂ ਜਾਂ 12 ਤੋਂ ਜਿਹੜੀਆਂ ਬੇਅਦਬੀਆਂ ਸ਼ੁਰੂ ਹੋ ਜਾਂਦੀਆਂ। ਉਹ ਕਹਿੰਦਾ ਵੀ ਇਹ ਪ੍ਰੀ ਪਲੈਨਡ ਸੀ, ਜਿਹੜੀ ਚਾਰਜਸ਼ੀਟ ਦੇ ਹਿਸਾਬ ਨਾਲ ਜਿੰਨਾ ਕੁ ਵੀ ਆਇਆ ਨਾ, ਵੀ ਪੂਰੀ ਤਰ੍ਹਾਂ ਇਹ ਪਲੀ ਪ੍ਰਵੈਂਟ ਸਿਸਟਮ ਸੀਗਾ, ਉਹਦੇ ਚੋਂ ਸੁਖਵੀਰ ਸਿੰਘ ਬਾਦਲ ਦੀ ਕੋਲਿਊਜ਼ਨ ਦਾ ਵੀ ਉਹਨਾਂ ਨੇ ਕਿਹਾ, ਸੁਮੇਧ ਸੈਣੀ ਦਾ ਵੀ ਕਿਹਾ, ਪਰਮਰਾਜ ਸਿੰਘ ਉਮਰਾਨੰਗਲ ਦਾ ਤੇ ਹੋਰ ਜਿਹੜੇ ਪੁਲਿਸ ਆਫਿਸਰਸ ਨੇ ਉਹਨਾਂ ਦੀ ਕੋਲਿਊਜ਼ਨ ਆ। ਤੋਂ ਡੇਰੇ ਵਾਲੇ ਦੀ ਉਹ ਕਹਿੰਦਾ ਵੀ ਸਾਨੂੰ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਇੰਟਰਵਿਊ ਕਰਨ ਦੀ, ਵੀ ਉਹ ਬਾਅਦ 'ਚ ਜਿਸ ਤਰ੍ਹਾਂ ਹੁਣ ਅਸੀਂ ਦੁਬਾਰੇ ਅਦਾਲਤ ਨੂੰ ਕਹਾਂਗੇ ਵੀ ਉਹ ਡੇਰੇ ਵਾਲੇ ਦੀ ਇੰਟਰਵਿਊ ਕਰਨ ਦੀ ਦਿੱਤੀ ਜਾਵੇ। ਉਹਦੇ 'ਚ ਉਹ ਕਹਿੰਦੇ ਵੀ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਅਸੀਂ ਪੁੱਛਿਆ ਵੀ ਉਸ ਹਰਦੀਪ ਸਿੰਘ ਢਿੱਲੋਂ ਦੀ ਬਦਲੀ ਦਾ ਵੀ ਉਹ ਕਾਹਤੋਂ ਕੀਤੀ ਗਈ, ਤਾਂ ਉਹਨਾਂ ਨੇ ਵਾਰਤਾ ਵੀ DGP ਨੂੰ ਪਤਾ, ਸੁਮੇਧ ਸੈਣੀ ਨੂੰ, ਜਦੋਂ DGP ਤੋਂ ਇਹ ਗੱਲ ਪੁੱਛੀ ਗਈ ਉਹ ਕਹਿੰਦਾ ਵੀ ਹੋਮ ਮਿਨਿਸਟਰ ਨੂੰ ਪਤਾ, ਉਹ ਕਹਿੰਦਾ ਵੀ ਕਲੀਅਰ ਜਵਾਬ ਕੋਈ ਨਹੀਂ ਦੇ ਸਕਿਆ। ਉਹ ਕਹਿੰਦਾ ਉਹ ਤੋਂ ਬਾਅਦ ਆ ਜਿਹੜੀਆਂ ਇੱਕਦਮ ਉਹ ਜਿਹੜੀਆਂ ਬੇਅਦਬੀਆਂ ਦਾ ਚੱਕਰ, ਉਸ ਤਰ੍ਹਾਂ ਹੁਣ ਜਦੋਂ ਆਪਾਂ ਸਾਰੇ ਸਿਨੈਰੀਓ ਨੂੰ ਦੇਖਦੇ ਹਾਂ ਤਾਂ ਆਪਾਂ ਨੂੰ ਐਂ ਨਹੀਂ ਲੱਗਦਾ ਵੀ ਉਹ ਵੀ ਪ੍ਰੀ ਪਲੈਂਡ ਨਹੀਂ ਸੀ, ਇਸ ਤਰ੍ਹਾਂ ਹੁਣ ਸਮਝ ਆਉਂਦਾ। ਆਪਾਂ ਇਹ ਨਹੀਂ ਕਹਿੰਦੇ ਵੀ ਸੁਖਵੀਰ ਸਿੰਘ ਦਾ ਹੱਥ ਹੈ ਜਾਂ ਕਿਸੇ ਹੋਰ ਦਾ ਹੱਥ ਹੈ, ਜਿਹੜੇ ਉਹ ਸੀਗਾ ਵੀ ਕਿਸੇ ਵੱਲੋਂ ਵੀ ਹੋਈ ਉਹ ਇੱਕ ਤਰ੍ਹਾਂ ਨਾਲ ਆਰਗਨਾਈਜ਼ਡ ਸੀਗੀਆਂ, ਉਹਦੇ 'ਚ ਹੱਥ ਕਿਹਦਾ ਸਾਨੂੰ ਨਹੀਂ ਇਹਦੇ 'ਚ ਹੈ ਨਾ, ਬਿਲਕੁਲ, ਕਿਉਂਕਿ ਉਹਦਾ ਕਾਨੂੰਨ ਹੀ ਫੈਸਲਾ ਕਰੂਗਾ ਜਿਸ ਤਰ੍ਹਾਂ ਦੀਆਂ ਆਊਗੀਆਂ, ਵੀ ਆਪਾਂ ਸੁਖਵੀਰ ਸਿੰਘ ਉਹਨਾਂ ਨੂੰ ਜਾਂ ਦੋਸ਼ੀ ਨਹੀਂ ਕਹਿ ਰਹੇ ਠਹਿਰਾ ਸਕਦੇ। ਜਸਟ ਉੱਦਾਂ ਹੈਗਾ ਵੀ ਜਿਸ ਤਰ੍ਹਾਂ ਘਟਨਾਕ੍ਰਮ ਹੋਇਆ ਨਾ, ਉਹ ਥੋੜ੍ਹੇ ਜਿਹੇ ਟਾਈਮ ਫਰੇਮ 'ਚ ਹੀ ਹੋਇਆ, ਕਿੰਨਾ ਕੁਛ ਹੋਇਆ ਵੀ ਉਹ ਐਂ ਲੱਗਦਾ ਸੀਗਾ ਵੀ ਹਾਂ ਬਕਾਇਦਾ, ਖਾਸ ਕਰਕੇ ਹੇਠਲੇ ਪੱਧਰ 'ਤੇ ਜਿੱਦਾਂ ਹੋ ਸਕਦਾ ਵੀ ਕਿਤੇ ਨਾ ਕਿਤੇ ਪੁਲਿਸ ਦੀ ਇਨਵੋਲਵਮੈਂਟ, ਪੁਲਿਸ ਨੂੰ ਪਤਾ ਸੀਗਾ ਵੀ ਹੋਣ ਜਾ ਰਿਹਾ ਹੈ ਨਾ, ਤੇ ਉਹਦੇ 'ਚੋਂ ਜਿਸ ਤਰ੍ਹਾਂ ਖੁੱਲ੍ਹ ਦਿੱਤੇ ਗਏ, ਹੁਣ ਇਹ ਖੁੱਲ੍ਹ ਆ ਵੀ ਉੱਪਰਲੇ ਲੈਵਲ ਤੋਂ ਆਈ ਜਾਂ ਹੇਠਲੇ ਲੈਵਲ ਦੇ ਪੁਲਿਸ ਆਫਿਸਰਸ ਨੇ ਆਪਣੇ ਤੌਰ 'ਤੇ ਕਰ ਲਈ, ਉਹਨਾਂ ਨੇ ਆਪਣੀ ਜਿੱਦ ਕੱਢਣ ਲਈ, ਜਿਸ ਤਰ੍ਹਾਂ ਹੋ ਸਕਦਾ ਵੀ ਕੋਈ ਬਹੁਤ ਸਾਰੇ ਪੁਲਿਸ ਆਫਿਸਰਸ ਸਿਰਸੇ ਵਾਲੇ ਦੇ ਪ੍ਰੇਮੀ ਹੋਣ। ਇੱਕ DSP ਦੀ ਨਾ ਸੋਸ਼ਲ ਮੀਡੀਆ 'ਤੇ ਆਈ ਆ, ਉਹ ਸਿਰਸੇ ਵਾਲੇ ਦਾ ਪ੍ਰੇਮੀ ਸੀ, ਉਹ ਕਹਿੰਦਾ ਮੈਂ 1970-71 ਤੋਂ ਜਾਂਦਾ ਡੇਰੇ 'ਚ, ਉਹ ਹੁਣ ਮੇਰਾ ਖਿਆਲ ਉਹਦਾ ਮਨ ਖਰਾਬ ਹੋਇਆ। ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਆ ਜਿਹੜੇ ਹਾਇਰ ਅਹੁਦਿਆਂ ਤੇ ਬੈਠੇ ਆ ਜੀ, ਤੇ ਉਹ ਹੈਗੇ ਡੇਰੇ ਵਾਲੇ ਨਾਲ ਜੁੜੇ ਹੋਏ ਆ, ਤੇ ਫਿਰ ਉਸ ਚੱਕਰ 'ਚ ਹੁਣ ਇਹ ਕਿਸ ਲੈਵਲ 'ਤੇ ਆਰਗਨਾਈਜ਼ਡ ਸੀ ਇਹਦਾ ਡੀਪ ਅਨੈਲਿਸਿਸ ਆ ਜਿਹੜਾ, ਹੁਣ ਉਹ 2000 ਸਫ਼ਿਆਂ ਦੀ ਚਾਰਜਸ਼ੀਟ ਆ ਸਾਰੀ ਪੜ੍ਹਨ ਤੋਂ ਬਾਅਦ,
ਉਹ ਕੀਤਾ ਜਾ ਸਕਦਾ, ਉਹਦੇ ਚੋਂ ਕਿੰਨੀ ਇਨਵੋਲਵਮੈਂਟ ਕਿਹਦੀ ਹੈਗੀ। ਤੇ ਅਵਤਾਰ ਸਿੰਘ ਜੀ ਸਵਾਲ ਉੱਥੇ ਹੀ ਖੜਾ ਕਿ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਫੈਸਲਾ ਆਵੇਗਾ ਕਿ ਸਜ਼ਾ ਹੋਵੇਗੀ ਜਾਂ ਨਹੀਂ? ਨਹੀਂ ਨਹੀਂ, ਇੰਨੇ ਲੰਬੇ ਚੌੜਾ ਜਿਹੜਾ ਕੇਸ ਹੈ ਨਾ, ਉਹਦੇ ਚੋਂ ਸਜ਼ਾ ਸੁਜ਼ਾ ਦੀ ਕੋਈ, ਜੇ ਬਹੁਤੀ ਹੋਈ ਵੀ ਚਰਨਜੀਤ ਸ਼ਰਮੇ ਤੱਕ ਹੀ ਰਹਿ ਜਾਣੀ ਆ, ਉਮਰਾਂ ਨੰਗਲ ਤੱਕ ਵੀ ਨਹੀਂ ਜਾਣੀ। ਹਾਂ ਨਹੀਂ, ਉਮਰਾਂ ਨੰਗਲ ਤੱਕ, ਉਹ ਸਾਰਾ ਕੁਛ ਪਲੈਨਡ ਹੁੰਦਾ ਹੈ ਵੀ ਕਿਹਨੂੰ ਸਜ਼ਾ ਦਵਾਉਣੀ ਆ ਕਿਹਨੂੰ ਨਹੀਂ, ਇਹ ਪਹਿਲਾਂ ਹੀ ਪਲੈਨਡ ਹੁੰਦਾ ਵੀ ਉਹ ਸਾਰੇ ਇਹ ਜਿਹੜੇ ਨਾਂ ਆਏ ਨੇ। ਹੁਣ ਜੇ ਤੁਸੀਂ ਚਾਰਜ ਸ਼ੀਟ ਲਾ ਦਿੱਤੀ ਹੋਈ ਆ ਵੀ ਆਹ ਬੰਦੇ ਨੇ, ਫਿਰ ਫੜ ਲਓ ਉਹਨਾਂ ਨੂੰ ਇੱਕ ਵਾਰੀ, ਦੇ ਸ਼ੁੱਡ ਬੀ ਬਿਹਾਇੰਡ ਦੀ ਬਾਰਸ। ਸਾਰੇ ਬੰਦੇ ਇੱਕ ਵਾਰੀ ਤਾਂ ਜੇਲ੍ਹ 'ਚ ਜਾਣੇ ਚਾਹੀਦੇ ਆ ਨਾ, ਉਹ ਜ਼ਮਾਨਤਾਂ ਕਰਾਉਣ, ਜੇਲ੍ਹ 'ਚੋਂ ਜਾ ਕੇ ਜ਼ਮਾਨਤਾਂ ਕਰਾਉਣ, ਇਸ ਤਰ੍ਹਾਂ ਦਾ ਕੁਛ ਨਹੀਂ। ਇਹਦਾ ਮਤਲਬ ਕਾਨੂੰਨ ਸਾਰਾ ਸੈਟਲਡ ਆ ਸਾਰਾ ਕੁਛ, ਉਹਦੇ 'ਚੋਂ ਸਾਲ ਦੋ ਸਾਲ ਨੂੰ ਛੁੱਟ ਜਾਣਗੇ, ਫਿਰ ਕਹਿਣਗੇ ਵੀ ਸਾਡਾ ਦੇਸ਼ ਦੇ ਕਾਨੂੰਨ 'ਚ ਬਹੁਤ ਵੱਡਾ ਵਿਸ਼ਵਾਸ ਆ, ਕਾਨੂੰਨ ਨੇ ਸਾਨੂੰ ਰਾਹਤ ਦੇ ਦਿੱਤੀ ਆ। ਸੋ ਇਹੀ ਕੁਛ ਹੋਊਗਾ, ਹੁਣ ਨਿਕਲਣਾ ਕੁਛ ਨਹੀਂ। ਜਸ ਜਿਹੜੀਆਂ ਇਨਵੈਸਟੀਗੇਸ਼ਨ ਆ ਉਹਨਾਂ ਨੇ ਆਪਣੇ ਜਿਹੜੇ ਜਿਹੜੇ ਤੰਦਾਂ ਜੋੜ ਕੇ ਉਹਨੇ ਫਾਈਲ ਕਰਦੇ ਵੀ ਸਾਡੀ ਸਮਝ ਇਹ ਹੈਗੀ ਆ ਵੀ ਅਸੀਂ ਜਿੰਨੇ ਬੰਦਿਆਂ ਨੂੰ ਇੰਟਰਵਿਊ ਕੀਤਾ ਐਜ਼ ਇਨਵੈਸਟੀਗੇਸ਼ਨ ਆਫਿਸਰ, ਸਾਨੂੰ ਐਂ ਲੱਗਦਾ ਵੀ ਆਹ ਸਿਚੁਏਸ਼ਨ ਆ। ਅਵਤਾਰ ਸਿੰਘ ਜੀ, ਇਹ ਵਾਲੀ ਘਟਨਾ ਹੋ ਗਈ ਜਾਂ ਆਪਾਂ ਕਹੀਏ ਕੁਛ ਘਟਨਾਵਾਂ ਜਿਹੜੀਆਂ ਹੋਣ ਹੋਈਆਂ ਨੇ ਆ ਥੋੜ੍ਹੇ ਜਿਹੇ ਵਕਫੇ ਦੇ ਦੌਰਾਨ, ਇਹਨਾਂ ਦੇ ਵਿੱਚ ਆਪਾਂ ਨੂੰ ਜਿੱਦਾਂ ਕੁਛ ਕੜੀਆਂ ਜਿਹੜੀਆਂ ਜਾਂ ਇਹਨਾਂ ਦਾ ਡੀਪ ਐਨਾਲਾਈਸਿਸ ਕਰਨ ਦੀ ਲੋੜ ਹੈਗੀ ਆ। ਅਤੇ ਪਹਿਲੀ ਆਪਾਂ ਗੱਲਬਾਤ ਕਰਨੀ ਆ ਕਿ ਦਿੱਲੀ ਕਮੇਟੀ ਦੇ ਵਿੱਚ ਜਿਹੜਾ ਰੌਲਾ ਪਿਆ ਹੈਗਾ, ਮਨਜੀਤ ਸਿੰਘ ਜੀ ਕੇ ਉਹਨਾਂ ਨੇ ਆਪਣੀ ਵੱਖਰੀ ਪ੍ਰੈਸ ਕਾਨਫਰੰਸ ਕੀਤੀ, ਉਸ ਤੋਂ ਪਹਿਲਾਂ ਆਪਾਂ ਕਹੀਏ ਕਿ ਹਿੱਤ ਹੋਣਾ ਨੇ ਜਿਹੜੀ ਆ ਉਹਨਾਂ ਨੇ ਆਪਣੀ ਵੱਖਰੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਅਤੇ ਉਹਨਾਂ ਨੇ ਇੱਕ ਦੂਜੇ ਦੇ ਜਿਹੜੇ ਇਲਜ਼ਾਮ ਲਗਾਏ ਹੈਗੇ ਆ, ਮਨਜੀਤ ਸਿੰਘ ਜੀ ਕੇ ਨੇ ਇੱਥੋਂ ਤੱਕ ਕਿ ਸੁਖਬੀਰ ਬਾਦਲ ਦੇ ਵੀ ਇਲਜ਼ਾਮ ਲਗਾਏ, ਉਹਨਾਂ ਦੇ ਅਸਤੀਫੇ ਦੀ ਵੀ ਜਿਹੜੀ ਗੱਲਬਾਤ ਹੈ ਉਹ ਕੀਤੀ ਹੈਗੀ ਆ, ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ? ਦੇਖੋ ਜੀ, ਇਹ ਧਾਰਮਿਕ ਸੰਸਥਾਵਾਂ 'ਚ ਬਹੁਤ ਦੇਰ ਦਾ ਨਿਘਾਰਤਾ ਆ ਚੁੱਕਿਆ, ਮੇਰੇ ਖਿਆਲ ਬਣਨ ਤੋਂ, ਇਹ ਸੰਸਥਾਵਾਂ ਦੀ ਉਸਾਰੀ ਹੋਣ ਤੋਂ ਕੁਛ ਦੇਰ ਬਾਅਦ ਹੀ ਨਿਘਾਰ ਆ ਗਿਆ ਸੀ, ਕਿਉਂਕਿ ਸਾਡੇ ਕੋਲ ਉਸ ਤਰ੍ਹਾਂ ਦੀ ਸਪਿਰਚੁਅਲ ਲੀਡਰਸ਼ਿਪ ਹੈ ਨਹੀਂ ਜਿਹੜੀ ਇਹਨਾਂ ਧਾਰਮਿਕ ਸੰਸਥਾਵਾਂ ਨੂੰ ਮੈਨੇਜ ਕਰ ਸਕਦੀ। ਸੋ ਉਹਦੇ 'ਚ ਪੋਲੀਟੀਸ਼ੀਅਨਸ ਆਏ ਜਿਨ੍ਹਾਂ ਨੇ ਇਹਨਾਂ ਨੂੰ ਮੈਨੇਜ ਕੀਤਾ, ਉਹ ਟੋਟਲੀ ਕਰਪਟ ਸੀ, ਹੈ ਨਾ, ਵੀ ਉਹ ਟੋਟਲੀ ਉਹਨਾਂ ਦਾ ਕੋਈ ਧਰਮ ਨਾਲ ਨਾਤਾ ਨਹੀਂ, ਕੋਈ ਦੇਸ਼ ਨਾਲ, ਕੋਈ ਪੰਜਾਬ ਨਾਲ, ਕੋਈ ਕਿਸੇ ਦਾ ਨਾ ਉਹਨਾਂ ਦੀ ਇੰਟਿਊਸ਼ਨ ਹੈਗੀ ਆ, ਉਹ ਤਾਂ ਜਸਟ ਕਰਪਸ਼ਨ ਕਰਨ ਲਈ ਆਉਂਦੇ ਆ। ਅਤੇ ਅਸੀਂ ਵਾਰ ਵਾਰ ਕਹਿ ਰਹੇ ਹਾਂ ਵੀ ਪਹਿਲੇ ਦਿਨ ਤੋਂ ਹੀ, ਇਕੱਲਾ ਦਿੱਲੀ ਕਮੇਟੀ 'ਚ ਨਹੀਂ, ਹੁਣ ਅਵਤਾਰ ਸਿੰਘ ਹਿੱਤ ਨੇ ਜਿਹੜੇ ਪ੍ਰੈਸ ਕਾਨਫਰੰਸ ਆ ਵੀ ਉਹਨੇ ਆਪਣੇ PA ਨੂੰ ਕਿਹਾ ਵੀ 50 ਲੱਖ ਰੁਪਈਆ ਗੋਲਕ 'ਚੋਂ ਰੱਖ ਲਿਆ, ਉਹਨੇ ਰੱਖ ਲਿਆ, ਫਿਰ ਕਿਹਾ 30 ਲੱਖ ਹੋਰ ਰੱਖ ਲਿਆ ਅਗਲੇ ਤੋਂ ਅਗਲੇ ਮਹੀਨੇ 'ਚ, ਫਿਰ 20-25 ਅਤੇ ਮਤਲਬ ਕਿ ਕਿੰਨਾ ਕੁਛ ਜਿੱਦਾਂ ਗਣਾਤਾ, ਯਾਨੀ ਇਸ ਤਰ੍ਹਾਂ ਹੀ ਚੱਲਦਾ। ਸ਼੍ਰੋਮਣੀ ਕਮੇਟੀ 'ਚ ਵੀ ਇਸ ਤਰ੍ਹਾਂ ਹੀ ਚੱਲਦਾ, ਉੱਤੋਂ ਹੁਕਮ ਆ ਜਾਂਦੇ ਆ ਵੀ ਇੱਦਾਂ ਇੰਨਾ ਕਰ ਲਓ ਵੀ, ਹੈ ਨਾ, ਵੀ ਇੰਨੇ ਜਿਹੜੇ ਨੋਟ ਨੇ ਰੱਖ ਲਓ, ਜਿਹੜੀ ਭਾਨ ਹੈਗੀ ਆ ਉਹ ਗਿਣ ਕੇ, ਅਕਾਊਂਟੇਬਿਲਿਟੀ ਕਿਤੇ ਕਿਤੇ ਅਕਾਊਂਟੇਬਿਲਿਟੀ, ਇਹ ਸਾਰਾ ਕੁਛ ਇਸ ਤਰ੍ਹਾਂ ਹੀ ਚੱਲਦਾ। ਸਾਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਮਤਲਬ ਕਿ ਉਸ ਕਿਸਮ ਦੇ, ਇਹ ਸਾਰਾ ਸਾਰਾ ਸਿਸਟਮ ਤਬਦੀਲ ਕਰਨ ਵਾਲਾ, ਉਹਦੇ 'ਚ ਸਪਿਰਚੁਅਲ ਵੈਲਿਊਜ਼ ਵਾਲੀਆਂ, ਅਤੇ ਦੂਜਾ ਹੈਗਾ ਵੀ ਇਹ ਚੋਣਾਂ ਰਾਹੀਂ ਚੁਣੇ ਹੋਇਆ ਜਿਹੜਾ ਲਾਣਾ, ਇਹਦਾ ਸਿੱਖੀ 'ਚ ਕੋਈ ਕੋਈ ਕੰਸੈਪਟ ਨਹੀਂ ਹੈਗਾ। ਇਹ ਸਿੱਖੀ ਦਾ ਇਸ ਸਿਸਟਮ ਨਾਲ ਵੀ ਜਿਹੜਾ ਚੋਣਾਂ ਵਾਲਾ ਜਾਂ ਡੈਮੋਕ੍ਰੇਟਿਕ ਆ, ਇਹਦਾ ਕੋਈ ਸੰਬੰਧ ਨਹੀਂ ਹੈਗਾ। ਸਿੱਖਾਂ 'ਚ ਤਾਂ ਪਿਓਰ ਜਿਹੜੀਆਂ ਸਪਿਰਚੁਅਲ ਰੂਹਾਂ ਨੇ, ਉਹ ਵੈਸੇ ਹੀ ਸਰਬੱਤ ਖਾਲਸੇ ਦੀ ਤਰਜ਼ 'ਤੇ ਚੁਣ ਲਈਆਂ ਜਾਂਦੀਆਂ ਨੇ, ਫਿਰ ਉਹ ਆਪਣੀ ਚਾਹੇ ਸ਼ਹਾਦਤ ਹੋ ਜਾਏ ਪਰ ਉਹ ਸਿਧਾਂਤ ਤੋਂ ਪਿੱਛੇ ਨਹੀਂ ਹਟਦੀਆਂ। ਜਦੋਂ ਆਹ ਆਊਗਾ ਲਾਣਾ ਜਿਹੜਾ ਸ਼ਰਾਬਾਂ ਪਿਲਾ ਕੇ ਲਿਆਊਗਾ, ਜਿਹੜਾ ਪੈਸੇ ਦੇ ਕੇ ਵੋਟਾਂ ਲਊਗਾ, ਉਹ ਤਾਂ ਫਿਰ ਆਹ ਹੀ ਕੁਛ ਹੀ ਕਰੂਗਾ। ਸੋ ਇੱਕ ਤਰ੍ਹਾਂ ਨਾਲੇ ਪੂਰੀ ਤਰ੍ਹਾਂ, ਜੇ ਕਹੀਏ ਵੀ ਸਿਰਸੇ ਉਹਨੀ ਆ ਹਿੱਤੋਂ ਨਹੀਂ, ਉਹ ਸਾਫ਼ ਨੇ, ਉਹ ਕਿੱਥੋਂ ਸਾਫ਼? ਬਿਲਕੁਲ, ਉਹਨਾਂ ਤੇ ਤਾਂ ਆਲਰੇਡੀ ਪਹਿਲਾਂ 5-7 ਸਾਲ ਪਹਿਲਾਂ ਕਰਪਸ਼ਨ ਦੇ ਇਲਜ਼ਾਮ ਲੱਗ ਚੁੱਕੇ ਨੇ, ਸਾਰਾ ਕੁਝ ਸਾਰਾ ਉਹਨਾਂ ਨੂੰ ਲਾਂਬੇ ਕਰਕੇ ਮਨਜੀਤ ਸਿੰਘ ਜੀਕੇ ਨੂੰ ਲਾਂਦਾ ਗਿਆ, ਹੁਣ ਉਹਨੂੰ ਲਾਂਬੇ ਕਰਕੇ ਦੁਬਾਰਾ ਪੂਰਾ, ਬਿਲਕੁਲ ਪੂਰੀ ਪੂਰੀ ਤਰ੍ਹਾਂ 100% ਕਰਪਟ ਵੈਲਿਊਸ ਆ। ਇੱਕ ਛੋਟਾ ਜਿਹਾ ਜਿਹੜਾ ਬਰਛੇ ਵਾਲਾ ਸੇਵਾਦਾਰ ਖੜਾ ਹੈ, ਉੱਥੋਂ ਲੈ ਕੇ ਸਿਰੇ ਤੱਕ ਸਾਰਾ ਕੁਛ ਕਰਪਟ ਵੈਲਿਊਸ ਆ। ਉਹ ਤਾਂ ਹੈਗਾ ਵੀ ਪੈਸੇ ਆਈ ਹੋਈ ਇੰਨੇ ਜਾਂਦੇ ਨੇ ਜੀ, ਸ਼ਰਧਾ ਦੀ ਮਾਇਆ ਚੜੀ ਹੋਈ ਇੰਨੀ ਜਾਂਦੀ ਵੀ ਉਹ ਸਾਰਾ ਕੁਛ ਨੰਗ ਟਕਿਆ ਜਾਂਦਾ। ਤੁਸੀਂ ਇੱਕ ਮਹੀਨੇ ਲਈ ਆਡਿਟ ਕਰਾ ਲਓ ਜਾਂ ਕਿਸੇ ਇਮਾਨਦਾਰ ਬੰਦੇ ਨੂੰ ਉੱਥੇ ਬਿਠਾ ਲਓ, ਅਤੇ ਉਹ ਸਾਰਾ ਮਤਲਬ ਕਿ ਉਹਨੂੰ ਕਿਹਾ ਵੀ ਪਿਓਰਲੀ ਇਨਵੈਸਟੀਗੇਟ ਕਰ, ਸਾਰੇ ਹੀ ਫਸਣਗੇ ਸਿਰੇ ਤੋਂ ਲੈ ਕੇ ਸਿਰੇ ਤੱਕ। ਸੋ ਇਹ ਹੈਗਾ ਵੀ ਪੂਰੀ ਤਰ੍ਹਾਂ ਕਰਪਟ ਹੈ, ਕੋਈ ਧਰਮ ਨਹੀਂ, ਕੋਈ ਕੁਛ ਨਹੀਂ, ਜਸਟ ਇੱਕ ਡਰਾਮਾ ਚੱਲ ਰਿਹਾ। ਔਰ ਦੁਖਦਾਈ ਢੰਗ ਨਾਲ ਕਹਿ ਰਹੇ ਵੀ ਅਸੀਂ ਸਿੱਖ ਹੋਣ ਦੇ ਨਾਤੇ ਸਾਨੂੰ ਇਹ ਕਹਿਣਾ ਪੈ ਰਿਹਾ ਵੀ ਡਰਾਮਾ ਚੱਲ ਰਿਹਾ। ਅਤੇ ਅਵਤਾਰ ਸਿੰਘ ਜੀ, ਇਸ ਤੋਂ ਬਾਅਦ ਆਪਾਂ ਗੱਲਬਾਤ ਕਰੀਏ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਜਿਹੜਾ ਹੈ ਕਾਫੀ ਤਲਖਾਬਾਜ਼ੀ ਜਿਹੜੀ ਕਾਫੀ ਜ਼ਿਆਦਾ ਹੋਈ ਹੈਗੀ ਆ, ਪਿਛਲੇ ਦਿਨੀ ਇੱਕ ਦੂਜੇ ਦੇ ਇਲਜ਼ਾਮਬਾਜ਼ੀ ਵੀ ਹੋਈ ਆ, ਇਹਨੂੰ ਤੁਸੀਂ ਕਿਸ ਸੰਦਰਭ ਦੇ ਵਿੱਚ ਲੈਂਦੇ ਹੋ? ਉੱਪਰ ਹੀ ਨਜ਼ਰੇ ਤਾਂ ਉਹੀ ਹੈਗਾ ਵੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਵੀ ਸਿੱਧੂ ਦੀਆਂ ਐਂਬੀਸ਼ਨਸ ਵੱਧ ਗਈਆਂ ਹੋਈਆਂ ਨੇ, ਉਹ ਮੁੱਖ ਮੰਤਰੀ ਬਣਨਾ ਚਾਹੁੰਦਾ, ਤੇ ਸਿੱਧੂ ਉਹਨਾਂ ਨੇ ਇਹ ਇਲਜ਼ਾਮ ਲਾਏ ਸੀ ਵੀ ਕੈਪਟਨ ਸਾਹਿਬ ਆ ਜਿਹੜੇ ਬਾਦਲ ਪਰਿਵਾਰ ਦੇ ਨਾਲ ਰਲ ਕੇ ਚੱਲਦੇ ਆ, ਤੇ ਸਿੱਧੂ ਇੱਕ ਤਰ੍ਹਾਂ ਨਾਲ ਇੱਕ ਉਹਨਾਂ ਦੀ ਉਮਰ ਦਾ ਤਕਾਜ਼ਾ ਇਹ ਹੈਗਾ, ਤੇ ਦੂਜਾ ਉਹਨਾਂ ਵਿੱਚ ਇੱਕ ਬਗਾਵਤੀ ਸੁਰ ਬਹੁਤ ਜ਼ਿਆਦਾ ਆ, ਉਹ ਬਾਗੀ ਕਿਸਮ ਦੇ ਪੋਲੀਟੀਸ਼ੀਅਨਸ ਨੇ, ਤੇ ਉਹ ਲਗਾਤਾਰ ਇਹ ਯਤਨ ਕਰਨ
ਉਹ ਇੱਥੇ ਖੜਾ। ਉਹ ਕਹਿੰਦਾ ਵੀ ਹਲੇ ਵੀ ਉਹਨਾਂ ਦਾ ਜਿਹੜਾ ਟੈਲੀਵਿਜ਼ਨ ਚੈਨਲ ਆ ਉਹ ਚੱਲ ਰਿਹਾ, ਹਲੇ ਵੀ ਉਹਨਾਂ ਦੀਆਂ ਬੱਸਾਂ ਪੰਜਾਬ ਦੀਆਂ ਸੜਕਾਂ ਤੇ ਘੂਕਦੀਆਂ ਫਿਰਦੀਆਂ ਨੇ, ਤੇ ਹਲੇ ਵੀ ਉਹਨਾਂ ਦੇ ਕੰਮ ਜ਼ਿਆਦਾ ਹੁੰਦੇ ਨੇ, ਕਾਂਗਰਸੀਆਂ ਦੇ ਕੰਮ ਘੱਟ ਹੁੰਦੇ ਨੇ। ਸੋ ਇਸ ਵਜ੍ਹਾ ਐਕਸਰਸਾਈਜ਼ ਮਤਲਬ ਇੰਨੀ ਜ਼ਿਆਦਾ ਚੱਲਦੀ ਹੈ। ਹਾਂ, ਇਸ ਵਜ੍ਹਾ ਕਰਕੇ ਉਹ ਕਹਿੰਦਾ ਵੀ ਸਰਕਾਰ ਅਕਾਲੀਆਂ ਦੀ ਆ, ਕਾਂਗਰਸ ਦੀ ਨਹੀਂ ਹੈਗੀ। ਵੀ ਕੈਪਟਨ ਅਮਰਿੰਦਰ ਸਿੰਘ ਆ ਉਹਨਾਂ ਲਈ ਸੌਫਟ ਕਾਰਨਰ ਆ, ਸਾਡੇ ਤੇ ਗੁੱਸਾ ਕੱਢਦੇ ਆ। ਸੋ ਇਹ ਕੈਪਟਨ ਸਾਹਿਬ ਕਹਿ ਰਹੇ ਆ ਵੀ ਇਹ ਅੰਬੀਸ਼ੀਅਸ ਆ ਵੀ ਉਹ ਮੁੱਖ ਮੰਤਰੀ ਬਣਨਾ ਚਾਹੁੰਦਾ, ਤੇ ਇਸ ਚੱਕਰ 'ਚ ਉਹਨਾਂ ਦੀ ਜਿਹੜੀ ਲੜਾਈ ਆ ਇਹ ਚੱਲ ਰਹੀ ਆ। ਇਹ ਦੇਖੋ ਕਿਸ ਤਣ ਪੱਤਣ ਲੱਗਦੀ ਆ, ਤੇ ਹੁਣ ਆ ਉਹੀ ਆ ਜੋ ਅਮਿਤ ਸ਼ਾਹ ਨੂੰ ਤੇ ਨਰਿੰਦਰ ਮੋਦੀ ਨੂੰ ਭਾਊਗਾ। ਉਹਨਾਂ ਨੇ ਜਿਹੜਾ ਲੀਡਰ ਲਿਆਉਣਾ ਤੇ ਉਹਨਾਂ ਤੋਂ ਬਿਨਾਂ ਨਹੀਂ ਹੈ ਸਾਰਾ ਕੁਝ। ਜਿਹੜੀ ਤਬਦੀਲੀ ਹੋਣੀ ਆ ਅਮਿਤ ਸ਼ਾਹ, ਖਾਸ ਕਰਕੇ ਅਮਿਤ ਸ਼ਾਹ, ਕਿਉਂਕਿ ਹੁਣ ਤਾਂ ਉਹ ਗ੍ਰਹਿ ਮੰਤਰੀ ਬਣ ਗਏ ਨੇ, ਉਹ ਸਾਰੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਆਂਦਾ ਗਿਆ ਉਹ ਅਮਿਤ ਸ਼ਾਹ ਨਾਲ ਤੈਅ ਨੇ, ਉਹਨਾਂ ਨੇ ਸਾਰਾ ਕੁਝ ਕਰਿਆ। ਤੇ ਪੰਜਾਬ ਦੇ ਵਿੱਚ ਜਿਹੜੀ ਨਵੀਂ ਸਫਬੰਦੀ ਹੋ ਰਹੀ ਆ ਜਾਂ ਜਿਹੜੇ ਨਵੇਂ ਲੀਡਰਸ ਜਿਹੜੇ ਲਿਆਉਣ ਦੀ ਜਿਹੜੀ ਤਿਆਰੀ ਚੱਲ ਰਹੀ ਆ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ? ਹਾਂਜੀ ਹਾਂਜੀ, ਇਹ ਕਾਫੀ ਜਿੱਦਾਂ ਤੁਹਾਡਾ ਇੰਟਰਸਟਿੰਗ ਸਵਾਲ ਆ, ਤੇ ਸਾਨੂੰ ਤਾਂ ਇਹ ਲੱਗ ਰਿਹਾ ਵੀ ਜਿਸ ਤਰ੍ਹਾਂ ਜਿਹੜੀ ਸਿੱਟ ਦੀ ਆਹ ਇਨਵੈਸਟੀਗੇਸ਼ਨ ਰਿਪੋਰਟ ਹੈਗੀ ਆ, ਫਿਰ ਮਨਜੀਤ ਸਿੰਘ ਜੀਕੇ ਤੇ ਇਲਜ਼ਾਮਬਾਜ਼ੀ, ਉਹਦਾ ਬਾਹਰ ਕੱਢਿਆ ਜਾਣਾ, ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਉਹ ਕਰਨੀ, ਹੈ ਨਾ ਸਿੱਧੂ, ਹਾਂ, ਤੇ ਸਿੱਧੂ ਦਾ ਕੈਪਟਨ ਨਾਲ ਸਾਰਾ ਸਿਸਟਮ, ਤੇ ਉਹ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਹੁਣ ਜਲਾਲਾਬਾਦ ਤੋਂ ਅਸਤੀਫਾ ਦੇ ਦੇਣਾ, ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਲੈਣਾ, ਬਾਦਲ ਪਰਿਵਾਰ ਨੂੰ ਵੀ ਪੰਜਾਬ ਤੋਂ ਬਾਹਰ ਕੱਢਣ ਦੀ ਜਿਹੜੀ ਸਕੀਮ ਆ, ਇਹ ਇੱਕ ਵੱਡੇ ਪੋਲੀਟੀਕਲ ਗੇਮ ਚੋਂ ਚੱਲ ਰਹੀ ਆ। ਹੁਣ ਸਾਨੂੰ ਜਿਸ ਤਰ੍ਹਾਂ ਇਹ ਸਮਝ ਆ ਰਿਹਾ ਨਾ ਵੀ ਪੰਜਾਬ ਵਿੱਚ ਖਾਸ ਕਰਕੇ ਅਮਿਤ ਸ਼ਾਹ ਜਿਹੜੇ ਤੇ ਹੋਰ ਭਾਜਪਾ ਦੀ ਜਾਂ ਸੰਘ ਪਰਿਵਾਰ ਦੀ ਜਿਹੜੀ ਕੋਰ ਟੀਮ ਹੈਗੀ ਆ, ਉਹ ਪੰਜਾਬ 'ਚ ਤੇ ਬੰਗਾਲ 'ਚ ਬੀਜੇਪੀ ਦਾ ਤਜਰਬਾ ਨਵੇਂ ਸਿਰਿਓਂ ਕਰਨਾ ਚਾਹੁੰਦੀ ਆ, ਤੇ ਉਹਨਾਂ ਨੂੰ ਹੁਣ ਇਹ ਲੱਗ ਗਿਆ ਹੋਇਆ ਵੀ ਬਾਦਲ ਪਰਿਵਾਰ ਆ ਜਿਹੜਾ ਹੁਣ ਬਹੁਤ ਦੇਰ ਤੱਕ ਵਾਇਬਲ ਨਹੀਂ ਹੈਗਾ ਸਾਡੇ ਲਈ, ਉਹ ਇਸ ਲਈ ਪੰਜਾਬ 'ਚ ਨਵੀਂ ਸਫਬੰਦੀ, ਉਹਦੇ 'ਚੋਂ ਹਰਵਿੰਦਰ ਸਿੰਘ ਫੂਲਕਾ ਤੇ ਜਿਸ ਤਰ੍ਹਾਂ ਜਾਂ ਨਵਜੋਤ ਸਿੰਘ ਸਿੱਧੂ, ਇਹਨਾਂ ਨੂੰ ਜਿਸ ਤਰ੍ਹਾਂ ਉਹ ਔਰਗਨਾਈਜ਼ ਕਰ ਸਕਦੇ ਹੈਗੇ ਆ ਵੀ ਉਹਨਾਂ 'ਚੋਂ ਸੁਖਦੇਵ ਸਿੰਘ ਢੀਂਡਸਾ ਜਿਹੜੇ ਹਰਿੰਦਰ ਸਿੰਘ ਖਾਲਸਾ ਨੌਰਵੇ ਵਾਲੇ ਆ, ਉਹਨਾਂ ਉਹ ਹੋ ਗਏ, ਹੈ ਨਾ, ਅਤੇ ਇਹ ਜਿਹੜੇ ਨਵੀਂ ਲੀਡਰਸ਼ਿਪ ਉਹਨਾਂ ਨੇ ਪੈਦਾ ਕੀਤੀ ਉਹਦੇ 'ਚੋਂ ਉਹ ਹੋ ਸਕਦਾ। ਇੱਕ ਜਗਮੀਤ ਸਿੰਘ ਬਰਾੜ ਜਿਹੜੇ ਅਕਾਲੀ ਦਲ 'ਚ ਸ਼ਾਮਿਲ ਹੋਏ ਨੇ, ਇਹ ਸਾਰਾ ਜਗਮੀਤ ਸਿੰਘ ਬਰਾੜ ਦਾ ਅਕਾਲੀ ਦਲ ਵਿੱਚ ਆਉਣਾ, ਅਤੇ ਫਿਰ ਈਵਨ ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਰੋਪਿਨ ਕਰ ਸਕਦੇ ਆ, ਸਿਮਰਜੀਤ ਸਿੰਘ ਬੈਂਸ ਨੂੰ ਵੀ ਰੋਪਿਨ ਕਰ ਸਕਦੇ ਆ। ਉਹ ਇਹ ਚਾਹੁੰਦੇ ਹੈਗੇ ਵੀ ਹਰਵਿੰਦਰ ਸਿੰਘ ਫੂਲਕਾ ਨੂੰ ਸਿੱਖਾਂ ਦਾ ਇੱਕ ਆਗੂ ਕਰਕੇ, ਹੈ ਨਾ, ਵੀ ਉਹ ਉਸ ਲੈਵਲ 'ਤੇ ਸਿੱਖ ਲੀਡਰਸ਼ਿਪ ਵਿੱਚ ਪੰਜਾਬ ਵਿੱਚ ਨਵੇਂ ਤੌਰ 'ਤੇ ਸਫਬੰਦੀ ਆ ਜਿਹੜੀ ਉਹ ਕੀਤੀ ਜਾਵੇ। ਸੋ ਤਾਂ ਕਿ ਬਾਦਲ ਪਰਿਵਾਰ ਤੋਂ ਜਾਂ ਅਕਾਲੀ ਦਲ ਦੀ ਇੱਕ ਤਰ੍ਹਾਂ ਨਾਲ ਰੀਔਰਗਨਾਈਜੇਸ਼ਨ ਆ ਜਿਹੜੀ ਉਹ ਕਿਤੇ ਨਾ ਕਿਤੇ ਹੋ ਸਕੇ। ਸੋ ਇਹ ਰੀਔਰਗਨਾਈਜੇਸ਼ਨ 'ਚੋਂ ਇਹ ਸਾਰਾ ਕੁਛ ਆ ਜਿਹੜਾ ਜੀਕੇ ਦਾ ਆਉਣਾ ਜਾਣਾ, ਅਤੇ ਉਹਨਾਂ ਦੀ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਉਹ ਹੈਗੀ ਆ ਬਿਆਨਬਾਜ਼ੀ, ਜਾਂ SIT ਦੀ ਜਿਹੜੀ ਰਿਪੋਰਟ ਹੈਗੀ ਆ ਉਹ, ਅਤੇ ਇਹ ਇਸ ਕਿਸਮ ਦਾ ਜਿਹੜਾ ਇਹ ਸਾਰਾ ਚੱਕਰ ਹੈਗਾ ਨਾ, ਸਾਨੂੰ ਇਸ ਤਰ੍ਹਾਂ ਲੱਗਦਾ ਵੀ ਕੇਂਦਰ ਆ ਜਿਹੜਾ ਉਹ ਪੰਜਾਬ ਬਾਰੇ ਕੁਛ ਨਵੇਂ ਇਨੀਸ਼ੀਏਟਿਵ ਲੈਣ ਜਾ ਰਿਹਾ, ਅਤੇ ਉਹਦੇ 'ਚੋਂ ਧਾਰਮਿਕ ਤੌਰ 'ਤੇ ਜਿਹੜੀ ਦਖਲ ਅੰਦਾਜ਼ੀ ਆ ਹੋਰ ਵੱਧ ਸਕਦੀ ਹੈ। ਹੁਣ ਇਹ ਸਾਡੇ ਲਈ ਇਹ ਹੈਗਾ ਵੀ ਠੀਕ ਹੈ, ਅਸੀਂ ਬਾਦਲ ਸਾਹਿਬ ਦੀਆਂ ਬਹੁਤ ਸਾਰੀਆਂ ਨੀਤੀਆਂ ਨਾਲ ਵਿਰੋਧ ਰੱਖਦੇ ਹਾਂ, ਲਗਾਤਾਰ ਵਿਰੋਧ ਰੱਖ ਰਹੇ ਹਾਂ, ਪਰ ਉਹਦੇ 'ਚ ਹੁਣ ਇਹ ਨਾ ਹੋਵੇ ਵੀ ਬਾਦਲ ਦਾ ਵਿਰੋਧ ਕਰਦੇ ਕਰਦੇ ਕੋਈ ਇਹੋ ਜਿਹੀ ਧਿਰ ਸਿੱਖਾਂ 'ਤੇ ਥੋਪ ਦਿੱਤੀ ਜਾਵੇ ਜਿਹੜੀ ਉਹਦੇ ਨਾਲ ਵੀ ਵੱਧ ਖਤਰਨਾਕ ਹੋਵੇ, ਹੈ ਨਾ। ਹੁਣ ਇੱਥੇ ਸਿੱਖਾਂ ਨੂੰ, ਅਤੇ ਜੇ ਕੋਈ ਇਮਾਨਦਾਰ ਪੰਥਕ ਧਿਰ ਬੈਠੀ ਹੈ ਉਹਨੂੰ ਕਾਰਜ ਕਰਨ ਦੀ ਲੋੜ ਹੈਗੀ ਆ, ਵੀ ਜਿਹੜੀ ਜੇ ਕੋਈ ਨਵੀਂ ਸਫਬੰਦੀ ਹੋ ਰਹੀ ਆ ਉਹ ਕਿਸੇ ਪੰਥਕ ਧਿਰਾਂ ਦੀ ਆਪਦੀ ਵੀ ਹੋਣੀ ਚਾਹੀਦੀ ਹੈ, ਜਿਹੜੀ ਇਮਾਨਦਾਰ ਪੰਥਕ ਧਿਰਾਂ ਨੇ। ਹੁਣ ਪੰਥਕ ਧਿਰਾਂ ਦਾ ਸੰਕਟ ਇਹੀ ਹੈਗਾ ਵੀ ਜਿਹੜੀ ਆਪਾਂ ਗੱਲ ਕੀਤੀ ਵੀ ਇੰਸਟੀਟਿਊਸ਼ਨ ਨਾ ਹੋਣ ਕਾਰਨ ਜਿਹੜੇ ਬੰਦੇ ਪੰਥ ਦਾ ਰੌਲਾ ਪਾ ਰਹੇ ਨੇ, ਜਿਹੜੇ ਇਹ ਕਹਿ ਰਹੇ ਨੇ ਵੀ ਵੀ ਆਰ ਰਿਪ੍ਰੈਜ਼ੈਂਟਿੰਗ ਪੰਥ, ਅਸਲ 'ਚ ਉਹ ਵੀ ਉਨੇ ਹੀ ਪਾਵਰ ਹੰਗਰੀ ਨੇ ਜਿੰਨੇ ਸੁਖਬੀਰ ਸਿੰਘ ਬਾਦਲ ਉਨੀ ਆ ਭਾਰਤੀ ਜਨਤਾ ਪਾਰਟੀ ਵਾਲੇ ਆ। ਉਹਨਾਂ ਦਾ ਮਤਲਬ ਤਾਂ ਇਹ ਹੈਗਾ ਵੀ ਪੰਥ ਦਾ ਜਾਂ ਅਕਾਲ ਤਖ਼ਤ ਦੀ ਬੇਹਰਬਤੀ ਦਾ ਰੌਲਾ ਪਾ ਕੇ ਇੱਕ ਵਾਰੀ ਸੱਤਾ ਤੇ ਕਬਜ਼ਾ ਕਰ ਲਿਆ ਜਾਵੇ, ਜੋ ਇੱਥੋਂ ਦਾ ਲੇਬਰ ਦਾ ਸੰਕਟ ਹੈ ਆਪਾਂ ਕਹਿ ਸਕਦੇ ਹਾਂ ਉਹ ਸੇਮ ਚੀਜ਼ ਹੀ ਹੈ, ਸਾਰਾ ਉਹੀ ਹੈ ਵੀ ਇੱਕ ਵਾਰੀ ਸੱਤਾ ਸਾਡੇ ਹੱਥ ਆ ਜਾਏ ਫਿਰ ਦੇਖਿਓ ਵੀ ਕੀ ਹੁੰਦਾ। ਸੋ ਜਿਹੜੀਆਂ ਪੰਥਕ ਧਿਰਾਂ ਨੇ ਉਹ ਵੀ ਪਿਓਰਲੀ ਜਸਟ ਆਪਣੇ ਆਪ ਨੂੰ ਕਹਿ ਲੈਣਾ ਪੰਥਕ ਨਹੀਂ ਬਣ ਜਾਂਦਾ, ਤੁਹਾਨੂੰ ਪਿਓਰ ਉਹਦੀਆਂ ਬਹੁਤ ਸਾਰੀਆਂ ਕਦਰਾਂ ਕੀਮਤਾਂ ਨੇ ਪੰਥ ਦੀਆਂ, ਬਹੁਤ ਸਾਰੀਆਂ ਵੈਲਿਊ ਸਪਿਰਚੁਅਲ ਵੈਲਿਊਸ ਆ ਜਿਹਦੇ ਤੇ ਪਹਿਰਾ ਦੇਣਾ ਪੈਂਦਾ, ਜਿਹਦੇ ਤੇ ਮੁੜ ਕੇ ਤੁਹਾਨੂੰ ਬਹੁਤ ਕੁਛ ਛੱਡਣਾ ਪੈਂਦਾ, ਤੁਹਾਨੂੰ ਆਪਣੀ ਅੜਬਾਈ ਛੱਡਣੀ ਪੈਂਦੀ, ਆਪਣਾ ਹੰਕਾਰ ਛੱਡਣਾ ਪੈਂਦਾ, ਆਪਣਾ ਗੌਰਵ ਛੱਡਣਾ ਪੈਂਦਾ ਹੈਗਾ, ਜਿਹੜੀਆਂ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਨਿੱਜੀ ਤਸਵੀਹਾਂ ਨੇ ਉਹ ਛੱਡਣੀਆਂ ਪੈਂਦੀਆਂ, ਉਹਦੇ 'ਚੋਂ ਜਿਹੜਾ ਸੰਗਤ ਦਾ ਸੰਕਲਪ ਹੈ ਉਹਦੇ ਅੱਗੇ ਸਿਰ ਝੁਕਾਉਣਾ ਪੈਂਦਾ।
ਜੇ ਤੁਸੀਂ ਉਹ ਨਹੀਂ ਛੱਡੋਗੇ ਫਿਰ ਨਹੀਂ ਕੁਛ ਮੰਗਦਾ। ਤੇ ਅਵਤਾਰ ਸਿੰਘ ਜੀ, ਥੋੜਾ ਜਿਹਾ ਆਪਾਂ ਇਲੈਕਸ਼ਨ ਹੋਏ ਹੈਗੇ ਆ ਪੰਜਾਬ ਦੇ ਵਿੱਚ ਵੀ ਹੋਇਆ, ਥੋੜਾ ਜਿਹਾ ਐਨਾਲਾਈਸਿਸ ਇਲੈਕਸ਼ਨ ਦੇ ਜਿਹੜੇ ਨਤੀਜੇ ਆਏ ਨੇ ਜਾਂ ਪੰਜਾਬ ਦੇ ਵਿੱਚ ਜੋ ਨਤੀਜੇ ਆਏ ਨੇ ਉਹਨਾਂ ਦਾ ਕਰਨਾ ਵੀ ਬਣਦਾ ਹੈਗਾ। ਨਤੀਜਿਆਂ ਤੋਂ ਪਹਿਲਾਂ ਜਿਹੜਾ ਹੈਗਾ ਦਾ ਹਿੰਦੂ ਅਖਬਾਰ ਨੇ ਜਿਹੜੀ ਰਿਪੋਰਟ ਛਾਪੀ ਸੀ ਕਿ 68% ਜਿਹੜੇ ਸਿੱਖ ਨੇ ਉਹ ਨਰਿੰਦਰ ਮੋਦੀ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਜਾਂ ਉਹਨਾਂ ਨੂੰ ਐਸੇ ਪ੍ਰਧਾਨ ਮੰਤਰੀ ਨਹੀਂ ਐਕਸੈਪਟ ਕਰਦੇ ਹੈਗੇ। ਅਤੇ ਇਸ ਤੋਂ ਬਾਅਦ ਜਿਹੜਾ ਨਤੀਜੇ ਆਏ ਨੇ ਜਾਂ ਗੁਰਦਾਸਪੁਰ ਸੀਟ ਦਾ ਦੇਖੀਏ ਜਾਂ ਬਠਿੰਡੇ ਵਾਲੀ ਸੀਟ ਦਾ ਦੇਖੀਏ ਜਾਂ ਫਰੀਦਪੁਰ ਸੀਟ ਦਾ ਦੇਖੀਏ, ਕਿਸ ਤਰੀਕੇ ਨਾਲ ਤੁਸੀਂ ਇਹਨੂੰ ਲੈਣਾ? ਹਾਂਜੀ ਹਾਂਜੀ, ਉਹਦੇ 'ਚੋਂ ਇਹ ਸਾਰਾ ਕੁਛ ਹਿੰਦੂ ਨਾਲ ਡੋਮੀਨੇਟਡ ਏਰੀਏ 'ਚੋਂ ਇਹ ਜਿਹੜੀਆਂ ਸੀਟਾਂ ਜਿੱਤੀਆਂ ਵੀ ਗਈਆਂ ਨੇ ਨਾ, ਇਹ ਸਾਰੀਆਂ ਹਿੰਦੂ ਵੋਟ ਨਾਲ ਪ੍ਰਭਾਵਿਤ ਹੋਈਆਂ ਨੇ। ਜਿਹੜਾ ਹਿੰਦੂ ਦਾ ਉਹ ਆਇਆ ਨਾ, ਉਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਕੀਤਾ ਸੀਗਾ ਇਹ, ਉਹਦੇ 'ਚੋਂ ਸਿੱਖਾਂ ਦਾ ਅਤੇ ਸਾਰੇ ਹਿੰਦੂ ਵੱਖ ਵੱਖ ਕਮਿਊਨਿਟੀਜ਼ ਦਾ ਉਹਨੇ ਕਰਿਆ। ਉਹ ਕਹਿੰਦਾ ਵੀ ਸਿੱਖ ਭਾਈਚਾਰੇ 'ਚੋਂ, ਸਿੱਖ ਕੌਮ 'ਚੋਂ 68% ਸਿੱਖਾਂ ਨੇ ਕਿਹਾ ਵੀ ਅਸੀਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਨਹੀਂ ਦੇਖਣਾ ਚਾਹੁੰਦੇ, ਵੀ ਸਾਡਾ ਇਹਦੇ 'ਚ ਕੋਈ ਇੰਟਰਸਟ ਨਹੀਂ ਹੈਗਾ। 22% ਲੋਕ ਸਿੱਖ ਸੀ ਜਿਹੜੇ ਉਹ ਚਾਹੁੰਦੇ ਸੀ, ਬਾਕੀ ਜਿਹੜੇ 11-12% ਆ ਉਹ ਅਨਡਿਸਾਈਡਿਡ ਸੀ, ਉਹ ਕਹਿੰਦੇ ਵੀ ਅਸੀਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਹੈ ਨਾ। ਅਤੇ ਦੂਜਾ ਇਹ ਹੈਗਾ ਵੀ ਉਹ ਕਹਿੰਦਾ ਵੀ ਇਹ ਸੋ ਕਾਲ ਟੈਰਰਿਜ਼ਮ ਅਤੇ ਜਿਹੜੀ ਵਾਰ ਔਨ ਟੈਰਰਿਜ਼ਮ ਆ ਜਾਂ ਜਿਹੜੇ ਏਅਰ ਸਟ੍ਰਾਈਕਸ ਵਗੈਰਾ, ਇਹਨਾਂ ਦਾ ਪੰਜਾਬ 'ਚ ਕੋਈ ਵੀ ਅਸਰ ਨਹੀਂ ਦੇਖਣ ਨੂੰ ਮਿਲਿਆ। ਕੋਈ ਲੋਕ ਮਤਲਬ ਕਿ ਗੱਲ ਹੀ ਨਹੀਂ ਸੀ ਕਰਦੇ ਵੀ ਇਹ ਕੋਈ ਸਾਡੇ ਲਈ ਮਸਲਾ ਨਹੀਂ। ਉਹ ਕਹਿੰਦੇ ਸਾਡੇ ਲਈ ਮਸਲਾ ਤਾਂ ਬੇਰੁਜ਼ਗਾਰੀ ਹੈ ਅਤੇ ਸਾਡੀ ਕਿਸਾਨੀ ਜਿਣਸਾਂ, ਉਹਨਾਂ ਦੇ ਮੁੱਲ ਆ, ਜਿਹੜਾ ਵੀ ਮਤਲਬ ਕਿ ਕੁਛ ਇਸ ਤਰ੍ਹਾਂ ਕਾਰੋਬਾਰ ਜਿਹੜੇ ਬੰਦ ਹੋਏ ਆ ਵੀ ਇਹ ਚੱਕਰ ਹੈਗਾ। ਹੁਣ ਜਦੋਂ ਤੁਸੀਂ ਉਸ ਪਰਸਪੈਕਟਿਵ 'ਚੋਂ ਦੇਖਦੇ ਆ, ਉਹ ਮੇਰਾ ਖਿਆਲ ਫਿਰ ਕਾਫੀ ਜ਼ਿਆਦਾ ਠੀਕ ਹੋਇਆ ਜਿਹੜੀਆਂ ਸੀਟਾਂ ਜਿੱਤੀਆਂ ਗਈਆਂ ਨੇ ਨਾ। ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰੀਏ, ਹੁਣ ਤੁਸੀਂ ਗੁਰਦਾਸਪੁਰ ਦੀਆਂ ਦੇਖੋ, ਸੰਨੀ ਦਿਓਲ 80,000 ਵੋਟਾਂ ਨਾਲ ਜਿੱਤਿਆ। ਗੁਰਦਾਸਪੁਰ 'ਚ 9 ਵਿਧਾਨ ਸਭਾ ਹਲਕੇ, ਹਰੇਕ 'ਚ 9 ਵਿਧਾਨ ਸਭਾ ਹਲਕੇ ਹੁੰਦੇ ਆ, ਜਿਹੜੇ 5 ਵਿਧਾਨ ਸਭਾ ਹਲਕੇ ਸਿੱਖ ਵਸੋਂ ਵਾਲੇ ਆ, ਉਹਦੇ 'ਚੋਂ ਉਹ ਬਰਾਬਰ ਦੇ ਤੌਰ 'ਤੇ ਚੱਲਿਆ। ਅੱਛਾ, ਉੱਥੇ ਸੁਨੀਲ ਜਾਖੜ ਨੂੰ ਵੀ, ਸੁਨੀਲ ਜਾਖੜ ਨਾਲ ਬਰਾਬਰ ਦੇ ਧੇਰਾ, ਕਿਸੇ ਦੀਆਂ 500 ਜ਼ਿਆਦਾ ਆ ਇੱਕ 'ਚ, ਦੂਜੇ 'ਚ ਇਹਦੀਆਂ 900 ਜ਼ਿਆਦਾ ਆ, ਤੀਜੇ 'ਚ ਉਹਦੀਆਂ 350 ਸੀਟਾਂ ਵੋਟਾਂ ਜ਼ਿਆਦਾ ਆ, ਇਹਦੀਆਂ 450 ਜ਼ਿਆਦਾ ਆ 5 'ਚ, ਹਨਾ। ਮਤਲਬ ਕਿ ਐਨ ਬਰਾਬਰ ਦੀ ਟੱਕਰ ਆ ਸਿੱਖ ਡੋਮੀਨੇਟਡ 5 ਵਿਧਾਨ ਸਭਾ ਹਲਕਿਆਂ 'ਚ। ਜਿਹੜੇ 4 ਹਿੰਦੂ ਡੋਮੀਨੇਟਡ ਆ, ਦੀਨਾ ਨਗਰ, ਸੁਜਾਨਪੁਰ, ਬੋਹਾ ਅਤੇ ਪਠਾਨਕੋਟ, ਇਹਨਾਂ 'ਚ ਇਹ 4 ਹਿੰਦੂ ਡੋਮੀਨੇਟਡ ਏਰੀਆਜ਼ ਆ, ਇਹਨਾਂ 'ਚੋਂ 20,000 ਦੀ ਲੀਡ ਇਕੱਲੇ 'ਚੋਂ ਕੱਢੀ ਆ ਉਹਨੇ, ਉਹ 80,000  'ਤੇ ਜਿੱਤ ਗਿਆ ਐਗਜੈਕਟ। ਇੱਕ 'ਚ 20 ਦੀ ਆ, ਇੱਕ 'ਚ 21 ਦੀ ਆ, ਇੱਕ 'ਚ 22 ਦੀ ਆ, ਇੱਕ 'ਚ 18 ਦੀ ਆ। ਸੋ ਉਹਨਾਂ ਨੂੰ ਕੁੱਲ ਮਿਲਾ ਕੇ ਉਹੀ ਜਿਹੜੀ 80,000 ਵੋਟ ਆ, ਮਤਲਬ ਉਹੀ ਫਿਰ ਸਮੀਕਰਨ 'ਤੇ ਜੇ ਆਪਾਂ ਗੱਲਬਾਤ ਕਰੀਏ, ਟੋਟਲੀ ਐਗਜੈਕਟ ਵੀ ਉਹ 4 ਵਿਧਾਨ ਸਭਾ ਹਲਕਿਆਂ ਨੇ ਉਹਨੂੰ 80,000 ਦੀ ਲੀਡ ਦੇ ਕੇ ਜੇਤੂ ਬਣਾਤਾ, 5 ਸਿੱਖ ਡੋਮੀਨੇਟਡ ਏਰੀਆ 'ਚੋਂ ਐਨ ਬਰਾਬਰ ਦੀ ਟੱਕਰ। ਅਤੇ ਜੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਗੱਲ ਕਰੀਏ ਤਾਂ ਬਠਿੰਡੇ ਵਾਲੀ ਸੀਟ, ਹਾਂਜੀ ਉਹਨਾਂ ਦਾ ਵੀ ਐਂ ਹੋਇਆ, ਜਿਹੜੀਆਂ ਬਠਿੰਡੇ ਦਾ ਪੂਰਾ ਪਿਓਰ ਪੇਂਡੂ ਏਰੀਆ, ਉਹਦੇ 'ਚੋਂ ਰਾਜਾ ਬਣਿੰਗ ਨੂੰ ਜਿਹੜੇ ਸਿੱਖ ਵੋਟ ਆ ਉਹ ਪਈ ਆ, ਜਿਹੜੀ ਡਟ ਕੇ ਪਈ ਆ, ਜਿਹੜੀ ਪੰਥਕ ਵੋਟ ਸੀ ਉਹ ਵੀ ਰਾਜਾ ਬਣਿੰਗ ਨੂੰ ਪਈ। ਜੀ ਜੀ ਜੀ। ਅਤੇ ਬੀਬੀ ਹਰਸਿਮਰਤ ਕੌਰ ਜਿਹੜੀ 20,000 ਸੀਟ ਵੋਟਾਂ 'ਤੇ ਜਿੱਤੀ ਹੈ, ਉਹ ਬਠਿੰਡੇ ਦਾ ਹਿੰਦੂ ਅਤੇ ਮਾਨਸੇ ਦਾ ਹਿੰਦੂ, ਉਹ ਵੋਟ ਆ ਜਿਹੜੀ ਉਹ ਬੀਬੀ ਹਰਸਿਮ ਉਹ ਬਚਾ ਗਈ ਬੀਬੀ ਹਰਸਿਮਰਤ ਕੌਰ ਬਾਦਲ ਨੂੰ। ਇਸੇ ਤਰ੍ਹਾਂ ਫਿਰੋਜ਼ਪੁਰ ਦਾ ਅਬੋਹਰ, ਫਾਜ਼ਿਲਕਾ ਅਤੇ ਨਾਲ 2 ਹੋਰ ਜਿਹੜੇ ਵਿਧਾਨ ਸਭਾ ਹਲਕੇ ਆ, ਉੱਥੇ ਹਿੰਦੂ ਬਹੁ ਗਿਣਤੀ ਜਿਹੜੇ ਹਰਿਆਣੇ ਨਾਲ ਲੱਗਦੇ। ਅਵਤਾਰ ਸਿੰਘ ਜੀ, ਇੱਥੇ ਜੇ ਆਪਾਂ ਕਹੀਏ ਇੱਕ ਗੱਲ ਹੋਰ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਪਿਛਲੀ ਵਾਰ ਇੱਥੇ 87,000 ਵੋਟ ਸੀਗੀ, ਇਸ ਵਾਰ ਆਮ ਆਦਮੀ ਦੀ ਵੋਟ ਵੀ 1,35,000 ਦੇ ਲਾਗੇ ਜਾ ਕੇ ਪਹੁੰਚ ਗਈ। ਤੇ ਜੇ ਤੁਸੀਂ ਸੁਖਪਾਲ ਸਿੰਘ ਖਹਿਰਾ ਹੋਣਾ ਦੀ ਪੂਰੀ ਕਲੱਬ ਕਰੋ ਫਿਰ ਤਾਂ ਬੀਬੀ ਜੀ ਹਾਰਦੇ ਆ ਨਾ। ਹਾਂ, ਫਿਰ ਉਹ 38,000 ਸੁਖਪਾਲ ਸਿੰਘ ਖਹਿਰਾ ਹੋਣਾ ਦੀ ਪਈ। ਹਾਂਜੀ ਹਾਂਜੀ, ਉਹੀ ਆ ਵੀ ਤੁਸੀਂ ਦੇਖੋ ਵੀ ਐਂਟੀ ਵੋਟ ਕਿੰਨੀ ਪਈ ਹੈ ਨਾ, ਵਿੱਚ ਉਹ ਤਾਂ ਇਹ ਹੈਗਾ ਵੀ 20,000 ਤੇ ਜਿੱਤ ਗਏ ਨਾ। ਜੀ ਜੀ, ਫਸਟ ਪਾਸਟ ਦੀ ਪੋਸਟ ਹੈਗਾ, ਸਿਸਟਮ ਹੀ ਇਸ ਤਰ੍ਹਾਂ ਦਾ ਹੈਗਾ। ਹੁਣ 1,13,000 ਵੋਟ ਬੀਬੀ ਬਲਜਿੰਦਰ ਕੌਰ ਨੂੰ ਪਈ ਹੈ, 1,35,000 ਦੇ ਵਿੱਚ 33,000 ਹਾਂ ਚਲੀ, ਇਹ ਦੇਖ ਲਓ ਵੀ ਇਹ ਹੈਗੀ ਆ ਵੀ ਉਹ ਇੱਕ ਇਹਦਾ ਮਤਲਬ ਹਰਸਿਮਰਤ ਦੇ ਵਿਰੋਧ ਚ ਪਈ ਹੈਗੀ ਆ, 38,000 ਤੁਸੀਂ ਕਹਿੰਦੇ ਸੁਖਪਾਲ ਸਿੰਘ ਖਹਿਰਾ ਨੂੰ ਪਈ ਹੈ, 1,70,000 ਤੱਕ ਵੋਟ ਇਹ ਬਣ ਗਈ, 70-75 ਤੱਕ ਇਹ ਵੋਟ ਬਣ ਗਈ ਨਾ। ਤੇ ਇਹ ਜੇ ਰਾਜਾ ਬਣਿੰਗ ਵਾਲੇ ਖਾਤੇ 'ਚ ਚਲੇ ਜਾਂਦੀ ਤਾਂ ਬੀਬੀ ਜੀ ਤਾਂ ਮੇਰਾ ਖਿਆਲ ਹਾਰਦੇ 1,55,000 ਵੋਟਾਂ ਤੋਂ, ਹੈਨਾ। ਸੋ ਇਹ ਸੀਗਾ ਵੀ ਇਹ ਹੈਗਾ ਜੀ ਜੀ, ਇਹ ਜਿਹੜਾ ਸਿੱਖਾਂ ਦਾ ਟ੍ਰੈਂਡ ਆ ਉਹ ਸਾਹਮਣੇ ਆ। ਫਿਰੋਜ਼ਪੁਰ ਵਾਲੀ ਸੀਟ ਨੂੰ ਤੁਸੀਂ ਕਿਸ ਤਰੀਕੇ ਨਾਲ, ਉਸ ਤਰ੍ਹਾਂ ਹੀ ਵਿੱਚ ਬਹੁਤ ਵੱਡੇ ਫਰਕ ਤੇ ਜਦੋਂ, ਹਾਂਜੀ ਹਾਂਜੀ ਉਹ ਕਾਫੀ, ਪਰ ਉਹ ਜਿਹੜਾ ਉਹਦੇ 'ਚੋਂ ਮੋਦੀ ਵੇਵ ਆ ਜਿਹੜੀ ਉਹ ਕੰਮ ਕਰ ਗਈ, ਉਹ ਜਿਹੜਾ ਹਰਿਆਣੇ ਦੇ ਨਾਲ, ਕਿਉਂਕਿ ਅਬੋਹਰ ਫਾਜ਼ਿਲਕਾ
ਤੇ ਉਹ ਸਾਰੇ ਜਿਹੜੇ ਏਰੀਆਜ਼ ਆ ਨਾ ਉੱਥੇ ਹਿੰਦੂ ਡੋਮੀਨੇਸ਼ਨ ਹੈਗੀ ਹੈ ਤੇ ਦੂਜਾ ਦਲਿਤ ਸਿੱਖਾਂ ਦਾ ਤੇ ਰਾਏ ਸਿੱਖਾਂ ਦੀ ਜਿਹੜੀ ਹੈਗੀ ਹੈ ਹੁਣ ਇਹਨਾਂ ਨੂੰ ਵੀ ਸ਼ੇਰ ਸਿੰਘ ਘੁਬਾਇਆ ਨੂੰ ਵੀ 4.25 ਲੱਖ ਵੋਟ ਪੈ ਗਈ ਹੋਈ ਆ ਜੀ 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 ਹਾਲਾਂਕਿ ਕਾਂਗਰਸ ਦੇ ਕਿਸੇ ਬਹੁਤੇ ਉਹਨਾਂ ਦੇ ਬੰਦਿਆਂ ਨੇ ਕਹਿੰਦਾ ਮੇਰੀ ਹਮਾਇਤ ਨਹੀਂ ਕਰੀ ਪਰ ਫਿਰ ਵੀ ਇੰਨੀ ਵੱਡੀ ਵੋਟ ਉਹਨਾਂ ਨੂੰ ਪਈ ਵੱਡੀ ਵੋਟ ਲੈ ਗਈ ਹੋਈ ਸੋ ਉਹਦੇ ਚੋਂ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਚੁਣਿਆ ਹੀ ਤਾਂ ਸੀ ਫਿਰੋਜ਼ਪੁਰ ਉਹਨਾਂ ਨੂੰ ਡੈਮੋਗ੍ਰਾਫਿਕ ਸਿਚੁਏਸ਼ਨ ਦਾ ਪਤਾ ਸੀ ਵੀ ਹਿੰਦੂ ਵੋਟ ਸਾਨੂੰ ਪੈ ਜਾਣੀ ਆ ਮੋਦੀ ਵੇਵ ਕਰਕੇ ਨਹੀਂ ਉਹ ਬਠਿੰਡੇ ਖੜਦੇ ਸੰਗਰੂਰ ਖੜਦੇ ਇਹ ਏਰੀਆ ਨਾ ਉਹਨਾਂ ਦੇ ਤਾਂ ਆਨੰਦਪੁਰ ਸਾਹਿਬ ਖੜ ਜਾਂਦੇ ਹਨਾ ਜੇ ਗੜਸ ਨਾਲ ਹੁੰਦਾ ਨਾ ਵੀ ਹਾਂ ਲੀਡਰ ਨੇ ਜਿੱਦਾਂ ਉਹਦੇ ਚ ਉਹ ਕੈਲਕੂਲੇਟਿਵ ਸੀਗਾ ਵੀ ਉੱਥੇ ਖੰਡੂਰ ਸਾਹਿਬ ਖੜ ਜਾਂਦੇ ਪਤਾ ਸੀ ਵੀ ਖੰਡੂਰ ਸਾਹਿਬ ਅੰਮ੍ਰਿਤਸਰ ਖੜ ਜਾਂਦੇ ਹਨਾ ਉਹ ਉੱਥੇ ਕਿਉਂਕਿ ਹਿੰਦੂ ਵੋਟ ਡੈਮੋਨੇਟ ਕਰਦੀ ਸੀ ਜਾਂ ਵੀ ਉਹਨੇ ਫੈਸਲਾ ਕਰਨਾ ਸੀ ਲੁਧਿਆਣੇ ਖੜ ਜਾਂਦੇ ਲੁਧਿਆਣੇ ਖੜਨਾ ਸੁਖਬੀਰ ਸਿੰਘ ਐਡਾ ਵੱਡਾ ਬਾਦਲ ਪਰਿਵਾਰ ਹੋਵੇ ਹਨਾ ਪਿਛਲੇ 50 ਸਾਲਾਂ ਤੋਂ ਰਾਜਨੀਤੀ ਚ ਹੋਵੇ ਖੜੇ ਲੁਧਿਆਣੇ ਖੜੇ ਨਾ ਬੰਦਾ ਕਿਉਂਕਿ ਨਹੀਂ ਸੀ ਉਹਨਾਂ ਨੂੰ ਪਤਾ ਸੀਗਾ ਵੀ ਨਹੀਂ ਸਿੱਖ ਵੋਟ ਨੇ ਪੈਣੀ ਹਿੰਦੂ ਵੋਟ ਨੇ ਜਿਸ ਤਰ੍ਹਾਂ ਉਹ ਫੈਸਲਾ ਕੀਤਾ ਬਿਲਕੁਲ ਜੀ ਤੇ ਜੇ ਆਪਾਂ ਕਹੀਏ ਕਿ ਜਸਪਾਲ ਸਿੰਘ ਜਿਹੜਾ ਕਿ ਕੇਸ ਕਾਫੀ ਪਿਛਲੇ ਲੰਬੇ ਸਮੇਂ ਤੋਂ ਫਰੀਦਕੋਟ ਦੇ ਪਿਛਲੇ ਕੁਛ ਵੀਕਾਂ ਦੇ ਵਿੱਚ ਜਿਹੜੀ ਹੈ ਇਸ ਨੌਜਵਾਨ ਦੀ ਜਿਹੜੀ ਹੱਤਿਆ ਹੁੰਦੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈਗੇ ਉਹਦੀ ਲਾਸ਼ ਜਿਹੜੀ ਹੈ ਅਜੇ ਤੱਕ ਨਹੀਂ ਲੱਭੀ ਹੈਗੀ ਫਰੀਦਕੋਟ ਦੇ ਵਿੱਚ ਵੀ ਵੱਡੇ ਲੈਵਲ 'ਤੇ ਜਿਹੜਾ ਮੁਜ਼ਾਹਰਾ ਪ੍ਰੋਟੈਸਟ ਹੋ ਰਹੇ ਨੇ ਧਰਨੇ ਵੀ ਜਿਹੜੇ ਨੇ ਉਹ ਲੱਗ ਰਹੇ ਨੇ ਅਤੇ ਅਵਤਾਰ ਸਿੰਘ ਜੀ ਕੀ ਲੈਂਦੇ ਕਿਸ ਤਰੀਕੇ ਨਾਲ ਲੈਂਦੇ ਹੋ ਸਰਕਾਰਾਂ ਦੇ ਸਿਰ 'ਤੇ ਜੂਮ ਹੀ ਨਹੀਂ ਸਰਕਦੇ ਨਹੀਂ ਇਹ ਤਾਂ ਮੋਡਸ ਆਪਰੈਂਡੀ ਹੈ ਪੰਜਾਬ ਪੁਲਿਸ ਦਾ ਨਾ ਉਹਨਾਂ ਨੂੰ ਤੁਸੀਂ ਖਾੜਕੂਵਾਦ ਵੇਲੇ ਖੁੱਲ੍ਹਾਂ ਹੀ ਇੰਨਾ ਦੇ ਦਿੱਤੀਆਂ ਵੀ ਜੋ ਮਰਜ਼ੀ ਕਰੇ ਜਾਓ ਉਹਦਾ ਬੰਦਾ ਮਾਰਨ ਲੱਗੇ ਇੱਕ ਮਿੰਟ ਨਹੀਂ ਲਾਉਂਦੇ ਉਹਨਾਂ ਨੇ ਮੇਰੇ ਖਿਆਲ ਮਾਰ ਕੇ ਨਹਿਰ 'ਚ ਸੁੱਟ ਦਿੱਤਾ ਹੋਇਆ ਜਿਹੜੀਆਂ ਆਈਆਂ ਨੇ ਉਹ ਤਲਾਸ਼ ਵੀ ਨਹੀਂ ਲੱਭਣ ਦਿੰਦੇ ਹੁਣ ਕਹਿੰਦੇ ਕਿ ਲਾਸ਼ ਨਹੀਂ ਲੱਭ ਰਹੀ ਆਹੀ ਕੁਛ ਕਿਹਾ ਜਾ ਰਿਹਾ ਕਿੱਥੋਂ ਲੱਭਣੀ ਹੈ ਲਾਸ਼ ਕਿੱਥੋਂ ਲੱਭਣੀ ਹੈ ਜਦੋਂ ਉਹਨਾਂ ਨੂੰ ਪਤਾ ਵੀ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਇਹ ਤਾਂ ਉਦੋਂ ਸੀਗਾ ਵੀ ਤੁਸੀਂ 1997 ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਆ ਵੀ ਪੁਲਿਸ 'ਤੇ ਕਾਬੂ ਪਾਉਂਦੀ ਉਦੋਂ ਬਾਦਲ ਸਾਹਿਬ ਨੂੰ ਆਏ ਸੀ ਵੀ ਮਸੀਂ ਸਰਕਾਰ ਬਣੀ ਆ ਵੀ ਆਪਾਂ ਕਾਹਨੂੰ ਪੰਗਾ ਲੈਣਾ ਇਹ ਤਾਂ ਬਹੁਤ ਵੱਡੀਆਂ ਉਹਨਾਂ ਨੂੰ ਖੁੱਲ੍ਹਾਂ ਦਿੱਤੀਆਂ ਹੋਈਆਂ ਨੇ ਉਹ ਬਕਾਇਦਾ ਸਪਸ਼ਟ ਰੂਪ ਵਿੱਚ ਉਹਨਾਂ ਨੇ ਉਹਦੇ ਬਾਰੇ ਮੁੰਡੇ ਬਾਰੇ ਇਹ ਵੀਡੀਓਜ਼ ਆਈਆਂ ਨੇ ਵੀ ਹਨਾ ਉਹ ਗਲਤ ਢੰਗਾਂ ਨਾਲ ਇਨਵੋਲਵਡ ਸੀ ਜੇ ਗਲਤ ਢੰਗਾਂ ਨਾਲ ਵੀ ਇਨਵੋਲਵਡ ਸੀ ਉਹਨੂੰ ਗ੍ਰਿਫਤਾਰ ਕਰਕੇ ਕੇਸ ਪਾਇਆ ਜਾਣਾ ਚਾਹੀਦਾ ਵੀ ਇਹ ਕਿੱਥੋਂ ਦਾ ਕਾਨੂੰਨ ਆ ਵੀ ਕਤਲ ਕਰਕੇ ਲਾਸ਼ ਵੀ ਨਾ ਦਿਓ ਤੁਸੀਂ ਪੁਲਿਸ ਕਸਟਡੀ ਵਿੱਚ ਕਤਲ ਹੋਣਾ ਹੀ ਸਭ ਤੋਂ ਵੱਡੀ ਦਰਦਨਾਕ ਸਿਚੁਏਸ਼ਨ ਆ ਵੀ 21ਵੀਂ ਸਦੀ ਵਿੱਚ ਵੀ ਚਲੋ ਖਾੜਕੂ ਲਹਿਰ ਵੇਲੇ ਤੱਕ ਤਾਂ ਤੁਸੀਂ ਬੰਦੇ ਮਾਰੇ ਵੀ ਹੁਣ ਵੀ ਤੁਸੀਂ ਬੰਦੇ ਮਾਰ ਕੇ ਲਾਸ਼ਾਂ ਵੀ ਨਹੀਂ ਤੁਸੀਂ ਦੇ ਰਹੇ ਇੱਕ 2-2.5 ਸਾਲ ਪਹਿਲਾਂ ਮੇਰੇ ਖਿਆਲ 3 ਸਾਲ ਪਹਿਲਾਂ ਹੋਇਆ ਇਸ ਤਰ੍ਹਾਂ ਦਾ ਕੇਸ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਜੀ ਇੱਕ ਆਦਮੀ ਉਹਦੀ ਭਾਣਜੀ ਸੀ ਮੇਰੇ ਖਿਆਲ ਬੱਚੇ ਜੀ 17 ਸਾਲ ਦੀ ਸੀ ਉਹ ਸ਼ਾਇਦ ਦਿੱਲੀ ਜਾਣਾ ਸੀ ਰੇਲਵੇ ਦੀ ਉਡੀਕ ਕਰ ਰਹੇ ਠੰਡ 'ਚ ਬੈਠੇ ਦੋਨੋਂ ਜਣੇ ਵਿਚਾਰੇ ਬੈਠੇ ਠੰਡ 'ਚ ਤੇ ਉਹ ਜਿਹੜੀ ਪੁਲਿਸ ਉੱਥੇ ਗਾਰਦ ਕਰਦੀ ਆ ਤੇ ਉਹਨਾਂ ਨੇ ਸਸਪੀਸ਼ਨ 'ਚ ਕੁੱਟ ਕੁੱਟ ਕੇ ਮਾਰਤਾ ਰੇਲਵੇ ਸਟੇਸ਼ਨ 'ਤੇ ਹੀ ਬੰਦਾ ਕੁੱਟ ਕੇ ਮਾਰਤਾ ਕਹਿੰਦਾ ਸਾਨੂੰ ਲੱਗਿਆ ਵੀ ਇਹ ਸ਼ੱਕੇ ਕਿਸਮ ਨਾਲ ਉਹ ਬੱਚੀ ਨੂੰ ਲੈ ਕੇ ਜਾ ਰਿਹਾ ਕੋਈ ਪੁੱਛਿਆ ਪਛਾਇਆ ਨਹੀਂ ਵੀ ਛਿੱਤਰ ਹੀ ਇੰਨਾ ਵਾਹਿਆ ਉਹ ਵਿਚਾਰਾ ਉੱਥੇ ਹੀ ਮਰ ਗਿਆ ਸਿਰ ਸੁਰ 'ਚ ਮਾਰਿਆ ਉਹਦੇ ਕੋਈ ਜਾਣੀ ਇਸ ਕਿਸਮ ਦਾ ਆਏ ਹੈ ਜਿਹੜਾ ਮੋਡਸ ਓਪਰੈਂਡੀ ਆ ਮੁੜ ਕੇ ਕੋਈ ਕਿਹਨੇ 'ਚ ਗਵਾਹੀ ਦੇਣੀ ਸੀ ਉਸ ਡਰੀ ਹੋਈ ਲੇਡੀ ਨੇ ਬੱਚੀ ਨੇ ਕਿਆ ਗਵਾਹੀ ਦੇਣੀ ਸੀ ਕਿਸੇ ਦੇ ਖਿਲਾਫ਼ ਜਿਹਦਾ ਮਾਮਾ ਸਭ ਤੋਂ ਮੂਹਰੇ ਮਾਰ ਦਿੱਤਾ ਉਹਨਾਂ ਦੇ ਅੱਖਾਂ ਦੇ ਸਾਹਮਣੇ ਜਿਹਦਾ ਮਾਮਾ ਮਾਰਿਆ ਗਿਆ ਹਨਾ ਸੋ ਇਸ ਚੱਕਰ 'ਚ ਇਹ ਹੈਗਾ ਵੀ ਉਹ ਕੋਈ ਜ਼ਿੰਮੇਵਾਰੀ ਨਹੀਂ ਹੁਣ ਕੈਪਟਨ ਸਾਹਿਬ ਹੁਣ ਬੋਲਦੇ ਨੇ ਜਦੋਂ ਸਿੱਖਾਂ ਦੀ ਕੋਈ ਗੱਲ ਹੋ ਜਾਂਦੀ ਹੈ ਤਾਂ ਸਿੱਧਾ ਪਾਕਿਸਤਾਨ ਨਾਲ ਇਹ ਉਹ ਮਤਲਬ ਕਿ ਬੜਾ ਕੁਛ ਜਿੱਦਾਂ ਬੋਲਦੇ ਆ ਹੁਣ ਵੀ ਬੋਲਣ ਵੀ ਅਸੀਂ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਰਦੇ ਹਾਂ ਤੇ ਉਹਨਾਂ ਨੂੰ ਕਿਉਂਕਿ ਬੰਦਾ ਮਰਿਆ ਇੱਕ ਨਾ ਸੋ ਇਹ ਡਬਲ ਸਟੈਂਡਰਡ ਆ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਇਹ ਗਲਤ ਗੱਲ ਆ ਉਹਨੂੰ ਮਾਰਿਆ ਨਹੀਂ ਸੀ ਜਾਣਾ ਚਾਹੀਦਾ ਜੇ ਉਹ ਰੈਕਟ ਜਿਹੜਾ ਕਹਿੰਦਾ ਵੀ ਲੇਡੀਜ਼ ਦਾ ਰੈਕਟ ਚਲਾਉਂਦਾ ਉਹ ਜੇ ਇਨਵੋਲਵ ਸੀ ਫੜੋ ਗ੍ਰਿਫਤਾਰ ਕਰੋ ਉਹਨੂੰ ਉਹਦੇ ਤੇ ਕੇਸ ਚਲਾਓ ਉਹਨੂੰ ਸਜ਼ਾ ਦਿਓ ਅਦਾਲਤ ਫੈਸਲਾ ਕਰੇ ਨਾ ਪੁਲਿਸ ਕਾਹਤੋਂ ਫੈਸਲਾ ਕਰੇ ਪੁਲਿਸ ਦਾ ਕੰਮ ਬੰਦੇ ਮਾਰਨਾ ਥੋੜਾ ਰਿਸਪੈਕਟ ਕਰਨਾ ਬੰਦਿਆਂ ਨੂੰ ਬਚਾਉਣਾ ਪ੍ਰੋਟੈਕਟ ਕਰਨਾ ਪ੍ਰੋਟੈਕਟ ਕਰਨਾ ਬਿਲਕੁਲ ਜੀ ਅੱਜ ਦੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ ਸਟੂਡੀਓ ਦਾ ਸਾਡਾ ਨੰਬਰ ਹੈ 01211551001 ਤੇ ਇੱਥੇ ਹੁਣ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚ ਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ